ਹਾਂ ਜੀ ਸਾਰੀ ਕਲਾਸ ਜੀ ਸਾਰੇ ਨੂੰ ਮੈਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਤੁਹਾਡਾ ਪੰਜਾਬ 247 ਦੇ ਅਫੀਸ਼ੀਅਲ YouTube ਚੈਨਲ ਤੇ ਤਾਂ ਉਮੀਦ ਕਰਦਾ ਆ ਆਸ਼ਾ ਕਰਦਾ ਸਭ ਠੀਕ ਠਾਕ ਹੋਣਗੇ ਤੇ ਚਾਰ ਕਲਾਸਾਂ ਬਹੁਤ ਹੀ ਵਧੀਆ ਇੰਜੋਏ ਕੀਤੀ ਹੋਣੀ ਸਿੰਪਲੀਫਿਕੇਸ਼ਨ ਬਹੁਤ ਹੀ ਵਧੀਆ ਸਮਝ ਆਇਆ ਹੋਗਾ ਇੱਕ ਵਾਰੀ ਸਾਰੇ ਬੱਚੇ ਹੈਂਡ ਰੇਜ਼ ਕਰ ਦੇਣਗੇ ਸਰ ਸਿੰਪਲੀਫਿਕੇਸ਼ਨ ਬਹੁਤ ਹੀ ਵਧੀਆ ਰਿਹਾ ਚਾਰ ਕਲਾਸਾਂ ਬਿਲਕੁਲ A to Z ਸਾਰੇ ਜਿਹੜੇ ਸਮਝ ਆ ਚੁੱਕੀਆਂ ਚਾਰ ਕਲਾਸਾਂ ਬਿਲਕੁਲ एकदम ओके रह चुके हैं एक बार सारे बच्चे एक बार हैंड रेज ਕਰ देंगे ते ਨਾਲ ਦੇ ਨਾਲ ਇੱਕ ਵਾਰੀ ਜਿਨ੍ਹਾਂ ਨੇ ਹਲੇ ਤੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕੀਤਾ ਫਟਾਫਟ ਲਾਈਕ ਤੇ ਸ਼ੇਅਰ ਕਰ ਦਿਓ ਪਰਸੈਂਟੇਜ ਦੀ ਬਹੁਤ ਹੀ ਇੰਪੋਰਟੈਂਟ ਕਲਾਸ ਜਿਹਦੇ ਵਿੱਚ ਜੋ ਕਹਿੰਦਾ ਕਿ ਮੈਨੂੰ ਫ੍ਰੈਕਸ਼ਨ ਨਹੀਂ ਯਾਦ ਹੁੰਦੀਆਂ ਫ੍ਰੈਕਸ਼ਨ ਵੀ ਯਾਦ ਕਰਾ ਕੇ ਭੇਜੂਗਾ ਤੇ 15 ਤੋਂ 20 ਸਵਾਲ ਵੀ ਹੈ ਮੈਂ ਕਹਿੰਨਾ ਗਰਮਾ ਗਰਮ ਸਵਾਲ ਹੈਗੇ ਤੇ ਇੰਪੋਰਟੈਂਟ ਸਵਾਲ ਹੈਗੇ ਫਟਾਫਟ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਸ਼ਸ਼ੀਕਾਲ ਸ਼ਸ਼ੀਕਾਲ ਵੈਰੀ ਗੁੱਡ ਈਵਨਿੰਗ ਟੂ ஆல் ਆਫ ਯੂ ਵੈਰੀ ਗੁੱਡ ਈਵਨਿੰਗ ਹਾਂਜੀ ਠੀਕ ਠਾਕ ਹੂੰ ਚਲੋ ਫਟਾਫਟ ਇੱਕ ਵਾਰ ਸਾਰੇ ਜਣੇ ਆ ਰਸ਼ੇ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਹਲੇ ਤੱਕ ਸ਼ੇਅਰ ਵਾਲਾ ਬਟਨ ਨਹੀਂ ਕਲਿੱਕ ਕੀਤਾ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਤੇ ਕਰਦੇ ਆ ਕਲਾਸ ਦੀ ਸ਼ੁਰੂਆਤ ਵੈਰੀ ਗੁੱਡ ਈਵਨਿੰਗ ਟੂ ஆல் ਆਫ ਯੂ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਚਲੋ ਡਨ ਡਨ ਪਰਮਿੰਦਰ ਕੌਰ ਲਵਡ ਨੀਸ਼ ਸ਼ਰਮਾ ਕੌਰ ਅਮਨ ਜੋਤੀ ਖੁਸ਼ੀ ਐਂਡਲੈਸ ਸੁਖੀ ਠੀਕ ਹੈ ਰਾਜਵੀਰ ਮੌਸਮਪ੍ਰੀਤ ਰਾਜਪਾਲ ਕੋ ਰਵੀ ਕੁਮਾਰ ਠੀਕ ਹੈ ਭਈ ਕਿਉਂਕਿ ਇੰਨੇ ਬੜੇ ਨਹੀਂ ਜਾ ਰਹੇ ਤਾਂ ਸਾਕਰ ਨੂੰ ਹੈ ਵਰy ਗੁੱਡ ਈਵਨਿੰਗ ਸ਼੍ਰੀਕਲ ਜਿਹਨਾਂ ਦਾ ਨਾਮ ਨਹੀਂ ਲੈ ਪਾਇਆ ਕਿਉਂਕਿ ਸਾਰਿਆਂ ਨੂੰ ਹੀ ਭਈ ਠੀਕ ਹੈ ਕੁਝ ਨਾਮ ਇੰਨੀ ਸਪੀਡ ਨਾਲ ਚੱਲਦੇ ਆ ਤਾਂ ਪਤਾ ਨਹੀਂ ਚੱਲਦਾ ਸੈਸ਼ੂ ਨੇ ਇੱਕ ਵਾਰੀ ਸਾਰੇ ਬੱਚੇ ਫਟਾਫਟ ਯਾਰ ਲਾਈਕ ਤੇ ਸ਼ੇਅਰ ਕਰ ਦੋ ਬਹੁਤ ਇੰਪੋਰਟੈਂਟ ਕਲਾਸ ਹੈ ਬਹੁਤ ਕੁਝ ਸਿੱਖਣ ਨੂੰ ਹੈ ਤੇ ਸ਼ੁਰੂਆਤ ਜੋ 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 ਜੜਾ ਜੁੜ ਗਿਆ ਨਾ ਸ਼ੁਰੂਆਤ ਚ ਮੈਂ ਕਹਿੰਨਾ ਲਾਈਟ ਤੱਕ ਇੱਕ ਗੱਲ ਹੈ ਕਿ ਬੋਲੋ ਤਾਰਾ ਰਾਨਾ ਕਵਾਤੀ ਤਾਂ ਕਹਿਣਾ ਹੀ ਕਿਨੇ ਚਲੋ ਕਰਦੇ ਹਾਂ ਕਲਾਸ ਦੀ ਸ਼ੁਰੂਆਤ ਪਰਸੈਂਟੇਜ ਦੀ ਕਲਾਸ ਨੰਬਰ 1 ਤੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਫੋਨ ਦੇ ਵਿੱਚ ਅੱਡਾ ਦੀ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਜੋ ਚਾਰਟ ਬਣਿਆ ਹੋਇਆ ਉਹ ਚਾਰਟ ਤੁਹਾਨੂੰ ਕਿੱਥੇ ਮਿਲੇਗਾ ਇਸ ਐਪਲੀਕੇਸ਼ਨ ਦਾ ਜੋ ਲਿੰਕ ਹੈ ਆ ਵਾਲਾ ਜੋ ਲਿੰਕ ਹੈ ਨੀਲੇ ਰੰਗ ਦਾ ਹੈ ਇੱਥੇ ਅੰਕੁਸ਼ਰ ਦੇ ਨਾਮ ਦਾ ਲਿੰਕ ਤੁਹਾਡੀ ਡਿਸਕ੍ਰਿਪਸ਼ਨ 'ਚ ਲੱਗਿਆ ਹੋਇਆ ਰਾਜੇ ਉਹਦੇ 'ਤੇ ਕਲਿੱਕ ਕਰਕੇ ਤੁਸੀਂ ਐਪ ਨੂੰ ਕਰਨਾ ਡਾਊਨਲੋਡ ਐਪ ਦੇ ਡਾਊਨਲੋਡ ਹੁੰਦੇ ਹੀ ਮੈਥਸ ਬਾਈ ਅੰਕੁਸ਼ਰ ਵਾਲੇ ਗਰੁੱਪ ਤੋਂ ਤੁਹਾਨੂੰ ਮਿਲ ਜਿੱਗਾ ਇਸ ਕਲਾਸ ਦੀ ਪੀਡੀਐਫ ਦੇਖੋ ਐਦਾਂ ਆ ਸਾਰੀਆਂ ਅਪਲੋਡਡ ਹੈ ਜੋ ਪਿਛਲੀਆਂ 4 ਕਲਾਸਾਂ ਹੈ ਸਿੰਪਲੀਫਿਕੇਸ਼ਨ ਦੀਆਂ ਚਾਰਾਂ ਦੀ ਪੀਡੀਐਫ ਉੱਤੇ ਅਪਲੋਡਡ ਹੈ ਤਾਂ ਜਿਹਨੇ ਐਪ ਨਹੀਂ ਡਾਊਨਲੋਡ ਕੀਤੀ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਚ ਅੰਕੁਸ਼ ਸਰ ਦੇ ਨਾਮ ਦਾ ਲਿੰਕ ਲੱਗਿਆ ਹੋਇਆ ਉਹਦੇ ਤੇ ਕਲਿੱਕ ਕਰਕੇ ਤੁਸੀਂ ਐਪ ਨੂੰ ਜਰੂਰ ਡਾਊਨਲੋਡ ਕਰ ਲਿਆ ਜੀ ਚਲੋ ਭਾਈ ਦੇਖੋ ਆ ਵਾਲਾ ਲਿੰਕ ਹੈ ਮੈਂ ਲਿੰਕ ਦੱਸ ਦੇਣਾ ਠੀਕ ਹੈ ਨਾ ਐਸੇ ਲਿੰਕ ਤੇ ਕਲਿੱਕ ਕਰਨਾ ਜਿਹਦੇ ਤੇ ਅੰਕੁਸ਼ ਸਰ ਲਿਖਿਆ ਹੋਇਆ ਤੁਹਾਡੇ ਆਪ ਦੇ ਅੰਕੁਸ਼ ਸਰ ਦਾ ਨਾਮ ਲਿਖਿਆ ਹੋਇਆ ਐਡੇ ਤੇ ਕਲਿੱਕ ਕਰਕੇ ਤੁਸੀਂ ਡਾਊਨਲੋਡ ਕਰ ਲਿਆ ਜੇ ਕਹਿੰਦਾ ਬੀਤਾ ਹੋਇਆ ਕੱਲ ਕبھی ਨਹੀਂ ਬਦਲਾ ਜਾ ਸਕਦਾ ਬਟ ਆਨੇ ਵਾਲਾ ਕੱਲ ਹਮੇਸ਼ਾ ਆਪਕੇ ਹੱਥ ਮੇ ਹੁੰਦਾ ਹੈ ਦੇਖੋ ਯਾਰ ਜੋ ਤੁਹਾਡੇ ਪਾਸਟ ਗਿਆ ਚਲਾ ਜੋ ਤੁਹਾਡੇ ਪੇਪਰ ਨਹੀਂ ਹੋਏ ਕਲੀਅਰ ਮਿਹਨਤ ਘਟ ਰਹੀ ਕੋਈ ਚੱਕਰ ਨਹੀਂ ਬਟ ਜੋ ਹੁਣ ਆਨ ਵਾਲਾ ਟਾਈਮ ਹੈ ਪੰਜਾਬ ਪੁਲਿਸ ਕਨਸਟੇਬਲ ਅੱਜ 25 ਤਰੀਕ ਹੋ ਚੁੱਕੀ ਹੈ ਦਿਨ ਮੰਨ ਲਓ 15 ਹੀ ਆ ਆਪਣੇ ਕੋਲ ਕਦੋਂ ਐਡਮਿਟ ਕਾਰਡ ਆ ਕੇ ਕਦੋਂ ਆ ਗਈ ਫਿਰ ਭਾਜੜ ਪੈ ਗਈ ਫਿਰ ਨਾ ਕਿਉਂ ਕਿ ਸਰ ਆ ਕੀ ਹੋ ਗਿਆ ਤਾ ਹੁਣ ਥੋੜਾ ਜਿਹਾ ਆਪਣਾ ਜੋ ਹੈ ਹੜੇ ਜੋ ਵੀ ਹੜੇ ਤੱਕ ਵੀ ਢਿੱਲੇ ਚੱਲ ਰਹੇ ਆ ਵੀ ਆਪਨੀ ਤੇਰੀ ਚੰਗੇ ਤਰੀਕੇ ਨਾਲ ਖਿੱਚ ਕੇ ਰੱਖ ਲਓ ਕਿਉਂਕਿ ਆਹੀ ਸਮਾਂ ਹੈ ਆਹੀ ਸਮੇਂ ਤੇ ਕੁਝ ਪੜ ਗਏ ਤਾਂ ਕੁਝ ਬਣ ਜੋਗੇ ਨਹੀਂ ਤਾਂ ਫਿਰ ਕਾ ਮੁੱਖ ਹੈ ਭਾਈ ਚਲੋ ਆਜੋ ਤੇ ਜਿਨ੍ਹਾਂ ਨੇ ਹੜੇ ਤੱਕ ਪੰਜਾਬ ਵੱਡਾ ਦਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੋ ਵੀ ਬੱਚਾ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਚੈਨਲ ਨੂੰ ਜਰੂਰ ਤੋਂ ਜਰੂਰ ਸਬਸਕ੍ਰਾਈਬ ਕਰ ਲਿਆ ਜੀ ਆਜੋ ਪਹਿਲੇ 10 ਮਿੰਟ ਤੋ ਕੁਝ ਤੁਸੀਂ ਕੁਝ ਵੀ ਪੈਨ ਕਾਪੀ ਕੁਝ ਨਹੀਂ ਆਪਦੇ ਕੋਈ ਸਾਹਮਣੇ ਫੋਕਸ ਕਰੋ ਯਾਰ सामने फोकस करो एक बारी सारे बच्चे सामने फोकस करो एक बारी कोई पेन कॉपी को नहीं चलानी एक बारी सामने में ना 10 ਤੋਂ 15 ਮਿੰਟ 10 ਮਿੰਟ ਤੁਸੀਂ ਕੁਝ ਨਹੀਂ ਕਾਪੀ ਕਰਨਾ ਤੁਹਾਡੇ ਸਾਰਾ ਕੁਝ ਦਿਮਾਗ ਚ ਹੋ ਜਾਏਗਾ ਆਹੀ 10 ਮਿੰਟਾਂ ਦੇ ਵਿੱਚ ਵਿੱਚ ਚਲੋ ਭਾਈ ਦੇਖੋ ਯਾਰ ਇੱਕ ਪਰਸੈਂਟੇਜ ਨਿਕਾਲਨੀ ਤਾਂ ਤੁਹਾਨੂੰ ਆਦੀ ਹੋਊਗੀ ਜੋ ਬੇਸਿਕ ਪਰਸੈਂਟੇਜ ਆਪਾਂ ਕਢਣੇ ਆ ਉਮੀਦ ਕਰਦਾ ਤੁਹਾਨੂੰ ਉਹ ਪਰਸੈਂਟੇਜ ਨਿਕਾਲਨੀ ਆਦੀ ਹੋਏਗੀ ਜਿੱਦਾਂ ਮੈਂ ਕਹਤਾ ਕਿ 700 ਦਾ ਅ uh, 10% ਕਿ ਨਾ ਤੁਸੀਂ ਕਹੋਗੇ ਸਰ 10% ਦੇਖੋ ਕਦੇ ਵੀ ਬੱਚਾ ਕਿਸੇ ਵੀ ਨੰਬਰ ਦਾ ਆਪਾਂ 10% ਕਢਾਲਣਾ ਹੋਵੇ ਕਦੇ ਕਿਸੇ ਵੀ ਨੰਬਰ ਦਾ 10% ਕਢਾਲਣਾ ਹੋਵੇ ਤਾਂ 700 ਹੈ ਤੇ ਇੱਕ ਪੁਆਇੰਟ ਦੇ ਦਾਂਗਾ ਮਤਲਬ 700 ਹੈ ਤਾਂ ਇਹਦਾ 10% ਕਢਾਲਣਾ ਤਾਂ ਇੱਥੇ ਪੁਆਇੰਟ ਦੇ ਦਾਂਗਾ ਮਤਲਬ 70 ਆ ਜਾਏਗਾ ਕਿਸੇ ਵੀ ਨੰਬਰ ਦਾ 10% ਕਢਾਲਣ ਵਾਸਤੇ ਕਦ ਕਿਸੇ ਵੀ ਨੰਬਰ ਦਾ 10% ਕਢਾਲਣ ਵਾਸਤੇ ਆਪਾਂ ਕਰਦੇ ਕੀ ਆ ਆਖਰ ਤੋਂ ਇੱਕ ਅੰਕ ਛੱਡ ਕੇ ਪੁਆਇੰਟ ਦੇ ਦੇਣੇ ਆਖਰ ਤੋਂ ਇੱਕ ਅੰਕ ਛੱਡ ਕੇ ਪੁਆਇੰਟ ਦੇ ਦੇਣੇ ਮੰਨ ਲਓ ਮੈਨੂੰ ਇੱਕ ਤਾਂ 440 440 ਲਿਖ ਲਾ ਹੁਣ 440 ਦਾ 10% ਕਿੰਨਾ ਹੋਏਗਾ 440 ਦਾ 10% ਹੋਏਗਾ 44 ਕਿਉਂਕਿ ਆਪਾਂ ਅੱਥੇ ਕੀ ਕਰਨਾ ਇੱਕ ਪੁਆਇੰਟ ਦੇਣਾ ਹੈ 10% ਵਾਸਤੇ ਇੱਕ ਅੰਕ ਛੱਡ ਕੇ ਤੇ ਅਗਰ ਮੈਂ ਗੱਲ ਕਰਾਂ 1% ਵਾਸਤੇ ਕੀ ਕਰਦੇ ਹਾਂ ਬੱਚਾ ਜੀ 1% ਵਾਸਤੇ ਕਰਦੇ ਆਪਾਂ ਦੋ ਅੰਕ ਛੱਡ ਕੇ ਤਾਂ ਦੋ ਗੱਲਾਂ ਮੇਰੀਆਂ ਧਿਆਨ ਚ ਰੱਖਣੀਆਂ ਹੈ ਕਿ 10% ਵਾਸਤੇ ਆਪਾਂ ਇੱਕ ਅੰਕ ਛੱਡ ਕੇ ਪੁਆਇੰਟ ਲਗਾਣੇ ਹਾਂ ਤੇ 1% ਵਾਸਤੇ ਆਪਾਂ ਦੋ ਅੰਕ ਛੱਡ ਕੇ ਪੁਆਇੰਟ ਲਗਾਣੇ ਕਿਰਿਸਟੀਆਨੋ ਰੋनाल्डੋ ఎవਰੀਥਿੰਗ ਅੱਜ ਮੈਂ ਬਾਹਰ ਗਿਆ ਹੋਇਆ ਸੀ ਭਾਈ ਸ਼ਾਮੀ ਆਇਆ ਹਾਂ ਲੇਟ ਆਇ ਹੋਪੇ ਸ਼ਨੀਵਾਰ ਨੂੰ ਹੋਏਗੀ ਡੋਨਟ ਵਰੀ ਠੀਕ ਹੈ ਹੁਣ ਵਾਰੀ ਵਾਰੀ ਕਮੈਂਟਸ ਫੇਮ ਨਾ ਕਰੋ ਪਲੀਜ਼ ਠੀਕ ਹੈ ਚਲੋ ਭਾਈ ਆਹ ਕਲੀਅਰ ਹੈ 10% ਵਾਸਤੇ ਇੱਕ ਅੰਕ ਛੱਡ ਕੇ ਤੇ 1% ਵਾਸਤੇ ਦੋ ਅੰਕ ਛੱਡ ਕੇ ਪੁਆਇੰਟ ਦਿੱਤਾ ਜਾਂਦਾ ਇਟ ਇਜ਼ ਇਟ ਕਲੀਅਰ ਹੁਣ ਦੇਖ ਲਓ ਯਾਰ ਕਦੇ ਵੀ ਕਦੇ ਵੀ ਆਪਾਂ ਫ੍ਰੈਕਸ਼ਨ ਦੀ ਗੱਲ ਕਰੀਏ ਜਿਵੇਂ ਆਪਾਂ ਕਦੇ ਵੀ ਕਿਸੇ ਵੀ ਨੰਬਰ ਦਾ ਕੋਈ ਵੀ ਪਰਸੈਂਟੇਜ نکالਣਾ ਉਮੀਦ ਕਰਦਾ ਪਰਸੈਂਟੇਜ نکالਣੀ ਸਾਰਿਆਂ ਨੂੰ ਆਂਦੀ ਹੋਏਗੀ ਉਮੀਦ ਕਰਦਾ ਪਰਸੈਂਟੇਜ نکالਣੀ ਸਾਰਿਆਂ ਨੂੰ ਆਂਦੀ ਹੋਏਗੀ ਜਿਵੇਂ ਮੰਨ ਲਓ ਮੈਂ ਕਹਿੰਦਾ ਕਿ 200 ਵੀ ਦਾ 30% ਕਿੰਨਾ ਹੋਗਾ ਤੁਸੀਂ ਕਹੋਗੇ ਸਰ 2 220 ਦਾ 30% ਕਿੰਨਾ ਹੋਏਗਾ ਤੁਸੀਂ ਕਹੋਗੇ ਸਰ 22 36 ਹੋਏਗਾ ਅਰੇ 66 ਤਾਂ ਹੋਏਗਾ ਬਟ ਅਗਰ ਆਪਾਂ ਬੇਸਿਕ ਤੋਂ ਬੱਚਾ ਸਿੱਖਣਾ ਹੋਵੇ ਬੇਸਿਕ ਕਰਨਾ ਹੋਵੇ ਤਾਂ ਬੇਸਿਕ ਕਿਦਾਂ ਕਰਦੇ ਹੁੰਨੇ ਆ ਕਿ 220 3 ਪਰਸੈਂਟ ਜਦੋਂ ਵੀ ਬੱਚਾ ਹਟਾਨਿਆ ਜਦੋਂ ਵੀ ਪਰਸੈਂਟ ਹਟੇਗਾ ਤਾਂ ਬਟਾ ਦੇ ਵਿੱਚ ਕੀ ਆਉਂਦਾ 100 ਆਉਂਦਾ ਤੁਸੀਂ ਕੋਲ ਸਰ ਜ਼ੀਰੋ ਨਾਲ ਆ ਜ਼ੀਰੋ ਕੱਟ ਗਿਆ ਜ਼ੀਰੋ ਨਾਲ ਆ ਜ਼ੀਰੋ ਕੱਟ ਗਿਆ ਕਿੰਨਾ ਆ ਜਾਏਗਾ 68 ਆ ਜਾਏਗਾ ਤਾਂ 220 ਦਾ 30% ਕਿੰਨਾ ਆ ਜਾਏਗਾ 68 ਆ ਜਾਏਗਾ 220 ਦਾ 30% ਕਿੰਨਾ ਆ ਜਾਏਗਾ 68 ਆ ਜਾਏਗਾ ਇਹ ਆ ਬਹੁਤ ਹੀ ਬੇਸਿਕ ਗੱਲਾਂ ਹੈ ਆ ਬਹੁਤ ਹੀ ਬੇਸਿਕ ਗੱਲਾਂ ਉਮੀਦ ਕਰਦਾ ਇਨੀਆਂ ਗੱਲਾਂ ਤੁਹਾਨੂੰ ਪਤਾ ਹੋਣਗੀਆਂ ਤੇ ਇੱਕ ਵਾਰੀ ਸਾਰੇ ਬੱਚੇ ਹੈਂਡ ਰੇਸ ਕਰ ਦੇਣ ਕਿ ਜਿਨ੍ਹਾਂ ਨੇ ਹਲੇ ਤੱਕ ਲਾਈਕ ਕਰਦੇ ਸ਼ੇਅਰ ਨਹੀਂ ਕੀਤਾ ਫਟਾਫਟ ਇੱਕ ਵਾਰੀ ਲਾਈਕ ਤੇ ਸ਼ੇਅਰ ਵਾਲਾ ਬਟਨ ਦਬ ਦੋ ਤੇ ਆਪਾਂ ਚ ਦੰਨਾ ਦੰਨਾ ਹਰ ਇੱਕ ਚੀਜ਼ ਪੰਜਾਬੀ ਦੇ ਵਿੱਚ ਸ਼ੁੱਧ ਭਾਸ਼ਾ ਤੁਹਾਡੇ ਵਾਸਤੇ ਅੱਗੇ ਲਿਖੀ ਹੋਈ ਹੈ ਮੈਨੂੰ ਇਹ ਐਸ ਪੀ ਪੀਟੀ ਬਣਾਉਣ ਨੂੰ ਪੂਰੇ 3 ਤੋਂ 4 ਘੰਟੇ ਲੱਗੇ ਤੁਹਾਡੇ ਵਾਸਤੇ ਇਹ ਪਈ A to Z ਸਾਰੀਆਂ ਗੱਲਾਂ ਲਿਖੀਆਂ ਹੋਈਆਂ ਇੱਕ ਵਾਰੀ ਸਾਰੇ ਬੱਚੇ ਇੱਕ ਵਾਰੀ ਥੰਮਸ ਅਪ ਵਾਲਾ ਸਾਈਨ ਥਾਪ ਦੇਣਗੇ ਕਿ ਸਰ ਅੰਨਿੰਗ ਆਲੋਕ ਹੈ ਪਰਸੈਂਟੇਜ ਕਢਣੀ ਤਾਂ ਆਂਦੀ ਹੀ ਆਂਦੀ ਹੈ ਕਲੀਅਰ ਐਨੀ ਗੱਲ ਹੁਣ ਇਹ ਦੇਖ ਲੈਨੇ ਯਾਰ ਰੁਕੋ ਠੀਕ ਹੈ ਕਦੇ ਵੀ ਆਪਾਂ ਬੱਚੇ ਨੋਟ ਕੁਝ ਨਹੀਂ ਕਰਨਾ ਸਭ ਕੁਝ ਤੁਹਾਨੂੰ ਐਜ਼ ਇਟ ਇਜ਼ ਮਿਲ ਜਾਊਗਾ ਲਿਖਿਆ ਲਿਖਾਇਆ ਪੀਡੀਐਫ ਦੇ ਤੌਰ ਤੇ ਕੋਈ ਕੁਝ ਨਹੀਂ ਨੋਟ ਕਰਨਾ ਯਾਰ ਇੱਕ ਵਾਰੀ ਸਾਹਮਣੇ ਗੱਲ ਧਿਆਨ ਰੱਖਣੀ ਹੈ ਕਿ ਇਹਨੇ ਚ ਦੇ ਕੀ ਲਿਖਿਆ ਗਿਆ ਮੰਨ ਲਓ ਬੱਚਾ ਕੋਈ ਇੱਕ ਸਿੰਪਲ ਚੀਜ਼ ਹੈ ਮਤਲਬ ਅਗਰ ਆਪਾਂ ਸਿੰਪਲ ਪਰਸੈਂਟੇਜ ਹੈ ਮਤਲਬ 10% ਸਿੰਪਲ ਕੀ 10% ਯਾਰ ਪਰਸੈਂਟ ਹਟਾ ਕੇ ਥੱਲੇ ਕੀ ਆਏਗਾ ਪਰਸੈਂਟ ਹਟਾ ਕੇ ਥੱਲੇ ਜਦੋਂ ਪਰਸੈਂਟ ਹਟੇਗਾ ਥੱਲੇ 100 ਆ ਜਾਏਗਾ ਪਰਸੈਂਟ ਹਟਾ ਕੇ ਥੱਲੇ ਸਵਾਂ ਦਾ ਮਤਲਬ ਜ਼ੀਰੋ ਨਾਲ ਜ਼ੀਰੋ ਕੱਟ ਗਿਆ ਉਹਨੂੰ 1/10 ਲਿਖ ਦਾਂਗੇ ਐਦਾ ਹੀ 20% ਹੈ 20% ਨੂੰ ਕਿਦਾਂ ਲਿਖਣਾ ਹੈ ਤੁਸੀਂ ਕਹੋਗੇ ਸਰ 20% ਹੁੰਦਾ 1/5 30% ਨੂੰ ਕੀ ਲਿਖਣਾ ਹੈ ਤੇ 30% ਨੂੰ ਬੱਚਾ 30/100 ਮਤਲਬ ਜ਼ੀਰੋ ਨਾਲ ਜ਼ੀਰੋ ਕੱਟ ਗਿਆ ਤੇ 3/10 ਹੋ ਜਾਏਗਾ ਤਾਂ ਆਪਾਂ ਕਦੇ ਵੀ ਪਰਸੈਂਟ ਹਟਾਣੇ ਆ ਤਾਂ ਉਹਦੇ ਬਟਾ ਚ ਕੀ ਲੱਗਦਾ ਹੈ 100 ਲੱਗਦਾ ਹੈ ਇੰਨੀ ਗੱਲ ਬਿਲਕੁਲ ਬੇਸਿਕ ਜੀ ਏ ਕਲੀਅਰ ਹੋਏਗੀ ਇੰਨੀ ਗੱਲ ਬਿਲਕੁਲ ਬੇਸਿਕ ਜੀ ਕਲੀਅਰ ਹੋਏਗੀ ਕਿ ਜਦੋਂ ਵੀ ਪਰਸੈਂਟ ਘਟੇਗਾ ਤਾਂ ਬਟਾ ਦੇ ਵਿੱਚ ਕੀ ਆਉਂਦਾ ਹੈ 100 ਆਉਂਦਾ ਹੈ ਮੰਨ ਲਓ ਯਾਰ ਮੈਂ ਕਹਤਾ ਕਿ 35% ਤੁਸੀਂ ਕਹੋਗੇ ਸਰ 35% ਨੂੰ ਆਪਾਂ ਕਿੱਦਾਂ ਲਿਖਾਂਗੇ ਫ੍ਰੈਕਸ਼ਨ ਚ ਤਾਂ ਬੱਚਾ 35% ਹਟਾਇਆ ਥੱਲੇ 100 ਇਹਨੂੰ ਪਾਏ ਤੇ ਕੱਟਾਂਗੇ 7 ਪੰਜਾ 35 ਇਹਨੂੰ ਪਾਏ ਤੇ ਕੱਟਾਂਗੇ 20 ਪੰਜਾ 100 ਮਤਲਬ ਇਹ ਹੋ ਗਿਆ 7/20 ਹੋ ਗਿਆ ਇਹ ਕਿੰਨਾ ਹੋ ਗਿਆ 7/20 ਹੋ ਗਿਆ ਮੋਸਮ ਪ੍ਰਿਤ ਪੇਸ਼ੈਂਸ ਰੱਖ ਲੈ ਨਹੀਂ ਤਾਂ ਤੂੰ ਤੇਰਾ ਕਲੋਨੀ ਕੱਟੀ ਜਾਏਗੀ ਠੀਕ ਹੈ ਨਾ ਕਲੋਨੀ ਕੱਟੀ ਜਾਏ ਕਿਉਂਕਿ ਬੱਚਾ ਅਜ ਹਰ ਤਰੀਕੇ ਦੇ ਬੱਚੇ ਬੈਠੇ ਆ ਜਿਨ੍ਹਾਂ ਨੂੰ ਬੇਸਿਕ ਨਹੀਂ ਆਂਦਾ ਜਿਨ੍ਹਾਂ ਨੂੰ ਬੇਸਿਕ ਆਂਦਾ ਹੈ ਆਪਾਂ ਦਾ 10 ਮਿੰਟ ਦਾ ਸਮਾਂ ਦੋ ਕਿਉਂਕਿ 10 ਮਿੰਟ ਦੇ ਵਿੱਚ ਗੱਲਾਂ ਹਰੀਆ ਪਰੀਆ ਕਰ ਦੂੰਗਾ ਸਾਰੀਆਂ A to Z ਕਿਉਂਕਿ ਅੱਗੇ ਬਹੁਤ ਚੀਜ਼ਾਂ ਹੈਗੀਆਂ ਜੋ ਤੈਨੂੰ ਵੀ ਨਹੀਂ ਆਂਦੀਆਂ ਹੋਣਗੀਆਂ ਠੀਕ ਹੈ ਨਾ ਚੱਲੀਏ ਅੱਗੇ ਆ ਜਾਗੀ ਹੁਣ ਦੇਖੋ ਯਾਰ ਇਹ ਹੁਣ ਤੁਹਾਨੂੰ ਨਾ ਐਡੇ ਤੁਹਾਨੂੰ ਕੁਝ ਇੱਥੋਂ ਲਿਖਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਸਭ ਕੁਝ ਲਿਖਾ ਲਿਖਾਇਆ ਮਿਲ ਲੇਗਾ ਇੱਕ ਵਾਰੀ ਸਾਰੇ ਬੱਚੇ ਪੇਸ਼ੈਂਸ ਬਣਾ ਕੇ ਰੱਖੋ ਇੱਕ ਵਾਰੀ ਸਾਰੇ ਬੱਚੇ ਪੇਸ਼ੈਂਸ ਬਣਾ ਕੇ ਰੱਖਣਗੇ ਦੇਖੋ ਯਾ ਇੱਕ ਆ ਹੁੰਦਾ ਹੈ 12 ਸਹੀ 1/2% 12 ਸਹੀ 1/2% ਇਹ ਯਾਦ ਕਿੱਦਾਂ ਕਰਨੇ ਆ ਯਾਦ ਮੈਂ ਤੁਹਾਨੂੰ ਕਰਾ ਲੂੰ ਉਹਦੀ ਕੋ ਟੈਨਸ਼ਨ ਵਾਲੀ ਗੱਲ ਹੈ ਨਹੀਂ 12 ਦੁਨਾ 24 ਤੱਕ 25 ਜਿੰਨੇ ਹੁਣ ਇਹਨੂੰ ਆਪਾਂ ਫ੍ਰੈਕਸ਼ਨ ਚ ਲਿਖਣਾ ਹੈ ਕਿ ਸਰ ਕਈ ਕਈ ਬੱਚੇ ਕਹਿੰਦੇ ਕਿ ਸਰ ਆ ਯਾਦ ਨਹੀਂ ਹੁੰਦੇ ਕਿੰਨੇ ਬੱਚੇ ਕਹਿੰਦੇ ਕਿ ਸਰ ਆ ਸਾਨੂੰ ਯਾਦ ਨਹੀਂ ਹੁੰਦੇ ਦੇਖੋ 2 12 24 ਤੱਕ ਕਿੰਨਾ ਹੋ ਗਿਆ 2 ਵਟਾਚ ਕਿ ਲੱਗਿਆ 2 ਲੱਗਿਆ ਪਰਸੈਂਟ ਹੁਣ ਦੇਖੋ 12 ਦੁਨਾ 24 ਤੱਕ 25 12 ਦੁਨਾ 24 ਤੱਕ 25 25 ਵਟਾ 2 ਪਰਸੈਂਟ ਜਦੋਂ ਵੀ ਹਟਾਵਾਂਗੇ ਥੱਲੇ ਕੀ ਆਏਗਾ 100 ਆਏਗਾ ਤੁਸੀਂ ਕਹੋਗੇ ਸਰ 25 ਚੋਕਾ 100 ਮਤਲਬ 1 ਕਿੰਨਾ ਹੈ 1/8 ਹੈ ਇਹ ਕਿੰਨਾ ਹੈ 1/8 ਹੈ ਤੇ ਅਗਰ ਮੈਂ ਐਦਾਂ ਲਿਖਦਾ ਕਿ 16 ਸਹੀ 2/3 ਪਰਸੈਂਟ ਕਿੰਨਾ ਹੋਊਗਾ 16 ਸਹੀ 2/3 ਪਰਸੈਂਟ ਕਿੰਨਾ ਹੋਊਗਾ ਤਾਂ 16 48 ਤੇ 25 16 3 48 ਤੇ 250 3 ਕੀ ਹੈ 3 ਹੈ ਪਰਸੈਂਟ ਹਟਾਵਾਂਗੇ ਥੱਲੇ ਕੀ ਆ ਜਾਏਗਾ 100 ਆ ਜਾਏਗਾ 50 2 100 ਮਤਲਬ 1 3 2 6 1 3 2 ਕੀ ਆਏਗਾ 6 ਆਏਗਾ 1 ਕਿੰਨਾ ਆਏਗਾ 6 ਆਏਗਾ ਐਦਾਂ ਤਾਂ ਆਪਾਂ ਨਹੀਂ ਕਾਲਦੇ ਆ ਕੋਈ ਵੀ ਫ੍ਰੈਕਸ਼ਨ ਆਪਾਂ ਐਦਾਂ ਨਹੀਂ ਕਾਲਦੇ ਹਾਂ ਕੋਈ ਵੀ ਫ੍ਰੈਕਸ਼ਨ ਆਪਾਂ ਐਦਾਂ ਨਹੀਂ ਕਾਲਦੇ ਹਾਂ ਕਲੀਅਰ ਨਹੀਂ ਗੱਲ ਹੁਣ ਯਾਰ ਯਾਦ ਕਿਦਾਂ ਕਰਨੀਆਂ ਯਾਦ ਮੈਂ ਹੁਣ ਤੋਂ 8 ਮਿੰਟ ਤੋਂ 8 ਮਿੰਟ ਹੋਈਏ ਕਲਾਸ ਚੱਲੇ ਨੂੰ 15 ਮਿੰਟ ਤੋਂ ਪਹਿਲੇ ਪਹਿਲੇ ਮੈਂ ਤੁਹਾਡੇ ਕੋਲ ਸਾਰਿਆਂ ਯਾਦ ਕਰਵਾ ਲੈਣੀ ਹੈ ਕਿਦਾਂ ਹੁਣ ਦੇਖਿਆ ਜੀ ਸਭ ਕੁਝ ਤੁਹਾਨੂੰ ਲਿਖਿਆ ਲਿਖਾਇਆ ਮਿਲੇਗਾ ਇਹ ਚ ਕੁਛ ਇਹ ਨਹੀਂ ਹੈਗਾ ਕਿ ਤੁਸੀਂ ਨੋਟ ਕਰਨਾ ਹੈ ਨੋਟ ਕੁਝ ਨਹੀਂ ਕਰਨਾ ਇੱਕ ਵਾਰੀ ਜਦੋਂ ਤੁਹਾਨੂੰ ਨੋਟ ਕਰਨ ਦਾ ਟਾਈਮ ਆਊਗਾ ਮੈਂ ਤੁਹਾਨੂੰ ਦੱਸੂਗਾ ਕਿ ਨੋਟ ਕਰਨੀ ਆ ਚੀਜ਼ ਆ ਸਭ ਕੁਝ ਲਿਖਿਆ ਹੋਇਆ ਤੁਹਾਡੇ ਵਾਸਤੇ ਆ ਸਭ ਕੁਝ ਲਿਖਿਆ ਹੋਇਆ ਤੁਹਾਡੇ ਵਾਸਤੇ ਕਿ ਆ ਕਿੰਨਾ ਹੁੰਦਾ ਕੌਣ ਕਿੰਨਾ ਹੁੰਦਾ A to Z ਸਭ ਲਿਖਿਆ ਲਿਖਾਇਆ ਮਿਲ ਜੂਗਾ ਅੱਗੇ ਆਜੋ ਹੁਣ ਜਿਵੇਂ ਆ ਵਾਲੀਆਂ ਹੈ ਆ ਵਾਲੀਆਂ ਤੁਸੀਂ ਕਹੋਗੇ ਸਰ ਆ ਕਿੱਦਾਂ ਯਾਦ ਕਰਨੀਆਂ ਹੈ ਆ ਕਿੱਦਾਂ ਯਾਦ ਕਰਨੀਆਂ ਹੈ ਠੀਕ ਹੈ ਹੁਣ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਕੇ ਚੱਲਿਓ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਕੇ ਚੱਲਿਓ ਕੀ ਦੇਖੋ ਯਾਰ 14 ਸਹੀ 2/7% ਨੂੰ ਆਪਾਂ ਕਹਿ ਦਿੰਨੇ ਆ 1/7 ਕੀ ਕਹਿ ਦਿੰਨੇ ਆ 1/7 ਕਹਿ ਦਿੰਨੇ ਆ ਐਨੀ ਗੱਲ ਯਾਦ ਰੱਖਣੀ ਹੈ ਕਿ 14 ਸਹੀ 2/7% ਨੂੰ ਕੀ ਕਹਿ ਦਿੰਨੇ ਆ ਆਪਾਂ 1/7 ਕਹਿ ਦਿੰਨੇ ਆ ਬੱਚੇ ਆਪਸ ਦੋਸਤੀ ਹੈ ਕਈਆਂ ਦੀ ਉਹ ਕਹਿੰਦਾ ਨਾ ਜਿੱਥੇ ਚੱਲੂਗੀ ਚੱਲੂਗੇ ਨਾਲ ਤੇਰੇ ਵੀ ਡਿਕਟਾਂ ਦੋ ਲੈ ਲਈ ਕਿਦਾਂ ਇੱਕ ਤਾਂ 14 ਤੇ 7 ਦੀ ਆਪਸ ਦੋਸਤੀ ਹੈ ਇੱਕ 9 ਤੇ 11 ਦੀ ਆਪਸ ਦੋਸਤੀ ਹੈ 14 ਤੇ 7 ਇਕੱਠੇ ਜਾਣਗੇ ਤੇ 9 ਤੇ 11 ਇਕੱਠੇ ਜਾਣਗੇ ਆ ਗੱਲ ਧਿਆਨ ਚ ਰੱਖਣੀ ਹੈ ਜੇ 14 ਸਹੀ 2/7% 1/7 ਹੈ 14 ਦਾ ਦੁਗਣਾ ਕਰੋ ਕਿੰਨਾ ਹੁੰਦਾ 28 ਹੁੰਦਾ 2 ਦਾ ਦੁਗਣਾ ਕਰੋ ਕਿੰਨਾ ਹੁੰਦਾ 4 ਹੁੰਦਾ 7 ਥੱਲੇ ਲੱਗੇ ਹੋਇਆ ਮਤਲਬ ਆ ਕਿੰਨਾ ਹੋ ਜਾਏਗਾ ਤੁਸੀਂ ਕਹੋਗੇ ਸਰ ਇਹਨੂੰ ਦੁਗਣਾ ਕੀਤਾ ਤਾਂ ਇਹ 2/7 ਹੋ ਜਾਏਗਾ ਕਿ ਮੈਂ ਇਹਨੂੰ ਦੁਗਣਾ ਕੀਤਾ ਤਾਂ 2/7 ਹੋ ਜਾਏਗਾ ਜੇ ਮੈਂ ਇਹਨੂੰ ਤিগুণਾ ਕਰਦਾ 14 ਦਾ ਪੜਾ ਪੜੋ 14 3 42 6/7% ਤੁਸੀਂ ਕਹੋਗੇ ਸਰ ਆਹ 3/7 ਹੋ ਗਿਆ ਲੋ ਭਾਈ ਕੁਝ ਕਰਨਾ ਸੀ ਹਾਂ ਭਾਈ ਕੁਝ ਕਰਨਾ ਸੀ ਇਹਦੇ 'ਚ ਠੀਕ ਹੈ ਨਾ ਕਿ 14 ਦਾ ਪੜਾ ਹੈ 14 1 14 14 2 28 14 3 42 1/7 2/7 3/7 मतलब जे इधर 14 ਦਾ ਪੜਾ ਚੱਲ ਰਿਹਾ ਹੈ ਇਧਰ 7 ਆਏਗਾ ਹੀ ਆਏਗਾ ਥੱਲੇ ਯਾਦ ਰੱਖ ਲਿਓ ਗੱਲ ਕਲੀਅਰ ਹੈ ਨਹੀਂ ਗੱਲ ਕਲੀਅਰ ਹੈ ਨਹੀਂ ਗੱਲ ਹੁਣ ਅੱਗੇ ਦੇਖ ਲਓ ਹੁਣ ਅੱਗੇ ਦੇਖ ਲਓ ਕਿ ਆਪਾਂ ਹੋਰ ਇਹਦੇ ਚ ਕੀ ਕਰ ਸਕਦੇ ਐਨੀ ਗੱਲ ਕਲੀਅਰ ਹੈ ਕਿ 14 ਸਹੀ 2/7% 1/7 ਹੁੰਦਾ 28 ਤੇ 2/7 ਹੋਏਗਾ 42 ਤੇ 3/7 ਹੋਏਗਾ ਯਾਦ ਹੋ ਗਿਆ ਯੋਗਾ ਨਾ ਯਾਦ ਹੁਣ ਇਹ ਦੇਖ ਲਓ ਯਾਰ ਕਿ 11 ਸਹੀ 1/9% ਕਿੰਨਾ ਹੁੰਦਾ ਤੁਸੀਂ ਕਹੋਗੇ ਸਰ 11 ਸਹੀ 1/ ਦੇਖੋ ਜਿਹਦੇ नीचे 9 ਤੇ ਜਿਹਦੇ नीचे 11 ਹੋਏਗਾ ਨਾ ਬੱਚਾ ਉਹ ਐਸ ਇਟ ਇਜ਼ ਬਾਹਰ ਆਏਗਾ ਜਿਹਦੇ नीचे 9 ਤੇ ਜਿਹਦੇ नीचे 11 ਹੁੰਦਾ ਨਾ ਉਹ ਐਸ ਇਟ ਇਜ਼ ਬਾਹਰ ਆਦਾ ਮਤਲਬ ਹੈ ਜੇ नीचे 9 ਲੱਗੇ ਹੋਏ ਤਾਂ 1/9 ਲਿਖ ਦੋ ਬਸ ਨੂੰ ਠੀਕ ਹੈ ਨਾ ਕਿ 11 ਸਹੀ 1/9% ਕਿੰਨਾ ਹੈ 1/9 ਹੈ ਕਲੀਅਰ ਐਨੀ ਗੱਲ ਹੁਣ ਜੇ ਮੈਂ ਇਹਦੇ ਚ ਆ ਚੀਜ਼ ਦੇਖਾਂ ਕਿ ਐਡਿਟਰ ਆਪਾਂ ਕੀ ਕੁਛ ਕਿਵੇਂ ਯਾਦ ਕਰ ਸਕਦੇ ਹੁਣ ਇਹ ਦੇਖੋ ਯਾਦ ਹੋ ਜਾਣਗੇ ਸਾਰੀਆਂ 1 ਮਿੰਟ ਦਾ ਸਮਾਂ ਦੇ ਆ ਜੇ ਸਾਹਮਣੇ ਧਿਆਨ ਚ ਰੱਖਿਆ ਜੇ ਹੁਣ ਬੱਚਾ ਮੈਂ ਜਿਹਨੂੰ 2/9 ਲਿਖਦਾ 2/9 ਕੀ ਆ 2/9 ਯਾਰ ਕੀ ਦੇ ਬਰਾਬਰ ਹੈ ਜਿਹਦੇ ਨੀਚੇ 9 ਆਏਗਾ ਉੱਪਰ ਗੁਣਾ 11 ਦਾ ਹੋਏਗਾ ਜੇ 9 ਆਇਆ ਤਾਂ 11 ਦਾ ਗੁਣਾ ਹੋਊਗਾ ਜੇ 11 ਆਇਆ ਤਾਂ 9 ਦਾ ਗੁਣਾ ਹੋਊਗਾ 11 ਤੇ 9 ਆਪਸ ਵਿੱਚ ਆਪਸ ਵਿੱਚ ਦੋਸਤ ਹੈ ਥੱਲੇ 9 ਹੈ ਉੱਪਰ ਗੁਣਾ 11 ਦਾ 11 ਦੁਣਾ ਕਿੰਨੇ ਹੁੰਦੇ ਬੱਚਾ 22 ਹੁੰਦੇ ਐ ਇਹਨੂੰ ਐਜ਼ ਇਟ ਇਜ਼ ਲਿਖ ਦਿਓ ਬਸ 22 ਸਹੀ 2/9% ਕੁਝ ਮੁਸ਼ਕਿਲ ਆ ਜੇ ਮੈਂ ਮੰਨ ਲਓ 4/9 ਲਿਖਿਆ 4/9 ਲਿਖਿਆ ਤੁਸੀਂ ਕਹੋਗੇ ਸਰ 4/9 ਕੀ ਦੇ ਬਰਾਬਰ ਹੋਏਗਾ ਥੱਲੇ 9 ਹੈ ਉੱਪਰ ਗੁਣਾ 11 ਦਾ 11 ਚੋਕਾ 44 4/9 ਐਜ਼ ਇਟ ਇਜ਼ ਲਿਖਤਾ ਬੋਲੋ ਕੁ ਚੋਕਾ ਦਿੱਟ ਹੁਣ ਦੇ ਮੰਨ ਲਓ ਮੈਂਵੇਂ ਲਿਖਤਾ ਕਿ 1/11 ਕੀ ਦੇ ਬਰਾਬਰ ਹੈ ਤੁਸੀਂ ਕਹੋਗੇ ਸਰ ਥੱਲੇ 11 ਹੈ ਥੱਲੇ 11 ਹੈ ਉੱਪਰ ਗੁਣਾ 9 ਦਾ ਹੋਏਗਾ 9 ਦਾ ਉੱਪਰ ਗੁਣਾ ਕਰੋ 9 1 9 ਆ ਐਜ਼ ਇਟ ਇਜ਼ ਆ ਜਾਏਗਾ ਬਣੀਗੇ ਨਹੀਂ ਬਣੀ ਗੱਲ ਨੋਟ ਕੁਝ ਨਹੀਂ ਕਰਨਾ ਯਾਰ ਨੋਟ ਕੁਝ ਨਹੀਂ ਕਰਨਾ ਮੈਂ ਇੱਕ ਵਾਰ ਸਮਝਾ ਰਿਹਾ ਸਮਝੋ ਬਸ ਕੁਸ਼ਣ ਤੇ ਲੈ ਕੇ ਚੱਲਣਾ ਬਹੁਤ ਜਲਦੀ 2 11 ਹੈ 2 11 ਹੈ ਥੱਲੇ 11 ਹੈ ਉੱਪਰ ਗੁਣਾ 9 ਦਾ ਹੋਊਗਾ ਥੱਲੇ 11 ਹੈ ਉੱਪਰ ਗੁਣਾ 9 ਦਾ ਹੋਊਗਾ 9 2 18 ਇਹਨੂੰ ਚੱਕ ਕੇ ਨਾਲ ਰੱਖ ਦਿਓ ਬਿਲਕੁਲ ਕੋਲੇ ਆ ਲਓ ਬੋਲੋ ਕੋ ਚੋਖਾ ਦੇ ਜੇ ਮੰਨ ਲਓ ਮੈਂਵੇਂ ਲਿਖਤਾ ਕਿ 7 11 ਇੰਦੀ ਕਿੰਨੀ ਆਏਗੀ ਦੱਸਿਓ ਮੈਨੂੰ ਯਾਰ ਇਹਦਾ ਕਿੰਨਾ ਆਏਗਾ 7/11 ਨੂੰ ਮੈਂ ਕਿੱਦਾਂ ਲਿਖੂੰਗਾ 7/11 ਨੂੰ ਮੈਂ ਕਿੱਦਾਂ ਲਿਖੂੰਗਾ ਮੈਨੂੰ ਆ ਦੱਸੋ ਜੇ ਬੱਚੇ ਥੱਲੇ 11 ਹੈ ਉੱਪਰ ਗੁਣਾ 9 ਦਾ ਹੋਏਗਾ 9 7 63 ਤੇ 7/11 ਐਡਾ ਦਾ ਇਦਾਂ ਹੀ ਲਾ ਦੋ ਬੋਲਵਾ ਸਾਰੇ ਯਾਦ ਹੋਏ ਕਿ ਨਹੀਂ ਹੋਏ ਯਾਰ ਜੇ 14 ਦਾ ਪੜਾਅ ਚੱਲਿਆ ਤਾਂ 14 ਦਾ 1/7 ਹੁੰਦਾ ਹੈ 28 ਦਾ 2/7 ਹੋਏਗਾ 42 ਦਾ 3/7 ਹੋਏਗਾ ਜੇ ਇਧਰ 9 11 ਨਾਲ ਖੇਲ ਹੈ ਤਾਂ ਆ ساری ਕਹਾਣੀ ਤੁਹਾਨੂੰ एकदम ਓਕੇ ਹੋ ਗਈ ਹੋਵੇ ਦੇਖੋ ਕਿੰਨੀਆਂ ਸਾਰੀਆਂ ਤੁੜੀ ਯਾਦ ਹੋ ਚੁੱਕੀਆਂ ਦਿਮਾਗ ਦੇ ਵਿੱਚ ਤੁਹਾਨੂੰ ਪਤਾ ਵੀ ਨਹੀਂ ਚੱਲਿਆ ਹੋਊਗਾ ਜੇ ਮਜ਼ਾ ਆ ਗਿਆ ਹੋਵੇ ਸਾਰੇ ਬੱਚੇ ਇੱਕ ਵਾਰੀ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰ ਦੇਣਗੇ ਫਟਾਫਟ ਸ਼ਾਬਾਸ਼ ਤੇ ਅੱਗੇ ਅੱਗੇ ਚੱਲਦੇ ਆਂ ਫਿਰ done ਹੈ ਗੱਲ done ਹੈ ਗੱਲ done ਹੈ ਚੱਲੀਏ ਚਲੋ ਠੀਕ ਹੈ ਤਾਂ ਇੱਕ ਵਾਰੀ ਸਾਰੇ ਬੱਚੇ ਆ ਦੇਖ ਲਓ ਮੈਂ ਕਿੱਦਾਂ ਬਣਾਏ ਹੈ ਕਿੱਦਾਂ ਨਹੀਂ ਬਣਾਇਆ ਹੈਗਾ ਜੋ ਬੱਚਾ ਲੇਟ ਹੋਇਆ ਬੱਚਾ ਕਲਾਸ ਨੂੰ ਰਿਪੀਟ ਤੇ ਦੇਖਿਓ ਆ ਦੇਖੋ ਹੁਣ ਤੁਹਾਡੇ ਕੋਲ ਤੁਹਾਨੂੰ ਨੋਟ ਨਹੀਂ ਕਰਨਾ ਮੈਂ ਕਿਉਂ ਨਹੀਂ ਕਿਹਾ ਨੋਟ ਕਰਨਾ ਸਾਰਾ ਕੁਝ ਦਿੱਤਾ ਹੋਇਆ ਯਾਰ ਆ ਦੇਖੋ ਆ 1/7 ਵਾਲੇ ਆ ਗਏ ਆ ਗਏ ਨਾ ਹੁਣ ਅੱਗੇ ਆ ਜਾਓ ਕਿ ਆ ਲਓ ਆ ਇੱਕ ਬਟਾ 9 ਵਾਲੇ ਆ ਗਏ ਕਿ ਥੱਲੇ 9 ਹੈ ਉੱਪਰ ਗੁਣਾ 11 ਦਾ 11 ਇਕਮ 11 11 ਸੀ 1 ਬਟਾ 9% ਥੱਲੇ 9 ਹੈ ਉੱਪਰ ਗੁਣਾ 11 ਦਾ 11 ਦੁਣਾ 22 ਸੀ 2 ਬਟਾ 9% ਥੱਲੇ 9 ਹੈ ਉੱਪਰ ਗੁਣਾ 11 ਦਾ 11 ਪੰਜ 55 ਸਹੀ 5 ਬਟਾ 9% ਬੋਲੋ ਆ ਜੋ ਥੱਲੇ 11 ਹੈ ਉੱਪਰ ਗੁਣਾ 9 ਦਾ 9 ਸਹੀ 1 ਬਟਾ 11% ਥੱਲੇ 11 ਹੈ ਉੱਪਰ ਗੁਣਾ 9 ਦਾ 9 ਦੁਣੀ 18 ਸਹੀ 2 ਬਟਾ 11% ਥੱਲੇ 11 ਹੈ ਉੱਪਰ ਗੁਣਾ 9 ਦਾ 9 ਪੰਜ 45 5 ਬਟੇ 11% ਬੋਲੋ ਆ ਸਾਰੀਆਂ ਯਾਦ ਹੋ ਗਈਆਂ ਇਹ ਨਹੀਂ ਹੋ ਗਈ ਬੋਲੋ ਆ ਸਾਰਿਆਂ ਯਾਦ ਹੋ ਗਿਆ ਹੈ ਨਹੀਂ ਹੋ ਗਿਆ ਮਨਨ ਨਹੀਂ ਗੱਲ ਦੱਸ ਦਿਓ ਯਾਰ ਜੀ ਯਾਦ ਹੋ ਗਿਆ ਤਾਂ ਜੀ ਟੈਨਸ਼ਨ ਨਾਲ ਤੁਹਾਨੂੰ ਪੀਡੀਐਫ ਮਿਲ ਜੇਗੀ ਰਦੀ ਬਣੀ ਬਣਾਈ ਪੀਡੀਐਫ ਤੁਹਾਨੂੰ ਮਿਲ ਜੇਗੀ ਵਾਲਪੇਪਰ ਤੇ ਲਾ ਲਿਆ ਜੇ ਤੇ ਰੱਟੀਆਂ ਜਾਣਗੀਆਂ ਕਿਉਂਕਿ ਆ ਬਹੁਤ ਇੰਪੋਰਟੈਂਟ ਹੈ ਡੀਆਈ ਦੇ ਵਿੱਚ ਵੀ ਕੰਮ ਆਏਗੀ ਹਰ ਇੱਕ ਟੌਪਿਕ ਦੇ ਵਿੱਚ ਬੱਚਾ ਇਹ ਕੰਮ ਚਾਣੀਆਂ ਹੀ ਆਣੀਆਂ ਹੈ ਅੱਗੇ ਆਜੋ ਅੱਗੇ ਆ ਕੇ ਤਾਂ ਆਪਣੇ ਕੋਲ ਹੋਰ ਹੋਰ ਵੀ ਬਹੁਤ ਸਾਰੀਆਂ ਹੈ ਜਿਵੇਂ 1/8 ਹੈ 3/8 ਹੈ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ ਬੱਚਾ ਯਾਦ ਕਰਨੀਆਂ ਪੈਣਗੀਆਂ ਕਿਉਂਕਿ 12 ਸਈ 1/2% ਕਿੰਨਾ ਹੁੰਦਾ 1/8 ਹੁੰਦਾ ਹੈਗਾ 3/8 ਕਿੰਨਾ ਹੁੰਦਾ 37 ਸਈ 1/2% ਹੁੰਦਾ ਹੈਗਾ ਤਾਂ ਜੋ ਵੀ ਇੰਪੋਰਟੈਂਟ ਇੰਪੋਰਟੈਂਟ ਹੈ ਸਾਰੀਆਂ ਤੁਹਾਨੂੰ ਲਿਖ ਕੇ ਦੇ ਰੱਖੀਆਂ ਭਾਈ ਆ ਸਾਰੀਆਂ ਇੰਪੋਰਟੈਂਟ ਇੰਪੋਰਟੈਂਟ ਹੈ ਜੋ ਕੰਮ ਆ ਜਾਂਦੀਆਂ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੰਮ ਚ ਕਿਹੜੀਆਂ ਆਂਦੀਆਂ ਬੱਚਾ ਆ ਹੋਗੀ ਤੇ ਆ ਹੋਗੀ ਠੀਕ ਹੈ ਨਾ ਤੇ ਆ ਜੋ ਇੰਪੋਰਟੈਂਟ ਇੰਪੋਰਟੈਂਟ ਸਾਰੀਆਂ ਤੁਹਾਨੂੰ ਲਿਖ ਕੇ ਦੇ ਰਿਆ ਹਾਂ ਇਹ ਯਾਦ ਕਰਨੀਆਂ ਹੈ ਤੁਹਾਨੂੰ ਨਿਕਾਲਣ ਦਾ ਤਰੀਕਾ ਦੱਸਤਾ ਹੁਣ ਜੇ ਮੈਂ ਤਿੰਨ ਹੋਰ ਯਾਦ ਕਰਾਉਣਾ ਚਾਹਾਂ ਤਾਂ ਤਿੰਨ ਹੋਰ ਵੀ ਯਾਦ ਕਰਾ ਸਕਦਾ ਕਿਦਾਂ ਕਿ 12 ਸਹੀ 1/2% ਕਿੰਨਾ ਹੁੰਦਾ ਰਾਜੇ 1/8 ਹੁੰਦਾਗਾ 14 ਸਹੀ 2/7% ਕਿੰਨਾ ਹੁੰਦਾ 1/7 ਹੁੰਦਾ ਹੈ 16 ਸਹੀ 2/3% ਕਿੰਨਾ ਹੁੰਦਾ ਹੈ 1/6 ਹੁੰਦਾ ਹੈ ਆਜੋ ਯਾਦ ਕਰੀਏ ਆਜੋ ਯਾਦ ਕਰੀਏ ਇੱਕ ਵਾਰੀ ਸਾਰੇ ਬੱਚੇ ਮੇਰੇ ਨਾਲ ਬੋਲਣਗੇ ਜਿੱਥੇ ਵੀ ਬੈਠੇ ਹੋ ਆਪਦੇ ਘਰ ਚ ਬੈਠੇ ਹੋ ਕੋਈ ਵੀ ਕੋਲੇ ਬੈਠਾ ਸੰਗਣਾ ਨਹੀਂਗਾ ਸਿੱਧਾ ਸਿੱਧਾ ਗੱਲ ਕਰਨੀ ਹੈਗੀ ਆ ਬਿਲਕੁਲ बारह तो अठ चौदह तो सत्त सोलह तो छः बारह तो अठ याद रखो दिमाग च कोई रिपीटेशन दो कि बारह तो अठ चौदह तो सत्त सोलह तो छः मतलब अगर बारह दे बटा अठ हो गया चौदह दे बटा सत्त हो जाएगा सोलह के गया एक बटा छे हो जाएगा तो बारह तो अठ चौदह तो सत्त सोलह तो छः बारह तो अठ चौदह तो सत्त सोलह तो छे ਡਨ ਇਧਰ ਕੀ ਹੋ ਰਿਹਾ 12 14 16 8 7 6 ਤਾਂ ਯਾਦ ਹੋ ਗਏ ਤਾਂ ਸਾਰੇ ਉਮੀਦ ਕਰਦਾ ਯਾਦ ਹੋ ਗਏ ਹੋਣਗੇ ਤੇ ਯਾਰ 900 ਬੱਚਾ ਹੋ ਚੁੱਕਿਆ 600 ਲਾਈਕ ਹੈ ਇੱਕ ਵਾਰੀ ਸਾਰੇ ਜਣੇ ਫਟਾਫਟ ਯਾਰ ਜੇ ਮਜ਼ਾ ਆ ਗਿਆ ਹੋਵੇ ਸਾਰਿਆਂ ਦਿਮਾਗ ਚ ਬੈਠ ਗਿਆ ਹੋਵੇ ਇੱਕ ਵਾਰੀ ਸੈਸ਼ਨ ਨੂੰ ਜਰੂਰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆ ਜਾਓ ਅੱਜ ਦੀ ਕਲਾਸ ਦੇ ਲੋ ਇੱਕ ਹੋਰ ਬੇਸਿਕ ਹੈ ਇੱਕ ਹੋਰ ਬੇਸਿਕ ਹੈ ਕਿਉਂਕਿ ਬੇਸਿਕ ਬਣਾ ਬਗੈਰ ਗੱਲ ਨਹੀਂ ਹੈ ਨਾ 2 ਮਿੰਟ ਦਾ ਸਮਾਂ ਹੋਰ ਲੱਗੇਗਾ ਦੇਖੋ ਕੁੱਝ ਸ਼ਬਦ ਹੁੰਦੇ ਬੱਚਾ ਪੰਜਾਬੀ ਚ ਪਹਿਲੇ ਤਾਂ ਦੱਸੋ ਕਿ ਸਾਰੇ ਬੱਚੇ ਪੰਜਾਬੀ ਚ ਸਟੇਟਮੈਂਟ ਪੜ੍ਹਦੇ ਹੋ ਕੋਈ ਹੈਂਡ ਰੇਸ ਕਰੋ ਜਿਹੜੇ ਜਿਹੜੇ ਪੰਜਾਬੀ ਚ ਕੁਐਸਚਨ ਪੜ੍ਹਦੇ ਹੋ ਕੋਈ ਹੈਂਡ ਰੇਸ ਕਰੋ ਹੋਰ ਇੱਕ ਚੀਜ਼ ਦੱਸਣੇ ਅੱਜ ਅੱਜ ਇੱਕ ਹੋਰ ਚੀਜ਼ ਵੀ ਦੱਸਣੇ ਨਾਲ ਦੇ ਨਾਲ ਜਿਹੜੇ ਬੱਚੇ ਪੰਜਾਬੀ ਚ ਸਟੇਟਮੈਂਟ ਪੜ੍ਹਦੇ ਆ ਕਿ ਸਰ ਮੈਂ ਪੰਜਾਬੀ ਚ ਪੜਦਾ ਹੁਣਾ ਪੰਜਾਬੀ ਚ ਪੜ੍ਹ ਕੇ ਸਵਾਲ ਕਰਦਾ ਹੁਣਾ ਇੱਕ ਵਾਰੀ ਹੈਂਡ ਰੇਸ ਕਰ ਦੋ ਕਿ ਸਰ ਮੈਂ ਪੰਜਾਬੀ ਵਾਲਾ ਪੰਜਾਬੀ ਵਾਲਿਓ ਸਾਰੇ ਪੰਜਾਬੀ ਵਾਲਿਓ ਲੋ ਹੁਣ ਦੇਖੋ ਕੁਝ ਵਰਡ ਹੁੰਦੇ ਬੱਚਾ ਜੋ ਇੱਕ ਕਿਸੇ ਅੱਖਰ ਦੇ ਪਿੱਛੇ ਲੱਗ ਕੇ ਨਾ ਕਿਸੇ ਅੱਖਰ ਦੇ ਪਿੱਛੇ ਲੱਗ ਜਾਂਦੇ ਉਹਨਾਂ ਦਾ ਕੋਈ ਮਤਲਬ ਬਦਲਦਾ ਦਾ ਤੋਂ ਨਾਲੋਂ ਗੱਲਾਂ ਬਹੁਤ ਛੋਟੇ ਛੋਟੀਆਂ ਐ ਬਟ ਸਵਾਲ ਗਲਤੀ ਕਰ ਜਿੱਥੇ ਗਲਤੀ ਹੁੰਦੀ ਹੈ ਉਹਨੂੰ ਸਹੀ ਕਰਨੀ ਹੈ ਦਾ ਤੋਂ ਨਾਲੋਂ ਦੇਖੋ ਹੁਣ ਇੱਕ ਲਾਈਨਾਂ ਹੈ ਇਹਨਾਂ ਦਾ ਮਤਲਬ ਕੀ ਹੈ ਬੱਚਾ ਜਿਨ੍ਹਾਂ ਨਾਲ ਦਾ ਲੱਗ ਗਿਆ ਜਿਨ੍ਹਾਂ ਨਾਲ ਤੋ ਲੱਗ ਗਿਆ ਜਿਨ੍ਹਾਂ ਨਾਲ ਨਾਲੋਂ ਲੱਗ ਗਿਆ ਜਿਨ੍ਹਾਂ ਨਾਲ ਦਾ ਲੱਗ ਗਿਆ ਤੋਂ ਲੱਗ ਗਿਆ ਨਾਲੋਂ ਲੱਗ ਗਿਆ ਉਹ ਬੱਚੇ ਕੀ ਹੋਏਗਾ ਬਟਾ ਚ ਆ ਜਾਂਦਾ ਕਿਦਾਂ ਹੁਣ ਮੈਂ ਕਹਿੰਦਾ ਕੀ ਆ ਲਾਈਨ ਹੈ ਕੁਛ ਨਾ ਕੁਛ ਜਿਵੇਂ ਪਹਿਲੇ ਆਪਾਂ ਲਾਈਨ ਲੈਣੇ ਕਿ ਐਕਸ ਦੀ ਆਮਦਨ ਵਾਈ ਦੀ ਆਮਦਨ ਨਾਲੋਂ ਦੇਖੋ ਬੱਚਾ ਆ ਨਾਲੋਂ ਜੋ ਸ਼ਬਦ ਹੈ ਨਾ ਆ 20% ਕਿੰਨਾ ਹੁੰਦਾ ਹੈ 20% ਹੁੰਦਾ ਹੈ ਬੱਚਾ 1/5 20% ਕਿੰਨਾ ਹੁੰਦਾ ਹੈ 1/5 ਹੁੰਦਾ 20% ਕਿੰਨਾ ਹੁੰਦਾ ਹੈ 1/5 ਹੁੰਦਾ ਹੈ 20% ਕਿੰਨਾ ਹੁੰਦਾ ਹੈ 1/5 ਹੁੰਦਾ ਇੰਨੀ ਗੱਲ ਕਲੀਅਰ ਹੁਣ ਇਹ ਕਹਿੰਦਾ ਕੀ ਕਹਿੰਦਾ ਐਕਸ ਦੀ ਆਮਦਨ ਵਾਈ ਦੀ ਆਮਦਨ ਨਾਲੋਂ 20% ਵਧ ਹੈ ਦੇਖੋ ਰੇਸ਼ੋ ਕਿੱਦਾਂ ਬਣਾਣਾ ਬੱਚਾ ਰੇਸ਼ੋ ਬਣਾਣਾ ਸਿਖਾ ਰਿਹਾ ਹਾਂ ਕਹਿੰਦਾ ਐਕਸ ਦੀ ਆਮਦਨ ਵਾਈ ਦੀ ਆਮਦਨ ਨਾਲੋਂ ਨਾਲੋਂ ਲੱਗਿਆ ਹੈ ਭਈ ਵਾਈ ਦੀ ਆਮਦਨ ਦੇ ਨਾਲ ਜਿਹਦੇ ਨਾਲ ਨਾਲੋਂ ਲੱਗਿਆ ਤੋਂ ਲੱਗਿਆ ਦਾ ਲੱਗਿਆ ਉਹ ਥੱਲੇ ਵਾਲਾ ਭਈ ਜਿਹਦੇ ਨਾਲ ਆਹ ਤਿੰਨ ਸ਼ਬਦ ਲੱਗ ਜਾਨਾ ਦਾ ਤੋਂ ਨਾਲੋਂ ਆਹ ਤਿੰਨ ਸ਼ਬਦ ਜਿਹਦੇ ਨਾਲ ਵੀ ਲੱਗ ਗਏ ਉਹ ਥੱਲੇ ਵਾਲਾ ਹੈ ਜਿਵੇਂ 20% ਕੀ ਹੁੰਦਾ 1/5 ਹੁੰਦਾ ਤਾਂ ਥੱਲੇ ਵਾਲਾ ਹੈ ਉਹੀ ਜਿਹਦੇ ਨਾਲ ਕੀ ਲੱਗਿਆ ਨਾਲੋਂ ਲੱਗੇ ਦੇਖੋ y ਦੀ ਆਮਦਨ ਦੇ ਨਾਲ ਨਾਲੋ ਲੱਗਿਆ ਤਾਂ y ਦੀ ਆਮਦਨ ਥੱਲੇ ਵਾਲੀ ਹੈ ਮਤਲਬ 5 ਹੈ ਅੱਗੇ ਸ਼ਬਦ ਕੀ ਲੱਗਿਆ ਵੱਧ ਹੈ ਤਾਂ ਮਤਲਬ x ਦੀ x ਦੀ ਕੀ ਹੋਏਗੀ ਇੱਕ ਵੱਧ ਹੋਏਗੀ 6 ਹੋਏਗੀ ਮਤਲਬ ਰੇਸ਼ੋ ਕੀ ਹੋ ਜਾਏਗਾ 6 ਰੇਸ਼ੋ 5 ਹੋ ਜਾਏਗਾ 6 ਰੇਸ਼ੋ 5 ਹੋ ਜਾਏਗਾ 6 ਰੇਸ਼ੋ 5 ਹੋ ਜਾਏਗਾ ਗੱਲ ਆ ਗਈ ਸਮਝ ਹੁਣ ਅੱਥੇ ਕੀ ਕਿਹਾ ਕਹਿੰਦਾ x ਦੀ ਆਮਦਨ y ਦੀ ਆਮਦਨ ਤੋਂ 20% ਵੱਧ ਹੈ ਤਾਂ ਗੱਲ ਉਹੀ ਸੇਮ ਟੂ ਸੇਮ ਹੈ y ਦੀ ਆਮਦਨ ਤੋਂ 20% ਹੁੰਦਾ 1/5 ਤੋਂ ਲੱਗਿਆ ਹੋਇਆ ਹੈ y ਦੀ ਆਮਦਨ ਦੇ ਨਾਲ ਤਾਂ y ਦੀ ਆਮਦਨ 5 ਹੈ ਤਾਂ ਉਹਦੀ 6 ਹੋ ਜਾਏਗੀ y ਦੀ ਆਮਦਨ 5 ਹੈ x ਦੀ ਆਮਦਨ 6 ਹੋ ਜਾਏਗੀ ਠੀਕ ਹੈ ਕਲੀਅਰ ਐਨੀ ਗੱਲ x ਦੀ y ਦੀ ਆਮਦਨ ਆ ਦੇਖੋ x ਦੀ ਆਮਦਨ y ਦੀ ਆਮਦਨ ਦਾ 20% ਵੱਧ ਹੈ ਗੱਲ ਹੋਈਏ ਤਾਂ ਜੇ ਗੱਲ ਸਮਝ ਚ ਆ ਗਈ ਹੋਵੇ ਤਾਂ ਇੱਕ ਵਾਰੀ ਸਾਰੇ ਬੱਚੇ ਥੰਬਸ ਅਪ ਕਰ ਦੇਣਗੇ ਕਿ ਸਰ ਰੇਸ਼ੋ ਕਿੱਦਾਂ ਬਣਾਣਾ ਹੈ ਜਿਹਦੇ ਨਾਲ ਦਾ ਲੱਗ ਗਿਆ ਜਿਹਦੇ ਨਾਲ ਤੋਂ ਲੱਗ ਗਿਆ ਜਿਹਦੇ ਨਾਲ ਨਾਲੋ ਲੱਗ ਗਿਆ ਉਹ ਥੱਲੇ ਵਾਲਾ ਹੀ ਹੋਏਗਾ ਭਾਈ ਹੁਣ ਮੈਂ 20% ਹੋਵੇ ਤੇ ਕਿੰਨੇ ਵੀ ਪਰਸੈਂਟ ਹੋਵੇ ਬੱਟਾ ਵਾਲਾ ਹੀ ਹੋਏਗਾ ਜੇ ਆ ਵੀ ਗੱਲਾਂ ਜੇ ਪਹਿਲੇ ਨਹੀਂ ਪੜੀਆਂ ਹੋਈਆਂ ਤਾਂ ਫਿਰ ਮੇਸੀ ਕੇ ਪਈ ਇੱਥੇ ਗਲਤੀਆਂ ਕਰ ਜਾਂਦਾ ਬੱਚਾ ਕਿ ਸਰ ਥੱਲੇ 6 ਰੱਖਣਾ ਸੀ ਥੱਲੇ 5 ਰੱਖਣਾ ਸੀ ਆਈ ਗੱਲ ਨਹੀਂ ਸਮਝ ਚਾਈ ਕਿੰਨੇ ਬੱਚੇ ਸੀ ਅੱਜ ਤੱਕ ਆ ਕਨਫਿਊਜ਼ਨ ਸੀਗੀ ਕਿ ਸਰ ਥੱਲੇ ਕਿਹੜਾ ਰੱਖਣਾ ਉੱਪਰ ਕਿਹੜਾ ਰੱਖਣਾ ਮਨਤਾ ਹੀ ਨਹੀਂ ਸਮਝ ਆਉਂਦਾ ਸੀਗਾ ਤਾਂ ਬੱਚਾ ਜਿਹਦੇ ਨਾਲ ਦਾ ਤੋਂ ਨਾਲੋਂ ਲੱਗ ਗਿਆ ਉਹ ਪਈ ਥੱਲੇ ਵਾਲਾ ਹੁੰਦਾ ਹੈ ਵਾਈ ਦੀ ਆਮਦਨ ਥੱਲੇ ਵਾਲੀ ਹੈ 5 ਹੈ ਵਾਈ ਦੀ ਆਮਦਨ ਥੱਲੇ ਵਾਲੀ 5 ਹੈ ਇੱਥੇ ਵੀ ਵਾਈ ਦੀ ਆਮਦਨ ਥੱਲੇ ਵਾਲੀ 5 ਹੈ ਮਜ਼ਾ ਆ ਗਿਆ ਮਜ਼ਾ ਆ ਗਿਆ ਤੇ ਕੋਈ ਸਾਰੇ ਬੱਚੇ 693 ਲਾਈਕ 958 ਬੱਚਾ ਦੇਖ ਰਿਹਾ ਫਟਾ ਫਟ ਇੱਕ ਵਾਰੀ ਸੈਸ਼ਨ ਵੇਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਗੇ ਅੱਗੇ ਆਜੋ ਹੁਣ ਕਈ ਕਹਿ ਰਹੇ ਸਰ ਇੰਗਲਿਸ਼ ਵਾਲੇ ਦੱਸ ਦਿਓ ਭਾਈ ਇੰਗਲਿਸ਼ ਵਾਲੇ ਵੀ ਦੱਸਾਂਗੇ ਡੋਨਟ ਵਰੀ ਆਜੋ ਆਈ ਦੀ ਕਲਾਸ ਦੇ ਪਹਿਲੇ ਸਵਾਲ ਤੇ ਤਾਂ 20 ਮਿੰਟ ਜ਼ਰੂਰ ਲੱਗੇ ਪਰ 20 ਮਿੰਟਾਂ ਦੇ ਵਿੱਚ ਬਹੁਤ ਸਾਰਾ ਕੁਝ ਬੇਸਿਕ ਦੱਸਿਆ ਹੈ ਹੁਣ ਸਵਾਲਾਂ ਦੀ ਬਣਾ ਦਾਂਗੇ ਨੇਰੀ ਤੇ ਚੱਲਾਂਗੇ ਸਪੀਡ ਨਾਲ ਆਜੋ ਹੁਣ ਇਹ ਦੇਖ ਲਓ ਯਾਰ ਇਹਦੇ ਵਿੱਚ ਕਿਹਾ ਕੀ ਗਿਆ ਕਹਿੰਦਾ ਉਹੀ ਸਵਾਲ ਹੈ ਕਹਿੰਦਾ ਐਕਸ ਦੀ ਆਮਦਨ ਵਾਈ ਦੀ ਆਮਦਨ ਨਾਲੋਂ 20% ਵੱਧ 20% ਹੁੰਦਾ 1/5 x ਤੇ y ਦੋ ਜਨੇ ਹੈ ਮੇਰੀ ਗੱਲ ਇੱਕ ਵਾਰੀ ਧਿਆਨ ਨਾਲ ਸੁਣ ਕੇ ਚੱਲੋ ਕਹਿੰਦਾ x ਦੀ ਆਮਦਨ y ਦੀ ਆਮਦਨ ਨਾਲੋਂ ਨਾਲੋਂ ਕਿਤੇ ਨਾਲ ਲੱਗਿਆ ਭਾਈ y ਦੀ ਆਮਦਨ ਦੇ ਨਾਲ ਤਾਂ y ਦੀ ਆਮਦਨ 5 ਹੈ ਅੱਗੇ کیا ਵਧ ਹੈ ਮਤਲਬ ਇੱਕ ਵਧ ਹੋਏਗੀ ਦੂਜੇ ਦੀ 6 ਹੋ ਜਾਏਗੀ ਮਤਲਬ 6 ਰੇਸ਼ੋ 5 ਆ ਜਾਏਗਾ 6 ਰੇਸ਼ੋ 5 ਆ ਜਾਏਗਾ ਹੁਣ ਅੱਗੇ ਸਵਾਲ ਕੀ ਪੁੱਛ ਰਿਹਾ ਹੈ ਅੱਗੇ ਸਵਾਲ ਕੀ ਪੁੱਛ ਰਿਹਾ ਕਹਿੰਦਾ y ਦੀ ਆਮਦਨ x ਤੋਂ ਘੱਟ ਕਿੰਨੀ ਹੈ ਜੋ Y ਦੀ ਆਮਦਨ ਹੈ ਉਹ X ਤੋਂ ਕਿੰਨੀ ਘੱਟ ਹੈ ਜੇ X 6 ਰੁਪਏ ਕਮਾਰਿਆ ਤਾਂ Y ਕਿੰਨੇ ਕਮਾਰਿਆ 5 ਕਮਾਰਿਆ ਕਿੰਨੇ ਘੱਟ ਕਮਾਰਿਆ 1 ਰੁਪਿਆ ਘੱਟ ਕਮਾਰਿਆ ਹੈ ਹੁਣ ਦੇਖੋ ਇਸ ਲਾਈਨ ਦੇ ਵਿੱਚ ਤੋਂ ਕਿਹਦੇ ਨਾਲ ਲੱਗਿਆ ਹੋਇਆ ਹੈ ਇਸ ਲਾਈਨ ਦੇ ਵਿੱਚ Y ਦੀ ਆਮਦਨ X ਤੋਂ ਦੱਸਿਆ ਸੀ ਨਾ ਕਿ ਦਾ ਤੋਂ ਨਾਲੋਂ ਜਿਹਦੇ ਨਾਲ ਵੀ ਲੱਗ ਗਿਆ ਥੱਲੇ ਆਏਗਾ ਦੇਖੋ ਤੋਂ ਲੱਗਿਆ ਹੋਇਆ ਐਕਸ ਨਾਲ ਤਾਂ ਐਕਸ ਥੱਲੇ ਆਏਗਾ ਐਕਸ ਕਿੰਨਾ ਹੈ 6 ਹੈ 6 ਥੱਲੇ ਆਏਗਾ ਪਰਸੈਂਟੇਜ ਕੱਢਣ ਵਾਸਤੇ ਗੁਣਾ 16 ਲਾਣੇ ਆ ਕਿਉਂਕਿ ਪਰਸੈਂਟੇਜ ਦੇ ਵਿੱਚ ਨਿਕਾਲਣਾ ਹੈ ਤਾਂ ਬੱਚਾ 1/6 ਮਾਂ ਹੁਣੇ ਹੀ ਦੱਸ ਕੇ ਆ ਕਿੰਨਾ ਹੁੰਦਾ ਭਈ 16 ਸਹੀ 2/3% ਹੁੰਦਾ ਗੱਲ ਆਈ ਸਮਝ ਕੇ ਨਹੀਂ ਆਈ ਮਜ਼ਾ ਆਇਆ ਕਿ ਨਹੀਂ ਆਇਆ ਤੇ ਇੱਕ ਵਾਰੀ ਸਾਰੇ ਬੱਚੇ ਥੰਮਸ ਅਪ ਕਾ ਦੇਣਗੇ ਹੁਣ ਆਪਾਂ ਸਵਾਲਾਂ ਦੀ ਨੇੜੀ ਠਾ ਦੇਾਂਗੇ 20 ਦੇ ਨੇੜੇ ਜਿਹੜੇ ਸਵਾਲ ਹੈ ਆਨ ਆਲੇ 40 ਮਿੰਟਾਂ ਦੇ ਵਿੱਚ ਵਿੱਚ ਆ 20 ਸਵਾਲ ਜੋ ਹੈ ਡਨ ਹੋ ਜਾਣਗੇ ਗੀਤ ਅrowData ਕਹਿੰਦਾ ਸਰ ਇੰਗਲਿਸ਼ ਔੜੇ ਇੰਗਲਿਸ਼ ਔੜੇ ਕੀ ਕਰਦੇਗੇ ਐਕਸ ਦੀ ਐਕਸ ਐਕਸਿਸ ਇਨਕਮ ਇਜ਼ 20% ਮੋਰ ਦੈਨ ਦੈਟ ਆਫ ਵਾਈ ਦੇਖੋ ਮੋਰ ਦੈਨ ਦੈਟ ਆਫ ਵਾਈ ਆਫ ਲੱਗਿਆ ਹੁੰਦਾ ਬੱਚਾ ਇੰਗਲਿਸ਼ ਕੀ ਲੱਗਿਆ ਹੁੰਦਾ ਆਫ ਲੱਗਿਆ ਹੁੰਦਾ ਮਤਲਬ ਕੰਪੈਰੀਜ਼ਨ ਵਾਈ ਨਾਲ ਹੋ ਰਿਹਾ ਹੈ ਤਾਂ ਵਾਈ ਪਾਈ ਥੱਲੇ ਵਾਲਾ ਕਲੀਅਰ ਐਨੀ ਗੱਲ ਡਨ ਹੈ ਡਨ ਹੈ ਡਨ ਹੈ ਚਲੋ ਅਗਲੇ ਤੇ ਆਜੋ ਤਾਜੋ ਨੇੜੀ ਠਾਜੋ ਹੁਣ ਸਵਾਲਾਂ ਦੀ ਨੇੜੀ ਠਾਜੋ ਤੇ ਸਾਰੇ ਬੱਚੇ ਇੱਕ ਵਾਰ ਇਹ ਸੈਸ਼ਨ ਨੂੰ ਸ਼ੇਅਰ ਕਰ ਦੋ ਬੜਾ ਹਜ਼ਾਰ ਦੇ ਬਹੁਤ ਨੇੜਿਆ ਯਾਰ ਖੇਚ ਦਿਓ ਕੰਮ ਯਾਰ ਮੀਟਰ ਕੇ ਦਿਓ ਫਟਾਫਟ ਸ਼ਾਬਾਸ਼ ਤੇ ਜਿਨ੍ਹਾਂ ਨੇ ਹਾਲੇ ਤੱਕ ਸ਼ੇਅਰ ਵਾਲਾ ਬਟਨ ਨਹੀਂ ਕੀਤਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਡਨ ਹੈ ਚਲੋ ਬਣਾ ਦਿਓ ਕਿੰਨਾ ਆਏਗਾ ਚਲੋ ਚਲੋ ਬਣਾਓ ਸਵਾਲ ਬਣਾ ਦਿਓ ਹੁਣ ਹੁਣ ਆਪਾਂ ਸਵਾਲਾਂ ਦੀ ਠਾਜ ਦੇ ਨੇੜੀ ਆ ਗਿਆ ਸਵਾਰ ਸੁੱਕਾ ਹੋ ਗਿਆ ਨਾ ਬਸ ਓਕੇ ਹੋ ਜਾਣਗੇ ਯਾਰ ਕਿਉਂ ਟੈਨਸ਼ਨ ਲੈਣਾ ਤੁਸੀਂ ਮੇਰੇ ਹੋਂਦੇ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਨਾ ਚਲੋ ਠੀਕ ਹੈ ਬਣਾਓ ਹੁਣ ਦੇਖੋ ਹੁਣ ਦੇਖੋ ਇੱਕ ਸੰਖਿਆ ਦਾ 42% 2457 ਹੈ ਤਾਂ ਸੰਖਿਆ ਕਿੰਨੀ ਹੈ ਇਹ ਬੜਾ ਆਸਾਨ ਹੈ ਯਾਰ ਇਹ ਤਾਂ ਬੜੇ ਚੂਰਣ ਸਵਾਲ ਹੈ ਕਹਿੰਦਾ ਇੱਕ ਸੰਖਿਆ ਦਾ 42% 2457 ਹੈ 2457 ਕਿੰਨੇ ਪਰਸੈਂਟ ਦੀ ਵੈਲਿਊ ਹੈ ਦੇਖੋ ਕਹਿੰਦਾ ਸੰਖਿਆ ਦਾ 42% 2457 ਹੈ ਮਤਲਬ 2457 42% ਦੀ ਵੈਲਿਊ ਹੈ 100% ਦੀ ਵੈਲਿਊ نکالਨੀ ਹੈ 100% ਦੀ ਵੈਲਿਊ نکالਨੀ ਹੈ ਦੇਖੋ 3 ਤੇ ਕੱਟ ਲਓ 6 ਤੇ ਕੱਟ ਲਓ 7 ਤੇ ਕੱਟ ਲਓ ਕਿੱਥੇ ਮਰਜੀ ਕੱਟ ਲਓ ਆਨਸਰ ਤਾਂ ਆ ਹੀ ਜਾਏਗਾ ਆਨਸਰ ਤਾਂ ਆ ਹੀ ਜਾਏਗਾ ਬੱਚਾ ਆਨਸਰ ਤਾਂ ਆ ਹੀ ਜਾਏਗਾ ਕਿੰਨੇ ਤੇ ਘਟिए 6 ਚੋ 24 6 ਤੇ ਨਹੀਂ ਕੱਟ ਰਿਹਾਗਾ 3 ਤੇ ਕੱਟ ਰਿਹਾਗਾ 2 ਕੱਟ ਦੇਗਾ ਤਿੰਨ ਤੇ ਕੱਟ ਦੇਗਾ ਇਹਨੂੰ ਤਿੰਨ ਤੇ ਕੱਟਾ ਕਿੰਨਾ ਆ ਜਾਏਗਾ 14 ਆ ਜਾਏਗਾ ਇਹਨੂੰ ਤਿੰਨ ਤੇ ਕੱਟਾ ਕਿੰਨਾ ਆ ਜਾਏਗਾ ਤੁਸੀਂ ਕਹੋਗੇ ਸਰ 8 3 24 3 1 3 9 3 27 819 819 14 ਤੇ ਕੱਟ ਰਿਹਾ 14 5 70 ਤੇ 14 5 70 11 ਬੱਜ ਜਾਏਗਾ ਤੇ 119 ਨਹੀਂ 7 ਤੇ ਕੱਟ ਰਿਹਾ ਹੈ ਤੁਸੀਂ ਕਹੋਗੇ ਸਰ 7 1 7 1 ਬਚ ਜਾਏਗਾ 11 ਹਾਂ ਕੱਟ ਰਿਹਾ ਇਹਨੂੰ 7 ਨਾਲ 7 ਤੇ ਕਟਾਂਗੇ 7 2 14 ਇਹਨੂੰ 7 ਤੇ ਕਟਾਂਗੇ 7 1 7 1 ਬਚ ਗਿਆ 11 ਤਾਂ 7 1 7 7 7 49 117 ਤੁਸੀਂ ਕਹੋਗੇ ਸਰ ਇਹਨੂੰ ਘਟਾਗੇ ਤਾਂ ਇਹ ਆ ਜਾਏਗਾ ਭਈ 50 ਤਾਂ ਇਹਦੇ ਚਾਂਸਰ ਕਿੰਨਾ ਆਏਗਾ 117 50 ਕਰਨਾ ਹੈ ਤਾਂ ਬੱਚੇ ਕਿੰਨਾ ਆ ਜਾਏਗਾ 117 50 17 585 850 ਉੱਪਰ ਆਉਣਾ ਚਾਹੀਦਾ ਹੈ 850 ਉੱਪਰ ਆਉਣਾ ਚਾਹੀਦਾ ਹੈ 850 ਉੱਪਰ ਆਉਣਾ ਚਾਹੀਦਾ ਤਾਂ ਨਨ ਆਪਸ਼ਨ ਆ ਜਾਏਗਾ 5850 ਆ ਰਿਹਾ ਸਾਰਿਆਂ ਦਾ 5850 ਆ ਰਿਹਾ ਕਿ ਨਹੀਂ ਆ ਰਿਹਾ ਸਾਰਿਆਂ ਦੇ ਇੱਕ ਵਾਰ ਦੱਸ ਦੋ 5850 ਆ ਰਿਹਾ ਕਿ ਨਹੀਂ ਆ ਰਿਹਾ ਮੈਨੂੰ ਇੱਕ ਵਾਰੀ ਸਾਰੇ ਦੱਸ ਦੋ 5850 ਆ ਰਿਹਾ ਕਿ ਨਹੀਂ ਆ ਰਿਹਾ ਤਾਂ 5850 ਸਵਾਲ ਦਾ ਆਨਸਰ ਹੈ 5850 ਕਿਉਂਕਿ 117 ਨੂੰ 50 ਨਾਲ ਗੁਣਾ ਕਰਾਵਾਂਗੇ 117 ਨੂੰ 50 ਨਾਲ ਗੁਣਾ ਕਰਾਵਾਂਗੇ ਕਿੰਨਾ ਆ ਜਾਏਗਾ 5850 ਤਾਂ 5850 ਦੇ 5200 ਦੇ ਰੱਖਿਆ ਤਾਂ ਇਹ ਹੈ ਨਹੀਂ ਭਈ 5250 ਸਵਾਲ ਦਾ ਆਨਸਰ ਹੈ ਅੱਗੇ ਆ ਦੋ ਲਓ ਚੱਕ ਦਿਓ ਫੱਟੇ ਹੁਣ ਬਸ ਹੁਣ ਰੁਕਣਾ ਨਹੀਂਗਾ ਹੁਣ ਜੋ ਹੈ ਸਪੀਡ ਨਾਲ ਚੱਲਾਂਗੇ ਥੋੜਾ ਜਿਆ ਕਿਉਂਕਿ ਆਪਾਂ ਸਵਾਲ ਬਹੁਤ سارے ਲੈ ਕੇ ਆਏ ਬੇਸਿਕਲੀ ਕਰਨਾ ਜ਼ਰੂਰੀ ਸੀਗਾ ਚੱਕ ਦਿਓ ਫੱਟੇ ਸ਼ਾਬਾਸ਼ 991 ਬੱਚਾ ਯਾਰ ਫਟਾਫਟ ਇੱਕ ਵਾਰੀ ਸਾਰੇ ਜਣੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਲੇ ਤੱਕ ਸ਼ੇਅਰ ਵਾਲੇ ਬਟਨ ਨਹੀਂ ਦੱਬਿਆ ਤੇ ਲਾਈਕ ਜ਼ਰੂਰ ਕਰ ਦਿਓ ਜੋ ਬੱਚਾ ਦੇਖ ਰਿਹਾ ਯਾਰ ਇੱਕ ਵਾਰੀ ਲਾਈਕ ਵਾਲੇ ਬਟਨ ਜਲਦੀ ਦਬਿਆ ਕਰੋ ਸ਼ਾਬਾਸ਼ ਚਲੋ ਕਹਿੰਦਾ ਜੇਕਰ ਕਿਸੇ ਨੰਬਰ ਨੂੰ 16 ਸਹੀ 2/3% ਵਧਾਇਆ ਜਾਂਦਾ ਹੈ ਤਾਂ ਨਵਾਂ ਨੰਬਰ 650 ਹੋ ਜਾਏਗਾ ਬੱਚਾ ਇਹ ਗੱਲ ਮੇਰੀ ਧਿਆਨ ਨਾਲ ਰੱਖ ਲੋ ਹਮੇਸ਼ਾ ਜੋ ਛੋਟੀਆਂ ਛੋਟੀਆਂ ਗੱਲਾਂ ਦੱਸ ਰਿਹਾ ਹਾਂ ਉਹ ਯਾਦ ਰੱਖਣੀਆਂ ਹੈ ਕੀ ਯਾਦ ਰੱਖਣਾ ਛੋਟੇ ਛੋਟੀ ਗੱਲਾਂ ਮੈਂ ਕਹਤਾ ਕਿ ਜੇਕਰ ਕਿਸੇ ਨੰਬਰ ਨੂੰ 16 ਸਹੀ 2/3% ਵਧਾਇਆ ਜਾਂਦਾ ਹੈ ਬੱਚਾ ਸਭ ਨਾਲ ਪਹਿਲਾਂ ਜੋ ਲਾਈਨ ਪੜ੍ਹਨੀ ਹੈ ਨਾ ਸਵਾਲ ਦੇ ਵਿੱਚ ਪਰਸੈਂਟੇਜ ਵਾਲੀ ਪੜ੍ਹਨੀ ਹੁੰਦੀ ਹੈ ਸਭ ਨਾਲ ਪਹਿਲਾਂ ਜੋ ਲਾਈਨ ਪੜ੍ਹਨੀ ਹੈ ਉਹ ਪਰਸੈਂਟੇਜ ਵਾਲੀ ਪੜ੍ਹਨੀ ਹੁੰਦੀ ਹੈ ਜੇਕਰ ਕਿਸੇ ਨੰਬਰ ਨੂੰ 16 ਸਹੀ 2/3% ਵਧਾਇਆ ਜਾਂਦਾ ਹੈ ਤਾਂ 16 ਸਹੀ 2/3% ਹੁੰਦਾ ਹੈ 1/6 ਇਹ ਹੁਣੇ ਦੱਸ ਕਿਹਾ ਕਿਉਂ ਹੁੰਦਾ ਕਿੱਦਾਂ ਹੁੰਦਾ ਤੁਸੀਂ ਕਹਿ ਦੋਗੇ ਸਰ origignal ਨੰਬਰ ਤੇ ਨਵਾਂ ਨੰਬਰ ਪੁਰਾਣਾ ਨੰਬਰ ਤੇ ਨਵਾਂ ਨੰਬਰ ਪੁਰਾਣਾ ਨੰਬਰ ਹਮੇਸ਼ਾ ਥੱਲੇ ਵਾਲਾ ਹੁੰਦਾ ਭਈ ਜੋ ਬਟਾ ਚ ਦਿੱਤਾ ਹੈ ਦਾ ਹੈ ਤਾਂ ਮਤਲਬ ਨੰਬਰ 6 ਤਾਂ ਸਿੱਗਾ ਹੀ ਸੀਗਾ ਹੁਣ ਜੇ ਇੱਕ ਵਧਾਇਆ ਤਾਂ ਜੋੜ ਦੋ ਪਈ ਜੇ ਇੱਕ ਘਟਾਇਆ ਤਾਂ ਘਟਾ ਦਿਓ ਹੁਣ ਕਹਿੰਦਾ ਕਿ 16 ਸਹੀ 2/3% ਵਧਾਇਆ ਹੈ ਇਨਕਰੀਜ਼ ਕੀਤਾ ਹੈ ਐਂਦਾ ਮਤਲਬ ਕੀ ਹੋਏਗਾ 6 ਸੀ ਇੱਕ ਵਧਾ ਕੇ ਕਿੰਨਾ ਕਰਤਾ 7 ਕਰਤਾ ਜੇ ਕਟਾਂਦਾ ਤਾਂ ਮੈਂ 6 ਤੱਕ ਮਾਈਨਸ ਕਰ ਦਿੰਦਾ 6 ਤੋਂ 1 ਵਧਾ ਕੇ 7 ਕਰਤਾ ਉਹ ਕਹਿੰਦਾ ਭਈ ਨਵਾਂ ਨੰਬਰ 3600 ਹੋ ਗਿਆ ਉਹ ਕਹਿੰਦਾ 6 ਤੋਂ 7 ਹੋ ਗਿਆ ਕਹਿੰਦਾ 7 ਨਹੀਂ ਹੋਇਆ 3600 ਹੋ ਗਿਆ ਤਾਂ 7 ਨੂੰ 3600 ਕਿ ਆ ਗਿਆ ਹੈ 7 ਨੂੰ 3600 ਕਿ ਆ ਗਿਆ ਬੱਚਾ 7 ਨੀਮਾ 36 2 ਜ਼ੀਰੋਆਂ ਮਤਲਬ 900 ਗੁਣਾ ਜੇ ਬੱਚਾ ਆ 900 ਗੁਣਾ ਹੈ ਤਾਂ ਦਰਾਲਾ ਵੀ 900 ਗੁਣਾ ਹੋਏਗਾ ਤੁਸੀਂ ਕਹਿ ਦੋਗੇ ਸਰ 9 6 54 ਤੇ 2 ਜ਼ੀਰੋਆਂ 5400 ਤਾਂ ਮਤਲਬ ਆਂਸਰ ਆ ਜਾਏਗਾ 5400 ਕਿਹੜੇ-ਕਿਹੜੇ ਦਾ ਆ ਗਿਆ ਸਿਕ ਵਾਰੀ ਸਾਰੇ ਬੱਚੇ ਹੈਂਡਸ ਕਰ ਦੇਣਗੇ ਇੱਕ ਵਾਰੀ ਸਾਰੇ ਬੱਚੇ ਹੈਂਡ ਰੇਸ ਕਰ ਦੇਣਗੇ ਕਿ ਸਰ ਗੱਲ ਬਿਲਕੁਲ ਕਲੀਅਰ ਹੈ ਗੱਲ ਬਿਲਕੁਲ ਓਕੇ ਹੈ 6 ਤੋਂ 7 ਤੋਂ ਹੋ ਗਿਆ ਉਹ ਕਹਿੰਦਾ 7 ਨਹੀਂ ਹੋਇਆ 3600 ਹੋ ਗਿਆ 7 ਦੇ ਪੜੇ 36 ਕਿੱਥੇ ਆਉਂਦਾ ਪਈ 7 ਨੀਮਾ 36 ਹੁੰਦੇ ਦੋ ਜਿਦੋਂ ਤਾਂ ਆ 900 ਗੁਣਾ ਤਾਂ ਆ ਵੀ 900 ਗੁਣਾ ਹੋ ਗਿਆ 6 ਨੀਮਾ 5400 ਹੋ ਗਿਆ ਅਗਲੇ ਦਾ ਅਨਸਰ ਕਰ ਦੋ ਫਟਾਫਟ ਸਬਸ਼ ਹੁਣ ਰੈਪਿਡ ਫਾਇਰ ਚੱਲੇਗਾ ਥੋੜਾ ਜਿਹਾ ਰੈਪਿਡ ਫਾਇਰ ਚੱਲੇਗਾ ਤਾਂ ਸਾਰੇ ਬੱਚੇ ਹੁਣ ਫਟਾਫਟ ਅਨਸਰ ਦਿੰਦੇ ਜਾਣਗੇ ਤੇ ਅਨਸਰ ਕਿੰਨਾ ਆਏਗਾ ਅਨਸਰ ਹਰ ਇੱਕ ਬੱਚੇ ਨੇ ਕਰਨਾ ਹੈ ਅਨਸਰ ਹਰ ਇੱਕ ਬੱਚੇ ਨੇ ਕਰਨਾ ਹੈ ਚ ਦੇਖੋ ਯਾਰ ਹੁਣ ਕੀ ਕਹਿ ਰਹੇ ਜੇਕਰ ਜਿਸੇ ਨੰਬਰ ਨੂੰ 22 ਸਹੀ 2/9% ਮੈਂ ਤੁਹਾਨੂੰ ਦੱਸਿਆ ਸੀ ਨਾ ਬੱਚਾ ਦੀ ਦੇ ਨੀਚੇ 9 ਦੇ ਦੀ ਦੇ ਨੀਚੇ 11 ਲੱਗਿਆ ਹੋਵੇ ਨਾ ਉਹ ਜਿੰਨਾ ਬਟਾ ਚ ਲਿਖਿਆ ਹੋਇਆ ਉਹਨਾ ਹੀ ਹੈ 22 ਸਹੀ 2/9% ਮਤਲਬ 2/9 ਹੀ ਹੁੰਦਾ ਯਾਰ ਜੇ ਥੱਲੇ 9 ਲੱਗਿਆ ਹੋਇਆ ਨਾ ਤੇ ਥੱਲੇ 11 ਲੱਗਿਆ ਹੋਇਆ ਉਹ ਐਸ ਇਟ ਇਜ਼ ਬਾਹਰ ਆ ਜਾਂਦਾ ਹੈ ਮਤਲਬ 22 ਸਹੀ 2/9% ਕਿੰਨਾ ਹੋਊਗਾ ਬੱਚਾ 2/9 ਹੀ ਹੋਊਗਾ ਤਾਂ ਇਹਦੇ ਚ ਕੋਈ ਆਪਾਂ ਨੂੰ ਉਹ ਕਹਿੰਦੇ ਨਾ ਕਿ ਹਾਂ ਯਾਦ ਰੱਖਣ ਵਾਲਾ ਕੁਝ ਨਹੀਂ ਹੈਗਾ 22 ਸਹੀ 2/9% ਕਿੰਨਾ ਹੁੰਦਾ 2/9 ਹੁੰਦਾ ਹੈ ਮਤਲਬ ਵਧਾਇਆ ਕਿ ਘਟਾਇਆ ਭਈ ਵਧਾਇਆ ਜਾਂਦਾ ਹੈ ਕੀ ਕੀਤਾ ਜਾਂਦਾ ਹੈ ਵਧਾਇਆ ਜਾਂਦਾ ਹੈ ਇਨਕਰੀਸ ਕੀਤਾ ਜਾਂਦਾ ਹੈ ਤਾਂ 9 ਤੋਂ 2 ਵਧਾ ਕੇ ਕਿੰਨਾ ਕਰਤਾ ਭਈ 11 ਕਰਤਾ 9 ਤੋਂ 2 ਵਧਾ ਕੇ ਕਿੰਨਾ ਕਰਤਾ 11 ਕੀਤਾ ਹੈ ਉਹ ਕਹਿੰਦਾ 11 ਦੀ ਵੈਲਿਊ ਕਿੰਨੀ ਹੈ ਉਹ ਕਹਿੰਦਾ 11 ਦੀ ਵੈਲਿਊ ਕਿੰਨੀ ਹੈ 5500 ਹੈ ਭਈ 11 ਦੇ ਪੜੇ ਦੇ 55 ਕਿੱਥੇ ਆਏਗਾ ਪੰਜ ਤੇ ਆਏਗਾ 11 5 55 500 ਗੁਣਾ ਹੋ ਗਿਆ ਦੋ ਜ਼ੀਰੋਆਂ ਤਾਂ ਆ ਵੀ 500 ਨਾ ਹੋ ਜਾਏਗਾ 954500 ਮਤਲਬ ਜੋ origignal ਨੰਬਰ ਹੈ ਉਹ ਕਿੰਨਾ ਆ ਜਾਏਗਾ ਫਿਰ ਅਸਲੀ ਨੰਬਰ ਉਹ ਕਿੰਨਾ ਆ ਜਾਏਗਾ ਉਹ ਆ ਜਾਏਗਾ 4500 ਅਸਲੀ ਨੰਬਰ ਕਿੰਨਾ ਆ ਜਾਏਗਾ 4500 ਆ ਜਾਏਗਾ origignal ਨੰਬਰ ਕਿੰਨਾ ਆ ਜਾਏਗਾ 4500 ਆ ਜਾਏਗਾ ਮਜ਼ਾ ਆ ਰਿਹਾ ਤੇ ਕੋਈ ਸਾਰੇ ਬੱਚੇ ਹੈਂਡਸ ਕਰ ਦੇਣ ਕਿ ਸਹੀ ਹੋ ਰਹੀ ਹੈ ਤੇ ਸਾਰੇ ਬੱਚੇ ਕੋਲ ਲਾਈਕ ਵਾਲਾ ਬਟਨ ਦਬਾ ਦਿਓ ਤੇ ਅਗਲੇ ਅਨਸਰ ਕਰਾ ਦਿਓ ਮੈਨੂੰ ਡਿਕਰੀਸ ਤੇ ਘਟਾਣਾ ਹੁੰਦਾ ਹੈ ਇਨਕਰੀਸ ਤੇ ਵਧਾਣਾ ਹੁੰਦਾ ਦੋਨੋਂ ਗੱਲਾਂ ਦਾ ਧਿਆਨ ਰੱਖਣਾ ਭਾਈ ਦੱਸ ਦਿਓ ਇਸ ਸਵਾਲ ਦਾ ਅਨਸਰ ਕਿੰਨਾ ਆਏਗਾ ਸ਼ਾਬਾਸ਼ ਸ਼ਾਬਾਸ਼ ਬਣਾ ਦਿਓ ਕਿੰਨਾ ਅਨਸਰ ਆਏਗਾ ਸ਼ਾਬਾਸ਼ ਬਣਾ ਦਿਓ ਬਣਾ ਦਿਓ ਅਗਲੇ ਦਾ ਬਣਾ ਦਿਓ ਹੁਣ ਇਹਦੇ ਵਿੱਚ ਕੀ ਕੀ ਆ ਗਿਆ ਇਹਦੇ ਚ ਇਹ ਕਹਿ ਰਿਹਾ ਹੈ ਕਿ 14 ਸਹੀ 2/7% ਘਟਦਾ ਹੈ ਮਤਲਬ ਘਟਾ ਰਿਹਾ ਭਈ ਰਿਡਿਊਸ ਕਰ ਰਿਹਾ ਹੈ 14 ਸਹੀ 2/7% ਤੁਹਾਨੂੰ ਹੁਣੇ ਦੱਸਿਆ ਸੀਗਾ ਕਿ 14 ਦਾ ਬੇਲੀ ਹੈਗਾ 7 ਤਾਂ 1/7 ਹੁੰਦਾ ਭਈ ਮਤਲਬ 7 ਸੀਗਾ ਨੰਬਰ 1 ਘਟਾਤਾ ਰਿਡਿਊਸ ਕਰਤਾ ਬੱਚਾ ਡਿਕਰੀਸ ਕਰਤਾ ਤਾਂ 7 ਤੋਂ 1 ਘਟਾ ਕੇ ਕਿੰਨਾ ਹੋ ਜਾਏਗਾ 6 ਹੋ ਜਾਏਗਾ 7 ਤੋਂ 1 ਘਟਾ ਕੇ 6 ਹੋ ਜਾਏਗਾ ਉਹ ਕਹਿੰਦਾ ਭਈ ਨਵਾਂ ਨੰਬਰ 1800 ਬਣ ਜਾਏਗਾ ਤਾਂ 7 ਤੋਂ 6 ਬਣ ਗਿਆ ਉਹ ਕਹਿੰਦਾ 6 ਨਹੀਂ ਬਣੇਗਾ 1800 ਬਣੇਗਾ 6 3 18 ਦਾ 20 ਅੰਦਰ ਤਾਂ 2 300 ਗੁਣਾ ਤਾਂ ਆ ਵੀ 300 ਗੁਣਾ ਹੋ ਜਾਏਗਾ 7 3 21 ਸਵਾਲ ਦਾ ਉੱਤਰ ਆ ਜਾਏਗਾ 7 3 21 ਸਵਾਲ ਦਾ ਉੱਤਰ ਆ ਜਾਏਗਾ 7 3 21 ਸਵਾਲ ਦਾ ਉੱਤਰ ਆ ਜਾਏਗਾ ਇੱਕ ਵਾਰੀ ਸਾਰੇ ਬੱਚੇ ਇੱਕ ਵਾਰੀ ਥੰਮਸ ਅਪ ਦਾ ਸਾਈਨ ਦੇ ਦੇਣਗੇ ਇੱਕ ਵਾਰੀ ਸਾਰੇ ਬੱਚੇ ਥੰਮਸ ਅਪ ਦਾ ਸਾਈਨ ਦੇ ਦੇਣਗੇ ਕਿ ਸਾਰੇ ਤੱਕ ਗੱਲ ਓਕੇ ਅਗਲੇ ਤੇ ਆਜੋ ਅਗਲੇ ਤੇ ਆਜੋ ਬੱਚੇ ਇੱਕ ਤਾਂ ਹੁੰਦਾ ਹੈ ਕਿ ਵੱਧ ਜਾਂਦਾ ਹੈ ਇੱਕ ਹੁੰਦਾ ਕੱਟ ਜਾਂਦਾ ਹੈ ਇੱਕ ਹੁੰਦਾ ਕਿ ਆਪਣੇ ਆਪ ਦਾ ਐਨਾ ਪਰਸੈਂਟ ਬਣ ਜਾਂਦਾ ਹੈ ਆਪਣੇ ਆਪ ਦਾ ਐਨਾ ਬਣ ਜਾਂਦਾ ਹੈ ਉਨੇ ਚਾਪਾ ਨਾ ਤਾਂ ਵਧਾ ਰਹੇ ਆ ਤੇ ਨਾ ਹੀ ਘਟਾ ਰਹੇ ਹਾਂ ਦੋਨੋਂ ਗੱਲਾਂ ਧਿਆਨ ਚ ਰੱਖਣੀ ਹੈ ਜੇਕਰ ਕਿਸੇ ਸੰਖਿਆ ਤੋਂ 100 ਕੱਟ ਜਾਵੇ ਪਰਸੈਂਟੇਜ ਨਹੀਂ ਆਏ ਇਹ ਪਰਸੈਂਟ ਨਹੀਂ ਹੈ ਬੱਚਾ ਹਮੇਸ਼ਾ ਜੋ ਲਾਈਨ ਪੜ੍ਹਨੀ ਹੈ ਨਾ ਉਹ ਪਰਸੈਂਟੇਜ ਵਾਲੀ ਪੜ੍ਹਨੀ ਹੈ ਹਮੇਸ਼ਾ ਜੋ ਆਪਾਂ ਲਾਈਨ ਪੜ੍ਹਨੀ ਹੁੰਦੀ ਹੈ ਉਹ ਕਿਹੜੀ ਲਾਈਨ ਪੜ੍ਹਨੀ ਹੁੰਦੀ ਹੈ ਪਰਸੈਂਟੇਜ ਵਾਲੀ ਲਾਈਨ ਪੜ੍ਹਨੀ ਹੁੰਦੀ ਹੈ ਕਿਹੜੀ ਪਰਸੈਂਟੇਜ ਵਾਲੀ ਤਾਂ ਪਰਸੈਂਟੇਜ ਵਾਲੀ ਹੀ ਲਾਈਨ ਪੜ੍ਹਨੀ ਹੈ ਆਜੋ ਇਹਨੇ ਕਿਹਾ ਕਿ ਇਹ ਕਹਿੰਦਾ ਸੰਖਿਆ ਆਪਣੇ ਆਪ ਦਾ 37.5% ਬਣ ਜਾਂਦੀ ਹੈ ਲੋਪੇ ਪਹਿਲੀ ਗੱਲ ਤਾਂ ਪਰਸੈਂਟ ਕਿੰਨਾ ਹੈ ਤੁਸੀਂ ਕਹੋਗੇ ਸਰ 37.5% ਕਿੰਨੇ ਪਰਸੈਂਟ ਹੈ 37.5% ਹੈ 37.5% ਨੂੰ ਕਿੰਨਾ ਕਵਾਂਗੇ ਆਪਾਂ 37.5% ਨੂੰ ਕਵਾਂਗੇ 3/8 37.5% ਨੂੰ ਆਪਾਂ ਕਿੰਨਾ ਕਹ ਦੇਣਾ 3/8 ਕਹ ਦੇਣਾ 37.5% ਨੂੰ ਕਿੰਨਾ ਕਹ ਦੇਣਾ 3/8 ਕਹ ਦੇਣਾ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਕੇ ਚੱਲਿਓ ਧਿਆਨ ਨਾਲ ਸੁਣ ਕੇ ਚੱਲਿਓ ਇਹ ਕਹਿੰਦਾ ਕਿ ਨ ਸੰਖਿਆ ਆਪਣੇ ਆਪ ਦਾ 37.5% ਬਣ ਜਾਂਦੀ ਹੈ ਮੈਨੂੰ ਇੰਨੀ ਗੱਲ ਦੱਸ ਦਿਓ ਯਾਰ ਪਰਸੈਂਟੇਜ ਵਾਲੀ ਲਾਈਨ ਦੇ ਵਿੱਚ ਉਹਨੇ ਹੀ ਕਿਹਾ ਕਿ ਇੰਨੇ ਪਰਸੈਂਟ ਵੱਧ ਗਈ ਐ ਇੰਨੇ ਪਰਸੈਂਟ ਘਟ ਗਈ ਕੁਝ ਨਹੀਂ ਕਿਹਾ ਐਨੀ ਆ ਗੱਲ ਕਹੀ ਹੈ ਕਿ ਸੰਖਿਆ ਆਪਣੇ ਆਪ ਦਾ ਐਨੇ ਪਰਸੈਂਟ ਬਣ ਜਾਂਦੀ ਹੈ। ਬਸ। ਤਾਂ ਬੱਚਾ ਇਹਦੇ ਚ ਕੀ ਕਰਨਾ ਹੈ? ਰੇਸ਼ੋ ਕੀ ਆਏਗਾ 8:3 ਬਣ ਗਈ ਬਸ। 8 ਤੋਂ 3 ਬਣ ਗਈ। ਨਾ ਤਾਂ ਨੇ ਵਧਾਇਆ ਤੇ ਨਾ ਨੇ ਘਟਾਇਆ ਹੈ। 8 ਤੋਂ ਕਿੰਨੀ ਬਣ ਗਈ? 3 ਬਣ ਗਈ। ਮਤਲਬ 8:3 ਬਣ ਗਈ। ਹੁਣ ਜਾਂ ਤਾਂ ਇਹਦੇ ਚ ਆਹ ਬੋਲਿਆ ਹੁੰਦਾ ਕਿ ਐਨੇ ਪਰਸੈਂਟ ਵੱਧ ਜਾਂਦੀ ਹੈ, ਐਨੇ ਪਰਸੈਂਟ ਘਟ ਜਾਂਦੀ ਹੈ। ਇਹਨੇ ਚਾਹ ਬੋਲਿਆ ਹੈ ਕਿ ਆਪਣੇ ਆਪ ਦਾ ਐਨੇ ਪਰਸੈਂਟ ਬਣ ਜਾਂਦੀ ਹੈ। ਮਤਲਬ 8 ਤੋਂ 3 ਬਣ ਗਈ। ਠੀਕ ਹੈ। ਹੁਣ 800 ਤੋਂ 3 ਕਿਉਂ ਬਣੀ ਆ ਰਿਹਾ ਕਿਉਂਕਿ ਆਪਾਂ ਇਹਦੇ ਚੋਂ 5 ਘਟਾਤਾ। ਦੇਖੋ 8 ਤੋਂ 3 ਕਿਉਂ ਬਣੇ ਕਿਉਂਕਿ ਆਪਾਂ ਇਹਦੇ ਚ ਕਿੰਨਾ ਘਟਾਤਾ 5 ਘਟਾਤਾ ਉਹ ਕਹਿੰਦਾ ਕਿੰਨਾ ਘਟਾਇਆ ਭਈ 100 ਤਾਂ 5 ਨੂੰ 100 ਕਿਹਾ ਗਿਆ ਤਾਂ 1 ਨੂੰ ਕਿੰਨਾ ਕਿਹਾ ਜਾਏਗਾ 20 5e 100 ਹੁੰਦੇ ਆ ਭਈ 1 ਯੂਨਿਟ ਦੀ ਵੈਲਿਊ 20 ਆ ਜਾਏਗੀ ਤਾਂ ਆ ਵੀ 20 ਗੁਣਾ ਕਰਾ ਦਿਓ 20 ਗੁਣਾ 8 ਕਿੰਨਾ ਆ ਜਾਏਗਾ 160 ਆ ਜਾਏਗਾ ਤੇ 20 ਗੁਣਾ ਵੀ ਆ ਹੀ ਕਰਾ ਦੇਾਂਗੇ ਤੁਹਾਨੂੰ ਮਤਲਬ ਦੋਨੋਂ ਨੰਬਰ ਆ ਜਾਣਗੇ ਪਹਿਲੇ ਨੰਬਰ ਕਿੰਨਾ ਸੀ 160 ਸੀਗਾ ਹੁਣ ਨੰਬਰ ਕਿੰਨਾ ਆਇਆ 60 ਹੈ ਤਾਂ ਅਸਲ ਸੰਖਿਆ ਬੱਚਾ ਅਸਲ ਸੰਖਿਆ ਆ ਜਾਏਗੀ 160 ਅਸਲ ਸੰਖਿਆ ਕਿੰਨੀ ਆ ਜਾਏਗੀ 160 ਆ ਜਾਏਗੀ ਇੱਕ ਵਾਰੀ ਸਾਰੇ ਬੱਚੇ ਫਟਾਫਟ ਜਿਹੜੇ ਬੱਚੇ ਦੇਖ ਰਹੇ ਕੋਈ ਵਾਰੀ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਫਟਾਫਟ ਕਰ ਦੇਣਗੇ ਕਿ ਸਰ ਗੱਲ ਅਥੇ ਤੱਕ ਕੁਕ ਹੈ ਗੱਲ ਓਕੇ ਹੈ ਬਿਲਕੁਲ ਸਮਝ ਆ ਗਈ ਹੋਵੇ ਤਾਂ ਅਗਲਾ ਤੁਸੀਂ ਬਣਾ ਕੇ ਦਿਖਾ ਦਿਓ ਅਗਲਾ ਤੁਸੀਂ ਬਣਾ ਕੇ ਦਿਖਾ ਦਿਓ ਪਈ ਆਨਸਰ ਕਿੰਨਾ ਆਏਗਾ ਸ਼ਾਬਾਸ਼ ਦ ਬਣਾ ਦਿਓ ਕਿੰਨਾ शाबाश शाबाश बना दो किन आएगा कितना आएगा शाबाश बना दो ڈن بی اپشن کہہ رہے ہیں بی اپشن کہہ رہے ہیں دیکھو یار میں ਤੁਹਾਨੂੰ ਇੱਕ ਗੱਲ ਹੁਣੇ ਦੱਸ ਕੇ ਗਿਆ ਕਿ ਜਿਹਦੇ niche 9 ਲੱਗਿਆ ਹੋਵੇ ਬੱਚਾ ਜੀ ਜਿਹਦੇ niche 11 ਲੱਗਿਆ ਹੋਵੇ ਜਿਹਦੇ niche 9 ਤੇ ਜਿਹਦੇ niche 11 ਲੱਗਿਆ ਹੁੰਦਾ ਉਹ ਐਸ ਇਟ ਇਜ਼ ਬਾਹਰ ਆ ਜਾਂਦਾ ਹੁਣ ਮੈਦੇਚ ਕੀ ਲੱਗਿਆ ਹੋਇਆ ਯਾਰ ਅਡੇਚ ਲੱਗਿਆ ਹੋਇਆ ਥੱਲੇ 9 ਕਿੰਨਾ ਹੈ 9 ਹੁਣ ਥੱਲੇ 9 ਹੈ ਤਾਂ ਮਤਲਬ 45 ਸਹੀ 5/9% ਕਿੰਨਾ ਹੋਊਗਾ 5/9 ਹੀ ਹੁੰਦਾ ਹੈ ਯਾਰ 5/9 ਹੀ ਹੁੰਦਾ ਹੈ ਜਦੋਂ ਵੀ ਇਹੋ ਜੀ ਲਾਈਨ ਆ ਜੇ ਨਾ ਸੰਖਿਆ ਆਪਣੇ ਆਪ ਦਾ ਐਨੇ ਪਰਸੈਂਟ ਬਣ ਜਾਂਦੀ ਹੈ ਜਿੰਨੇ ਵੀ ਪਰਸੈਂਟ ਬਣ ਰਹੀ ਹੈ ਸੰਖਿਆ ਆਪਣੇ ਆਪ ਦਾ 45 ਸਹੀ 5/9% ਬਣ ਰਹੀ ਹੈ ਐਨ ਦਾ ਮਤਲਬ ਕੀ ਹੈ ਨਾ ਤਾਂ ਸੰਖਿਆ ਵੱਧ ਰਹੀ ਹੈ ਨਾ ਸੰਖਿਆ ਘਟ ਰਹੀ ਹੈ ਘਟਦਾ ਰਹੀ ਹੈ ਬਟੋ ਦਿਖਾ ਨਹੀਂ ਰਿਹਾਗਾ ਉਹ ਸੰਖਿਆ ਚ 160 ਘਟਾਇਆ ਹੈ ਪਰਸੈਂਟੇਜ ਵਾਲੀ ਲਾਈਨ ਤੇ ਧਿਆਨ ਦੇਣਾ ਬੱਚਾ ਕਿ ਆ 5/9 ਹੁੰਦਾ ਨਾ ਤੁਸੀਂ ਕਹਿੰਦੇ ਸਰ 45 ਸਹੀ 5/9% ਹੁੰਦਾ ਹੈ 5/9 ਜਦੋਂ ਵੀ ਇਹੋ ਜਿਹਾ ਲੱਗਿਆ ਮਿਲ ਜੇ ਨਾ ਕਿ ਸੰਖਿਆ ਆਪਣੇ ਆਪ ਦਾ ਐਨਾ ਬਣ ਜਾਂਦੀ ਹੈ ਤੋ ਮਤਲਬ ਥੱਲੇ ਵਾਲੀ ਸੀਗੀ ਉੱਪਰ ਵਾਲੀ ਬਣ ਗਈ ਬਸ ਤੁਸੀਂ ਕਹੋਗੇ ਸਰ ਪੁਰਾਣੀ ਸੰਖਿਆ ਸੀਗੀ 9 ਨਵੀਂ ਸੰਖਿਆ ਕਿੰਨੀ ਬਣ ਗਈ 5 ਬਣ ਗਈ ਨਾ ਤਾਂ ਇਹਨੇ ਪਰਸੈਂਟੇਜ ਵਾਲੀ ਲਾਈਨ ਚ ਐਵੇਂ ਕਿਹਾ ਕਿ ਮੈਂ ਕੁਝ ਕਟਾਰਿਆ ਤੇ ਮੈਂ ਕੁਝ ਵਧਾਰਿਆ ਇਹਨੇ ਕਿਹਾ ਕਿ ਸੰਖਿਆ ਆਪਣੇ ਆਪ ਦਾ ਐਨੇ ਪਰਸੈਂਟ ਬਣ ਜਾਂਦੀ ਹੈ ਤੋ ਮਤਲਬ ਯਾਰ 9 ਸੀਗੀ 5 ਬਣ ਗਈ 9 ਸੀਗੀ 5 ਬਣ ਗਈ ਤਾਂ ਨੋ ਨੋ ਤਾਂ ਪੰਜ ਕਿਉਂ ਬਣੀ ਕਿਉਂਕਿ ਆਪਾਂ ਨੇ ਜੋ 4 ਘਟਾਤਾ ਤਾਂ ਤੁਸੀਂ ਉਹ ਕੀ ਕਹਿੰਦਾ ਪਏ 4 ਨਹੀਂ ਘਟਾਇਆ ਉਹ ਕਹਿੰਦੇ 160 ਘਟਾਇਆ ਤਾਂ 4 ਨੂੰ 160 ਕਿ ਆ ਗਿਆ ਬੱਚੇ 4 ਨੂੰ 160 ਕਿ ਆ ਗਿਆ ਯਾਰ 4 ਨੂੰ 160 ਕਿ ਆ ਗਿਆ ਤੇ ਇੱਕ ਨੂੰ ਕਿੰਨਾ ਕਵਾਂਗੇ ਤੁਸੀਂ ਕਹੋਗੇ 160 ਦਾ 4 ਤੇ ਭਾਗ ਕਰਾਓ ਤੁਸੀਂ ਕਹੋਗੇ ਸਰ 4 ਚੋਕੇ 16 ਇੱਕ ਨੂੰ ਕਵਾਂਗੇ 40 ਜੇ ਇੱਕ ਨੂੰ 40 ਕਿ ਆ ਗਿਆ ਤਾਂ ਇਹਨੂੰ 40 ਗੁਣਾ ਕਰਾ ਦਿਓ ਕਿੰਨਾ ਆ ਜਾਏਗਾ ਤੁਸੀਂ ਕਹੋਗੇ ਸਰ 9 ਚੋਕਾ 36 360 ਇਹਨੂੰ ਵੀ 40 ਗੁਣਾ ਕਰਾ ਦਿਓ ਤਾਂ ਇਹ ਕਿੰਨਾ ਆ ਜਾਏਗਾ 40 ਪੰਜਾ 200 ਮਤਲਬ ਪਹਿਲੇ ਉਹ ਸੰਖਿਆ ਕਿੰਨੀ ਸੀ 300 ਸੀਗੀ ਹੁਣ ਉਹ ਸੰਖਿਆ ਕਿੰਨੀ ਆ ਗਈ 200 ਆ ਗਈ ਪੁੱਛਿਆ ਕਿ ਐ ਪਈ ਅਸਲ ਸੰਖਿਆ ਪੁੱਛੀ ਐ ਅਸਲ ਸੰਖਿਆ ਮਤਲਬ ਪਹਿਲੇ ਵਾਲੀ ਪਹਿਲੇ ਵਾਲੀ ਸੰਖਿਆ ਕਿੰਨੀ ਹੋਏਗੀ ਪਹਿਲੇ ਵਾਲੀ ਹੋਏਗੀ ਪਈ 360 ਪਹਿਲੇ ਵਾਲੀ ਕਿੰਨੀ ਹੋਏਗੀ 360 ਡਨ ਹੈ ਸਭ ਦਾ ਬਣ ਗਿਆ ਹੋ ਇੱਕ ਵਾਰੀ ਸਾਰੇ ਬੱਚੇ ਦੱਸ ਦੋ ਕਿਹਦੇ ਕਿਹਦਾ ਬਣ ਗਿਆ ਸੀ 360 ਉਮੀਦ ਕਰਦਾ ਆਸ਼ਾ ਕਰਦਾ ਅੱਜ ਤੱਕ ਗੱਲ ਕਲੀਅਰ ਹੋਏਗੀ ਤਾਂ ਹੁਣ ਆਪਾਂ ਮੂਵ ਕਰਦੇ ਆ ਅਗਲੇ ਟਾਈਪ ਤੇ ਹੁਣ ਆਪਾਂ ਮੂਵ ਕਰਦੇ ਆ ਅਗਲੇ ਟਾਈਪ ਤੇ ਕਿਉਂਕਿ ਆ ਸਾਰੀਆਂ ਗੱਲਾਂ ਤੁਹਾਡੇ ਉਮੀਦ ਹੈ A to Z ਗੱਲਾਂ ਕਲੀਅਰ ਹੋ ਗਿਆਂ ਹੋਣ ਗਿਆਂ ਚਲੋ ਅੱਛਾ ਇੱਕ ਪਿਆ ਹਲੇ ਇੱਕ ਪਿਆ ਗਾ ਭਈ ਹੁਣ 32 ਘਟਾਰਿਆਂ ਕਹਿੰਦਾ ਅਨਸਰ ਕਰ ਦਿਓ ਫਟਾਫਟ ਕਿੰਨਾ ਆਏਗਾ ਇਹਦਾ ਅਨਸਰ ਕਰ ਦਿਓ ਫਟਾਫਟ ਕਿੰਨਾ ਆਏਗਾ ਫਟਾਬੜ ਸਾਰੇ ਬੱਚੇ ਦਾ ਅਨਸਰ ਕਰ ਦੋ ਆਪਾਂ ਅੱਗੇ ਚਲੀ ਪਰ ਜੇਕਰ ਕਿਸੇ ਸੰਖਿਆ ਤੋਂ 32 ਘੱਟ ਜਾਵੇ ਤਾਂ ਸੰਖਿਆ ਆਪਣੇ ਆਪ ਦਾ 72% ਬਣ ਜਾਂਦੀ ਹੈ 75% ਕਿੰਨਾ ਹੁੰਦਾ ਯਾਰ 75% ਹੁੰਦਾ ਹੈ 75% ਹਟਾਵਾਂਗੇ ਥੱਲੇ 125 3 75 25 4 100 ਮਤਲਬ 3/4 ਹੁੰਦਾ ਹੈ ਭਈ 4 ਤੋਂ 3 ਬਣ ਜਾਂਦੀ ਹੈ ਅਰਸ਼ਦੀ ਜੀ ਦੀ ਗੱਲ ਹੈ ਪਰਸੈਂਟੇਜ ਵਾਲੀ ਲਾਈਨ ਪੜਨੀ ਹੈ ਬੱਚਾ ਮੈਂ ਵੀ ਗੱਲ ਵਾਰੀ-ਵਾਰੀ ਕਹਿ ਰਿਹਾ ਹਾਂ ਕਿ ਹਮੇਸ਼ਾ ਜੋ ਹੈ ਉਹ ਪਰਸੈਂਟੇਜ ਵਾਲੀ ਲਾਈਨ ਪੜਨੀ ਹੈ ਪਹਿਲੇ ਮਤਲਬ 75% ਬਣ ਜਾਂਦੀ ਹੈ ਦਾ ਮਤਲਬ ਕੀ ਹੈ ਭਈ 75% ਹੁੰਦਾ 3/4 ਮਤਲਬ 4 ਤੋਂ 3 ਬਣ ਜਾਂਦੀ ਹੈ ਬਸ 4 ਤੋਂ 3 ਕਿਉਂ ਬਣੀ ਕਿਉਂਕਿ ਆਪਾਂ ਇੱਕ ਘਟਾਇਆ ਤਾਂ ਉਹਨੇ ਕਿੰਨਾ ਘਟਾਇਆ ਉਹ ਕਹਿੰਦਾ 32 ਤਾਂ 1 ਨੂੰ 32 ਕਿ ਆ ਗਿਆ ਤਾਂ 4 ਨੂੰ ਕਿੰਨਾ ਕਿ ਆ ਜਾਏਗਾ 32 ਗੁਣਾ ਕਰਾਓ 32 ਚੋਕਾ 128 ਹੁੰਦੇ ਆ ਆ ਵੀ 4 ਗੁਣਾ ਕਰਾ ਆ ਵੀ 32 ਗੁਣਾ ਕਰਾਓ 32 96 ਲੋ 128 ਤੋਂ 96 ਹੋਗੀ ਤਾਂ 128 ਇਸ ਦਾ கரੈਕਟ ਆਨਸਰ ਬੱਚਾ 128 ਦਾ கரੈਕਟ ਆਨਸਰ 128 ਦਾ கரੈਕਟ ਆਨਸਰ 128 ਦਾ கரੈਕਟ ਆਨਸਰ ਅਗਲੇ ਸਵਾਲ ਤੇ ਆਜੋ ਲੋ ਭਾਈ ਆਜੋ ਹੁਣ ਆਜੋ ਫਟਾਫਟ ਸਾਰੇ ਬੱਚੇ ਜੋ ਬੱਚਾ ਦੇਖ ਰਿਹਾ ਕੋਈ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦੇਗਾ ਕਿਉਂਕਿ ਆਪਾਂ 976 ਬੱਚਾ ਇਸ ਟਾਈਮ ਵੀਡੀਓ ਦੇਖ ਰਿਹਾ ਹੈ ਤੇ ਕੋ ਲਾਈਕ 866 ਹੈ ਤਾਂ ਲਾਈਕ ਵਾਲਾ ਬਟਨ ਵੀ ਦਬ ਦੋ ਹੁਣ ਬੱਚਾ ਇਹੋ ਜੇ ਸਵਾਲ ਦੇਖੋ ਇਹੋ ਜੇ ਸਵਾਲਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਕਹਿੰਦੇ ਕਿਸੇ ਵਸਤੂ ਦੀ ਕੀਮਤ ਪਹਿਲਾਂ 20% ਵਾਧਾ ਕੀਤਾ ਗਿਆ ਅਤੇ ਬਾਅਦ ਵਿੱਚ ਵਿਕਰੀ ਵਿੱਚ ਵਿਕਰੀ ਵਿੱਚ ਕਮੀ ਦੇ ਕਾਰਨ ਇਸ ਨੂੰ 25% ਤੱਕ ਘਟਾ ਦਿੱਤਾ ਗਿਆ ਪਹਿਲੇ ਵਾਧਾ ਕੀਤਾ ਬਾਅਦ ਚ ਘਟਾ ਤਾਂ ਬੱਚਾ ਇਹਦੇ ਚ ਦੋ ਤਰੀਕੇ ਹੈ ਦੋ ਤੋਂ ਵੀ ਚਾਰ ਤਰੀਕੇ ਲੱਗ ਜਾਣਗੇ ਬਟ ਲਗਾਣਾ ਕਿਹੜਾ ਹੈ ਬੈਸਟ ਕਿਹੜਾ ਹੈ ਮੈਂ ਉਹ ਵੀ ਗੱਲ ਕਰੂੰਗਾ ਇੱਕ ਤਾਂ ਹੁੰਦਾ ਆਪਾਂ 100 ਮੰਨ ਕੇ ਕਰੀਏ ਤੇ ਇੱਕ ਹੁੰਦਾ ਆਪਾਂ ਫ੍ਰੈਕਸ਼ਨ ਨਾਲ ਕਰੀਏ ਅਨਸਰ ਮੇਰਾ ਦੋਨੋਂ ਨਾਲ ਆ ਜਾਏਗਾ ਦੇਖੋ ਠੀਕ ਹੈ ਅਨਸਰ ਮੇਰਾ ਦੋਨੋਂ ਨਾਲ ਆ ਜਾਏਗਾ ਪਹਿਲੇ ਕੀ ਕੀਤਾ 20% ਵਧਾਤਾ ਤੁਸੀਂ ਕਹਿੰਦੇ ਸਰ 100 ਮੰਨ ਲੇ ਨੇ ਇੱਕ ਵਸਤੂ ਦੀ ਕੀਮਤ ਪਹਿਲੇ 20% ਦਾ ਵਾਧਾ ਕਰਤਾ ਮੰਨ ਲਓ 100 ਸੀਗੀ 20% ਦਾ ਵਾਧਾ ਕਿਤੇ ਬਾਦ ਕਿੰਨੀ ਹੋਗੀ 120 ਹੋਗੀ ਠੀਕ ਹੈ ਫਿਰ ਬਾਅਦ ਵਿੱਚ ਕੀ ਕੀਤਾ ਬਾਅਦ ਵਿੱਚ ਵਿਕਰੀ ਵਿੱਚ ਕਮੀ ਆ ਗਈ ਇਸ ਕਰਕੇ ਰੇਟ ਨੂੰ 25% ਘਟਾਤਾ ਰੇਟ ਨੂੰ ਕੀ ਕਰਤਾ 25% ਘਟਾਤਾ ਤਾਂ ਬੱਚਾ 25% ਕਿੰਨਾ ਹੁੰਦਾ 25% ਹੁੰਦਾ 1/4 ਹੁਣੇ ਕਰਵਾ ਕੇ ਆ ਰਿਆਂ ਬੇਸਿਕ ਗੱਲਾਂ ਤਾਂ 120 ਤੋਂ ਮੈਂ ਜੇ 1/4 ਘਟਾਉਂਗਾ 120 ਹੋ ਗਈ ਨਾ 120 ਦਾ 1/4 ਕਿੰਨਾ ਹੁੰਦਾ ਤੁਸੀਂ ਕਹੋਗੇ ਸਰ 4 3 12 30 3 ਤਾਂ 30 ਘਟਾਏ ਬਾਅਦ ਕਿੰਨੀ ਹੋ ਜਾਏਗੀ 30 ਘਟਾਏ ਬਾਅਦ ਕਿੰਨੀ ਹੋ ਜਾਏਗੀ 30 ਮਤਲਬ 25% ਹੀ ਹੁੰਦਾ ਨਾ ਤਾਂ 90 ਹੋ ਜਾਏਗੀ 90 ਹੋ ਜਾਏਗੀ ਤੁਸੀਂ ਕਹਦੇ ਹੋਗੇ ਸਰ 100 ਤੋਂ 90 ਹੋ ਗਈ ਤਾਂ ਕਿੰਨੇ ਘਟ ਗਈ 10% 100 ਤੋਂ 90 ਹੋ ਗਈਆਂ ਦਾ ਮਤਲਬ ਕਿੰਨਾ ਆ ਗਿਆ ਕਿ 10% ਜੋ ਹੈ ਉਹ ਘਟਈਆ ਸ਼ੁਰੂ ਤੋਂ ਤਾਂ ਅਗਰ ਫ੍ਰੈਕਸ਼ਨ 'ਚ ਕਰਨਾ ਹੋਵੇ ਤਾਂ ਫ੍ਰੈਕਸ਼ਨ 'ਚ ਵੀ ਹੋ ਜਾਏਗਾ 20% ਕਿੰਨਾ ਹੁੰਦਾ ਬੱਚਾ 1/5 ਹੁੰਦਾ 25% ਕਿੰਨਾ ਹੁੰਦਾ ਹੈ 25% ਹੁੰਦਾ ਹੈ 1/4 25% ਕਿੰਨਾ ਹੁੰਦਾ ਹੈ 1/4 ਹੁੰਦਾ ਹੈ ਦੇਖੋ ਵਧਿਆ ਤਾਂ ਆਪਾਂ ਜੋੜਦੇ ਆਂ ਘਟਿਆ ਤਾਂ ਆਪਾਂ ਘਟਾਉਂਦੇ ਆਂ ਦੇਖੋ ਸਿੰਪਲ ਜੀ ਗੱਲਾਂ ਹੈ ਕਿਸੇ ਵਸਤੂ ਦੀ ਵਿਕਰੀ ਕੀਮਤ ਪਹਿਲੇ 20% ਦਾ ਵਾਧਾ ਆ ਗਿਆ ਕੀਮਤ ਦੇ ਵਿੱਚ 20% ਦਾ ਵਾਧਾ 20% ਵੱਧ ਗਈ 20% ਵਧੀ ਹੈ ਨਾ ਇਹਦਾ ਮਤਲਬ ਕੀ ਹੋਏਗਾ ਕਿ ਪੰਜ ਤੋਂ 1 ਵੱਧ ਕੇ ਕਿੰਨੀ ਹੋਗੀ 6 ਹੋਗੀ 25% ਕੀ ਹੈ ਘਟੀ ਹੈ 4 ਤੋਂ 1 ਘਟ ਕੇ ਕਿੰਨੀ ਹੋਗੀ 3 ਹੋਗੀ ਲਓ ਭਾਈ ਤਾਂ ਪੰਜ ਚੋਕਾ 20 6 3 18 مطلب 20 ਸੀਗੀ 18 ਹੋ ਗਈ ਤਾਂ ਕਿੰਨੀ ਘਟ ਗਈ ਤੁਸੀਂ ਕਹਿੰਦੇ ਸਰ 2 ਘਟ ਗਈ ਘਟੀ ਕਿੱਥੋਂ 20 ਤੋਂ ਇੰਟੂ ਚਲਾਓ 100 ਤੁਸੀਂ ਕਹੋਗੇ 20 5 100 ਤੇ 5 2 ਕਿੰਨਾ ਹੋ ਜਾਏਗਾ 10% ਹੋ ਜਾਏਗਾ ਤੇ ਮੇਰਾ ਇੱਥੇ ਵੀ ਆਨਸਰ 10% ਹੀ ਆਣਾ ਹੈ ਤਾਂ ਦੇਖੋ ਚੁਆਇਸ ਕੀ ਹੈ ਚੁਆਇਸ ਕੀ ਹੈ ਫਰਕ ਕੀ ਹੈ ਬੱਚਾ ਆ ਸਵਾਲ ਜੋ ਇਸ ਤਰੀਕੇ ਨਾਲ ਤੁਹਾਡੇ ਸਾਰੇ ਸਵਾਲ ਹੋ ਜਾਣਗੇ 100 ਨਾਲ ਸਾਰੇ ਸਵਾਲ ਨਹੀਂ ਹੁੰਦੇਗੇ ਠੀਕ ਹੈ ਨਾ ਪਤਾ ਕਿਉਂ ਕਿਉਂਕਿ ਮੰਨ ਲਓ ਮੈਂ ਤੇ 16 ਸਹੀ 2/3% ਦੇ ਦੇਣਾ ਜਾਂ 14 ਸਹੀ 2/7% ਫਿਰ ਸੋਦਾ ਇਹਨਾਂ ਨਿਕਾਲਣਾ ਔਖਾ ਹੋ ਜਾਂਦਾ ਨਾ ਸਿੰਪਲ ਤਾਂ ਸੋ ਲੱਗ ਜਾਂਦਾ ਜਿਹੜੇ ਸਿੰਪਲ ਹੈਗੇ ਜਿਵੇਂ 10 20 30 35 40 ਇਹਨਾਂ ਤਾਂ ਸੋ ਲਗਾ ਲਓ ਬਟ ਜਿਹੜੇ ਫ੍ਰੈਕਸ਼ਨ ਵਾਲੇ ਹੈਗੇ ਆ ਉਹਨਾਂ ਨੂੰ ਆਪਾਂ ਕੀ ਕਰਾਂਗੇ ਉਹਨਾਂ ਨੂੰ ਆਪਾਂ ਐਦਾਂ ਹੀ ਕਰਾਂਗੇ ਰੇਸ਼ਿਓ ਬਣਾ ਕੇ ਡੰਨਾ ਹਲੋ ਅਗਲਾ ਬਣਾ ਕੇ ਦਿਖਾ ਦਿਓ ਅਗਲਾ ਬਣਾ ਕੇ ਦਿਖਾ ਦਿਓ ਸ਼ਾਬਾਸ਼ ਲੋਹੌਰ ਵਾਲਿਆਂ ਤੋਂ ਵੀ ਸਸ਼ੀ ਗਾਲ ਵੀ ਸਸ਼ੀ ਗਾਲ ਸਾਰਿਆਂ ਨੂੰ ਸਸ਼ੀ ਗਾਲ ਪਿਆਰ ਭਰੀ ਸ਼ਾਬਾਸ਼ ਬਣਾ ਦਿਓ ਸਰ ਫ੍ਰੈਕਸ਼ਨ ਕਦੋਂ ਐਡ ਕਰਨੀ ਕਦੋਂ ਮਲਟੀਪਲਾਈ ਕਰਨੀ ਬੱਚਾ ਮਲਟੀਪਲਾਈ ਹੀ ਹੁੰਦੀ ਹੈ ਐਨੇ ਪਰਸੈਂਟ ਵਧ ਗਿਆ ਐਨੇ ਪਰਸੈਂਟ ਘਟ ਗਿਆ ਐਨੇ ਪਰਸੈਂਟ ਜਦੋਂ ਵਧੇਗੀ ਘਟੇਗੀ ਤਾਂ ਹਮੇਸ਼ਾ ਪੱਕੀ ਕਰਦੇ ਹਾਂ ਹਮੇਸ਼ਾ ਪੱਕੀ ਕਰਦੇ ਹਾਂ ਉਹਨੂੰ ਮਲਟੀਪਲਾਈ ਹੀ ਕਰਦੇ ਹਾਂ ਚਲੋ ਅਗਲਾ ਬਣਾ ਦਿਓ ਦੇਖੋ ਯਾਰ ਇੱਕ ਕਸਬੇ ਦੀ ਆਬਾਦੀ 3000 ਹੈ ਇਹ ਪਹਿਲੇ ਸਾਲ 15% ਵਧ ਜਾਂਦੀ ਦੂਜੇ ਸਾਲ ਵੀ ਪਰਸੈਂਟ ਘਟ ਜਾਂਦੀ ਹੈ ਦੋ ਸਾਲਾਂ ਬਾਅਦ ਕਸਬੇ ਦੀ ਆਬਾਦੀ ਕਿੰਨੀ ਹੋਏਗੀ ਦੋ ਸਾਲਾਂ ਬਾਅਦ ਕਸਬੇ ਦੀ ਆਬਾਦੀ ਕਿੰਨੀ ਹੋਏਗੀ ਦੇਖੋ ਹੁਣ ਆਪਾਂ ਇਹਦੇ ਵਿੱਚ ਡਿਜੀਟਲ ਹੁਣ ਆਪਾਂ ਇਹਦੇ ਵਿੱਚ ਡਿਜੀਟਲ ਸਭੀ ਲਗਾ ਸਕਦੇ ਆ ਤੇ ਆਪਾਂ ਇਹਦੇ ਵਿੱਚ ਕੀ ਫ੍ਰੈਕਸ਼ਨ ਨਾਲ ਵੀ ਕਰ ਸਕਦੇ ਆ ਜਿੱਦਾਂ ਮਰਜ਼ੀ ਕਰ ਲਓ ਦੇਖੋ ਪਹਿਲੇ ਕਸਬੇ ਦੀ ਆਬਾਦੀ ਕਿੰਨੀ ਵਧੀ ਪਰ ਪਹਿਲੀ ਪਹਿਲਾ ਕੰਮ ਬੱਚਾ ਪਰਸੈਂਟੇਜ ਦਾ ਹੀ ਹੁੰਦਾ ਹੈ ਪਹਿਲਾ ਕੰਮ ਕਿਹਦਾ ਹੁੰਦਾ ਪਰਸੈਂਟੇਜ ਦਾ ਹੀ ਹੁੰਦਾ ਹੈ ਪਹਿਲੇ ਕਿੰਨੀ ਵਧੀ ਹੈ 15% ਤਾਂ 15% ਕਿੰਨਾ ਹੁੰਦਾ ਭਈ 15% ਹਟਾਵਾਂਗੇ ਥੱਲੇ 100 ਆ ਜਾਏਗਾ 5 3 15 20 ਪੰਜੇ 100 ਇਹ 3/20 ਹੁੰਦਾ ਹੈ 20% ਕਿੰਨਾ ਹੁੰਦਾ ਹੈ 20% ਹੁੰਦਾ ਹੈ 1/5 ਹੁੰਦਾ ਨਾ 20% ਕਿੰਨਾ ਹੁੰਦਾ ਹੈ 1/5 ਹੁੰਦਾ ਹੈ ਪਹਿਲੇ ਸਾਲ ਉਹ 15% ਵਧੀ ਹੈ ਇਨਕਰੀਜ਼ ਹੋਈ ਹੈ ਤਾਂ 20 ਤੋਂ 3 ਵਧ ਕੇ ਕਿੰਨੀ ਹੋਗੀ ਤੁਸੀਂ ਕਹੋਗੇ ਸਰ 20 ਤੋਂ 3 ਵਧ ਕੇ 23 ਹੋਗੀ फिर की डिक्रीज़ हुई है पी भीह परसेंट कट गई तुम कहो पं तो एक कट्ट के कि चार होगी भी बच्चा कि हो गया सौ तो हो, हो, हो गया तेई चौका कि हो गया, गया? बानवे हो गया मतलब जे जनसंख्या सौ है तो बानवे हो जाएगी सौ है तो कि हो जाएगी बानवे हो जाएगी तो सिंपल जी गल कह सेंट कठ प्रसेंट कटा दीए तीन हज़ार है 3008% ਗੱਡੀਆਂ ਨਾਲ ਤੁਸੀਂ ਕਹੋਗੇ ਸਰ 3000 ਦਾ 8% ਕਿੰਨਾ ਹੁੰਦਾ 8 3 24 240 240 ਘਟਾ ਦਿਓ 3000 ਤੋਂ ਤੁਸੀਂ ਕਹੋਗੇ ਸਰ 2760 ਅਨਸਰ ਆ ਗਿਆ ਆਪ ਪੈਦਾ ਵੀ ਕਰ ਸਕਦੇ ਹੈਗੇ ਆ ਕਿ ਇਹਦਾ ਅਨਸਰ ਕਿੰਨਾ ਆ ਗਿਆ 300 ਆਪਣਾ 2768 ਆ ਗਿਆ ਨਹੀਂ ਤਾਂ ਆਪਾਂ ਐਦਾਂ ਵੀ ਕਰ ਸਕਦੇ ਹਾਂ ਕਿ ਇੱਕ ਕਸ਼ਵਰੀ ਆਬਾਦੀ 3000 ਹੈ 100 ਤੋਂ 92 ਹੋ ਜੇਗੀ ਤਾਂ 100 ਨੂੰ ਅਗਰ 3000 ਮੰਨਿਆ ਜਾਵੇ ਕਿ 100 ਨਹੀਂ ਹੈ 3000 ਹੈ 3000 ਤੋਂ ਕਿੰਨੀ ਹੋਵੇਗੀ 100 ਤੋਂ ਤਾਂ 92 ਹੋ ਰਹੀ ਹੈ 3000 ਤੋਂ ਕਿੰਨੀ ਹੋਵੇਗੀ 100 ਤੋਂ 3000 ਕਿੰਨੇ ਗੁਣਾ ਤੁਸੀਂ ਕਹੋਗੇ ਸਰ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟੀਆਂ ਗਈਆਂ ਇੱਕ ਤੇ 30 ਰਹਿ ਗਿਆ ਇੱਕ ਤੋਂ 30 ਬਣਾਉਣ ਵਾਸਤੇ 30 ਦਾ ਗੁਣਾ ਕਰਾਣਾ ਪਏਗਾ ਤਾਂ ਇਹਦੇ ਵਿੱਚ ਵੀ 30 ਦਾ ਗੁਣਾ ਕਰਾ ਦਿਓ ਰਾਜੇ ਤਾਂ 92 30 ਕਿੰਨੇ ਹੁੰਦੇ 92 30 जीरो ਤਾਂ ਆ ਗਈ 3 2 6 9 72 મતલਬ ਕਿੰਨਾ ਆ ਜਾਏਗਾ 276 ਤਾਂ ਇੱਥੋਂ ਵੀ ਰਾਜੇ 2760 ਆ ਦੇਗਾ ਇੱਥੋਂ ਵੀ ਕਿੰਨਾ ਆ ਜਾਏਗਾ 2760 ਆ ਜਾਏਗਾ ਇੱਕ ਵਾਰੀ ਸਾਰੇ ਬੱਚੇ ਫਟਾਫਟੇ ਕੋਈ ਹੈਂਡ ਰੇਸ ਕਰਕੇ ਦੱਸ ਦੇਣਗੇ ਕਿ ਸਰ ਗੱਲ ਬਿਲਕੁਲ ਓਕੇ ਜੇ ਗੱਲ ਓਕੇ ਇੱਕ ਵਾਰੀ ਸਾਰੇ ਬੱਚਾ ਦਾ ਹੈਂਡ ਰੇਸ ਤਾਂ ਬੰਦਾ ਇਕ ਵਾਰੀ ਸਾਰੇ ਬੱਚਾ ਦਾ ਹੈਂਡਲੈਸ ਬਣਦਾ ਹੈ ਕਿ ਸਰ ਗੱਲ ਬਿਲਕੁਲ ਓਕੇ ਹੈ ਐਦਾਂ ਵੀ ਕਰ ਸਕਦੇ ਆ 8% ਘਟਾ ਕੇ ਸਿੱਧਾ 3000 ਤੋਂ 8% ਘਟਾ ਦੇਗੇ ਤਾਂ 8 3 24 240 ਘਟਾ ਕੇ 2760 ਡਾਇਰੈਕਟ ਵੀ ਆ ਜਾਏਗਾ ਅਗਲੇ ਤੇ ਆਜੋ ਅਗਲੇ ਤੇ ਆਜੋ ਚਲੋ ਬਣਾਓ ਸ਼ਾਬਾਸ਼ ਮੈਂ ਸਾਈਡ ਤੇ ਹਾਂ ਕਿਉਂਕਿ ਆ ਜੋ ਕੁਐਸਚਨ ਹੈ ਪੂਰੀ ਸਕਰੀਨ ਤੇ ਹੈ ਜੋ ਆ ਸਵਾਲ ਹੈ ਉਹ ਪੂਰੀ ਸਕਰੀਨ ਤੇ ਹੈ ਆ ਸਵਾਲ ਜੋ ਹੈ ਉਹ ਪੂਰੀ ਸਕਰੀਨ ਤੇ ਹੈ ਤਾਂ ਬਣਾ ਦਿਓ ਇੰਡਰਸ ਕਿੰਨਾ ਆਏਗਾ ਦੇਖੋ ਕਹਿ ਰਿਹਾ ਕਿਸੇ ਸ਼ਹਿਰ ਦੀ ਆਬਾਦੀ ਪਹਿਲੇ 10% ਵੱਧ ਗਈ ਫਿਰ 25% ਵੱਧ ਗਈ ਦੋ ਸਾਲਾਂ ਬਾਅਦ ਇਹ 55000 ਹੋ ਜਾਵੇਗੀ ਤਾਂ ਕੁੱਲ ਆਬਾਦੀ ਵਿੱਚ ਬਦਲਾਅ ਕਿੰਨਾ ਹੋਏਗਾ ਹੁਣ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲਓ ਪਹਿਲੇ ਤਾਂ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲਓ ਪਹਿਲੇ ਤਾਂ ਕੀ ਕਹਿਣਾ ਚਾਹ ਰਿਹਾ ਮੈਂ ਜਦੋਂ ਬੱਚਾ ਇਹ ਪੁੱਛ ਰਿਹਾ ਕਿ ਇਹਦੇ ਚ ਪਰਸੈਂਟੇਜ ਦੇ ਵਿੱਚ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਕਮੈਂਟ ਨਾ ਕਰੋ ਧਿਆਨ ਨਾਲ ਸੁਣ ਲਿਆ ਕਮੈਂਟ ਛੱਡ ਦਿਓ ਕੋਈ ਗੱਲ ਨਹੀਂ ਚੈਟ ਛੱਡ ਦਿਓ ਇੱਕ ਵਾਰੀ ਚੈਟ ਬਾਅਦ ਚ ਕਰਿਆ ਜਦੋਂ ਤੁਸੀਂ ਤੁਹਾਨੂੰ ਮੈਂ ਕਹੂੰਗਾ ਕਿ ਹੁਣ ਕਰੋ ਆਨਸਰ ਦੱਸੋ ਕਿੰਨਾ ਕੋ ਦੋ ਦੋ ਚੈਟ ਕਰਨੀ ਹੈ ਕਹਿ ਕੀ ਰਿਹਾ ਹੈ ਇਹ ਕਹਿੰਦਾ ਕਿ ਕਿਸੇ ਸ਼ਹਿਰ ਦੀ ਆਬਾਦੀ ਪਹਿਲੇ ਸਾਲ 10% ਦੂਜੇ ਸਾਲ 25% ਵੱਧ ਕੇ ਇਹ 55000 ਹੋ ਜਾਏਗੀ 2 ਸਾਲਾਂ ਬਾਅਦ ਕੁੱਲ ਆਬਾਦੀ ਵਿੱਚ ਬਦਲਾਅ ਕਿੰਨਾ ਹੈ ਆਪਸ਼ਨ ਕਿਹਨੇ ਦਿੱਤੇ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਦਿਮਾਗ 'ਚ ਪੈ ਜਾਏਗੀ ਪੂਰੀ ਵਧੀਆ ਤਰੀਕੇ ਨਾਲ ਆਪਸ਼ਨ ਜੋ ਹੈ ਬਚਾਓ ਕਿਹਨੇ ਦਿੱਤੇ ਪਰਸੈਂਟੇਜ ਦੇ ਵਿੱਚ ਮਤਲਬ ਜੋ ਆਨਸਰ ਆਏਗਾ ਉਹ ਪਰਸੈਂਟੇਜ ਵਿੱਚ ਆਏਗਾ ਕਦੇ ਵੀ ਪਰਸੈਂਟੇਜ ਪੁੱਛਿਆ ਹੋਵੇ ਤਾਂ ਦਿੱਤੇ ਗਏ ਡਾਟਾ ਦਾ ਕੋਈ ਵੀ ਯੂਜ਼ ਨਹੀਂ ਹੁੰਦਾ ਆ ਗੱਲ ਮੇਰੀ ਪੱਲੇ ਪਾ ਲਿਆ ਜੀ ਡਾਟਾ ਦਾ ਯੂਜ਼ ਡਾਟਾ ਕੀ ਇੱਥੇ ਡਾਟਾ ਹੈ 55000 ਉਹਨੇ ਕਿਹਾ ਨਾ ਕਿ 2 ਸਾਲਾਂ ਬਾਅਦ 55000 ਹੋ ਜਾਏਗੀ ਤਾਂ ਉਹਨੇ ਆ ਨਹੀਂ ਪੁੱਛਿਆ ਨਾ ਕਿ 2 ਸਾਲ ਪਹਿਲੇ ਕਿੰਨੀ ਸੀ ਉਹਨੇ ਆ ਪੁੱਛਿਆ ਕਿ ਬਦਲਾਅ ਕਿੰਨਾ ਹੋਇਆ ਪਰਸੈਂਟੇਜ ਦੇ ਵਿੱਚ ਚੇਂਜ ਕਿੰਨਾ ਹੋਇਆ ਤੇ ਬੱਚੇ ਆਪਾਂ ਇਹਨੂੰ ਡਾਇਰੈਕਟ ਵੀ ਕਰ ਸਕਦੇ ਹਾਂ ਕਿੱਦਾਂ ਤੁਸੀਂ ਮੈਂ ਤੁਹਾਨੂੰ ਬਹੁਤ سارے ਤਰੀਕੇ ਦੱਸ ਦਾਂ। ਦੇਖੋ ਆ ਤਾਂ 10 ਤੇ 25 ਹੈ ਨਾ 10 ਤੇ 25 ਹੈ ਤਾਂ ਤੁਸੀਂ ਮੈਂ ਕਾ ਵੀ ਕਹਦਾ ਕਿ ਹਾਂ ਇੱਕ 10% ਵਧੀਆ ਦੂਜੇ ਸਾਲ 25% ਵਧੀਆ 10 25 ਤੁਸੀਂ ਕਹੋਗੇ ਸਰ 10% ਵਧੀਆ 25% ਵਧੀਆ ਆ ਵੀ ਵਧੀਆ ਆਈ ਵੀ ਵਧੀਆ ਤਾਂ ਮਤਲਬ 10 ਤੇ 25 ਕਿੰਨੇ ਹੋਗੇ 35 ਹੋਗੇ 10 25 ਕਿੰਨੇ ਹੋਗੇ 35 ਹੋਗੇ 10 25 35 ਹੋਗੇ 10 25 ਨੂੰ ਗੁਣਾ ਕਰਾਵਾਂਗੇ 2200 ਆਏਗਾ 2200 ਆਪਾਂ ਇੱਧਰ ਲਿਖ ਦੇਣਾ ਹੈ ਤੁਸੀਂ ਕਹੋਗੇ ਸਰ ਦੋ ਅੰਕਾਂ ਬਾਅਦ ਪੁਆਇੰਟ ਲਾਣਾ ਹੈ ਤਾਂ ਪੁਆਇੰਟ ਕਿੱਥੇ ਲਾਵਾਂਗੇ ਭਾਈ ਪੁਆਇੰਟ ਲਾਵਾਂਗੇ ਦਰੂ ਦੋ ਅੰਕ ਛੱਡ ਕੇ ਮਤਲਬ 35.5% ਆਂਸਰ ਆ ਜਿਗਾ ਇੰਪੈਕਟ ਕਿੰਨਾ ਪੈਗਾ 35.5% ਦਾ ਪੈਗਾ ਇੱਕ ਤਾਂ ਸ਼ਾਰਟਕਟ ਹੋ ਗਿਆ ਪਤਲੀ ਗਲੀ ਸੇ ਨਿਕਲ ਗਏ ਆਪਣੇ ਬਟ ਗੱਲ ਪੂਰੀ ਸੁਣ ਕੇ ਚੱਲਿਆ ਜੇ 10% ਵਧੀ ਹੈ 1 25% ਵਧੀ ਤੁਸੀਂ ਕਹੋਗੇ ਸਰ 10 ਤੇ 25 35 10 25 250 ਮਤਲਬ 37.5% ਵਧ ਜੇਗੀ ਬਸ ਗੱਲ ਕਦਮ ਹੈ ਇਹ ਪਰਸੈਂਟੇਜ ਸੈਂਸਰ ਆ ਗਿਆ ਬਟ ਰੇਸ਼ੋ ਚ ਕਰਨਾ ਤਾਂ ਰੇਸ਼ੋ ਚ ਵੀ ਹੋ ਜਾਏਗਾ ਪਹਿਲੇ ਸਾਲ 10% ਵਧੀ ਤੁਸੀਂ ਕਹੋਗੇ ਸਰ 10% ਨੂੰ ਆਪਾਂ ਕਿੱਦਾਂ ਲਿਖਦੇ ਆ 1/10 ਲਿਖਦੇ ਆ 10% ਨੂੰ ਆਪਾਂ ਕਿੱਦਾਂ ਲਿਖਦੇ ਆ 1/10 ਲਿਖਦੇ ਆ 25% ਨੂੰ ਕਿੱਦਾਂ ਲਿਖਦੇ ਆ 25% ਹੁੰਦਾ ਬੱਚਾ 1/4 ਮਤਲਬ ਦੋਨਾਂ ਵਾਰੀ ਵਧੀ ਹੈ ਯਾਰ ਇੱਕ ਗੱਲ ਸੁਣ ਕੇ ਚੱਲਿਓ ਕਿ ਦੋਨਾਂ ਵਾਰੀ ਇਹ ਵਧੀ ਹੈ ਇਨਕਰੀਜ਼ ਹੋਈ ਹੈ ਬੱਚਾ ਜੀ ਤਾਂ 10 ਤੋਂ ਇੱਕ ਵੱਧ ਕੇ ਕਿੰਨੀ ਹੋ ਗਈ 11 ਹੋ ਗਈ 4 ਤੋਂ ਇੱਕ ਵੱਧ ਕੇ ਕਿੰਨੀ ਹੋ ਗਈ 5 ਹੋ ਗਈ 4 ਤੋਂ ਇੱਕ ਵੱਧ ਕੇ ਕਿੰਨੀ ਹੋ ਗਈ 5 ਹੋ ਗਈ ਦੇਖੋ ਹੁਣ ਕੋਈ ਆਮਣੇ ਸਾਹਮਣੇ ਜੇ ਕੱਟ ਰਿਹਾ ਤਾਂ ਕੱਟ ਵੀ ਸਕਦੇ ਆ ਜੇ ਮਲਟੀਪਲਾਈ ਕਰਾਣਾ ਤਾਂ ਮਲਟੀਪਲਾਈ ਵੀ ਕਰਾ ਦਿਓ 5 ਦੂਣੀ 10 ਕਲੀਅਰ ਹੈ ਗੁਣਾ ਕਰਾਓ 2 ਚੋਕੇ 8 ਇਧਰ ਤੱਕ ਅੱਲਾ 11 ਹੀ ਬੱਚੇ ਮਤਲਬ 8 ਤੋਂ 11 ਹੋਗੀ ਮਤਲਬ ਜੋ ਹੈ ਉਹ 8 ਤੋਂ 11 ਹੋਗੀ ਤਾਂ ਮਤਲਬ ਕਿੰਨੀ ਵੱਧ ਗਈ ਤੁਸੀਂ ਕਹੋਗੇ ਸਰ 3 ਵੱਧ ਗਈ ਕਿੱਥੋਂ ਵੱਧੀ 8 ਤੋਂ ਵੱਧੀ ਹੈ ਤਾਂ 3/8 100 ਬੱਚਾ ਮ ਹੁਣੇ ਦੱਸ ਕਹ ਹੈ ਕਿ 3/8 ਦੀ ਵੈਲਿਊ ਕਿੰਨੀ ਹੁੰਦੀ ਹੈ 3/8 ਦੀ ਵੈਲਿਊ ਹੁੰਦੀ ਹੈ ਬੱਚਾ 37.5% ਜਿਹੜੇ ਬੱਚੇ ਨਵੇਂ ਜੁੜੇ ਹੈ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਬੱਚਾ ਦੱਸਿਆ ਹੋਇਆ ਹੈ ਕਿ 3/8 100 ਆ ਗਿਆ ਤਾਂ 37.5% ਅਨਸਰ ਆ ਜਾਏਗਾ ਤਾਂ ਆ ਵੀ ਹੈਗਾ ਆ ਵੀ ਹੈਗਾ ਇਹ ਸਾਰਿਆਂ ਚ ਲੱਗੇਗਾ ਉਹ ਉਹਨਾਂ ਚ ਲੱਗੇਗਾ ਜਿਨ੍ਹਾਂ ਚ ਸਿੰਪਲ ਵੈਲਿਊ ਹੈ ਮਤਲਬ ਫ੍ਰੈਕਸ਼ਨ ਵਾਲੀ ਨਹੀਂ ਦਿੱਤੀ 14 ਸਹੀ 2/7% ਉਹ ਨਹੀਂ ਦਿੱਤਾ ਹੋਇਆ ਸਿੰਪਲ ਦਿੱਤਾ ਹੋਇਆ ਤਾਂ ਲੱਗ ਜਾਏਗਾ ਜੇ ਸਾਰੇ ਕਰਨੇ ਉਹਨਾਂ ਚ ਆ ਲੱਗੂਗਾ 55000 ਆਪਾਂ ਵਰਤਿਆ ਹੀ ਨਹੀਂ ਬੱਚਾ 55000 ਕਦੋਂ ਵਰਤਣਾ ਉਹਦੇ ਬਾਰੇ ਵੀ ਦੱਸਦਾ ਆਜੋ ਹੁਣ ਦੀ ਵੇਦੇ ਵਿੱਚ ਕੀ ਪੁੱਛਿਆ ਹੈਗਾ ਪਿਛਲੇ ਤਾਂ ਪੁੱਛਿਆ ਸੀ ਕਿ 2 ਸਾਲਾਂ ਬਾਅਦ ਚੇਂਜ ਕਿੰਨਾ ਆਏਗਾ ਤਾਂ ਆਪਾਂ ਕਹਿੰਦਾ ਕਿ 37% ਚੇਂਜ ਆਏਗਾ ਹੁਣ ਇਹਦੇ ਵਿੱਚ ਕੀ ਪੁੱਛਿਆ ਬੱਚਾ ਤਾਂ ਸ਼ੁਰੂਆਤੀ ਆਬਾਦੀ ਦਾ ਪਤਾ ਲਗਾਓ ਹੁਣ ਮੈਨੂੰ ਇਹਦੀ ਲੋੜ ਉਗੀ ਮੈਨੂੰ ਪਤਾ ਹੋਣਾ ਚਾਹੀਦਾ ਹੈ ਨਾ ਕਿ ਹੁਣ ਕਿੰਨੀ ਹੈ ਫੇਰ ਹੀ ਮੈਂ ਸ਼ੁਰੂਆਤੀ ਦੱਸ ਸਕਦਾ ਮੈਨੂੰ ਹੁਣ ਪਤਾ ਹੀ ਨਹੀਂ ਤਾਂ ਮੈਂ ਦੱਸੂਗਾ ਕਿ ਬਾਬਾ ਜੀ ਦਾ ਟੁੱਲੂ ਕਿ ਮੈਨੂੰ ਪਤਾ ਹੀ ਨਹੀਂ ਕਿ ਹੁਣ ਕਿੰਨੀ ਹੈ 2 ਸਾਲ ਪਹਿਲੇ ਕਿੰਨੀ ਹੋਈਗੀ ਉਹ ਤਾਂ ਬਾਅਦ ਦੀ ਗੱਲ ਹੈ ਗੱਲ ਪਕੜ ਰਹੇ ਹੋ ਮੇਰੀ ਇੱਕ ਵਾਰੀ ਮੈਨਾਂ ਆਹ ਗੱਲ ਦੱਸ ਦੋ ਕਿ ਕਿਹੜੇ ਕਿਹੜੇ ਗੱਲ ਬੱਚੇ ਮੇਰੀ ਗੱਲ ਪੂਰੀ ਕੈਚ ਕਰ ਗਏ ਕਿ ਸਰ ਸਾਨੂੰ ਪੂਰੀ ਗੱਲ ਸਮਝ ਚ ਆ ਗਈ ਕਿ 55000 ਕਦੋਂ ਵਰਤਿਆ ਜਾਵੇਗਾ ਤੇ ਕਦੋਂ ਵਰਤਿਆ ਨਹੀਂ ਜਾਵੇਗਾ ਦੋਨੋਂ ਗੱਲਾਂ ਜੋਕ ਕੇ ਤੇ ਕੋਈ ਸਾਰੇ ਬੱਚੇ ਥੰਮਸ ਅਪ ਕਰ ਦੋ ਡਨ ਹੈ ਦੇਖੋ ਹੁਣ ਵੀ ਗੱਲ ਤਾਂ ਉੱਥੇ ਹੀ ਹੈ ਕਿ 10% ਵਧੀ 25% ਵਧੀ ਤੁਸੀਂ ਕਹੋਗੇ ਸਰ 10% 1/10 ਹੁੰਦਾ ਹੈ 25% ਕਿੰਨਾ ਹੁੰਦਾ ਹੈਗਾ 1/4 ਹੁੰਦਾ ਹੈ ਤੁਸੀਂ ਕਹਿ ਦੋਗੇ ਸਰ 10 ਤੋਂ 1 ਵੱਧ ਕੇ 11 ਹੋ ਗਈ ਤੇ 4 ਤੋਂ 1 ਵੱਧ ਕੇ ਕਿੰਨੀ ਹੋ ਗਈ 5 ਹੋ ਗਈ 5 2 ਦੋ ਕੱਟਿਆ ਗਿਆ ਮਤਲਬ ਕਿੰਨਾ ਆਇਆ ਸੀ 4 ਦੁਨੀ 8 ਤੇ 8 ਰੇਸ਼ੋ 11 ਕਿੰਨਾ ਆਇਆ ਸੀ 8 ਰੇਸ਼ੋ 11 ਆਇਆ ਸੀ ਮਤਲਬ ਜੇ ਮੈਂ ਹੁਣ ਇਹ ਕਹਿ ਰਿਹਾ ਕਿ ਪਹਿਲੇ 8 ਸੀਗੀ ਹੁਣ 11 ਹੋ ਗਈ 2 ਸਾਲ ਪਹਿਲੇ ਕਿੰਨੀ ਸੀ 8 ਸੀਗੀ ਹੁਣ 11 ਹੋ ਗਈ ਉਹ ਕਹਿੰਦਾ 11 ਨਹੀਂ ਹੋਈ ਉਹ ਕਹਿੰਦਾ 2 ਸਾਲਾਂ ਬਾਅਦ 55000 ਹੋ ਜਾਵੇਗੀ 8 ਤੋਂ 11 ਹੋ ਗਈ ਉਹ ਕਹਿੰਦਾ 11 ਨਹੀਂ ਹੋਈ ਪਈ 11 ਦੀ ਵੈਲਿਊ 55000 ਹੈ ਤਾਂ ਜੇ 11 ਨੂੰ ਬੱਚਾ ਜੇ 55000 ਕਹਿ ਰਹੇ ਆ ਤਾਂ 11 ਦੇ ਫੜੇ ਦੇ 55 ਕਦੋਂ ਆਣੇ ਤੁਸੀਂ ਕਹੋਗੇ ਸਰ 11 5 55 3 0 5000 ਗੁਣਾ ਮਤਲਬ ਜੇ ਆ 5000 ਗੁਣਾ ਤਾਂ ਆ ਵੀ 5000 ਗੁਣਾ ਹੋਏਗਾ ਤੁਸੀਂ ਕਹਦੋਂਗੇ 8 5 40 ਤਿੰਨ ਜ਼ੀਰੋਆਂ ਮਤਲਬ ਕਿੰਨਾ ਆ ਜਾਏਗਾ 40000 ਤਾਂ ਬੱਚਾ ਆਨਸਰ ਕਿੰਨਾ ਆ ਜਾਏਗਾ 40000 ਆ ਜਾਏਗਾ ਜੇ ਮਜ਼ਾ ਆ ਗਿਆ ਹੋਵੇ ਕਨਸੈਪਟ ਸਿੱਖ ਕੇ ਤੇ ਇੱਕ ਵਾਰੀ ਸਾਰੇ ਬੱਚੇ ਲਾਈਕ ਵਾਲਾ ਬਟਨ ਦਬ ਦੇਣਗੇ ਜਿਨ੍ਹਾਂ ਨੇ ਹਾਲੇ ਤੱਕ ਲਾਈਕ ਵਾਲਾ ਬਟਨ ਦਬਿਆ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰੀ ਸਾਰੇ ਬੱਚੇ ਦੱਸ ਦਿਓ ਗੱਲ ਓਕੇ ਸਰ ਜੀ ਸਪੀਡ ਦਨ ਹੈ ਦਨ ਹੈ 40000 ਸਮਝ ਆ ਗਿਆ ਤਾਂ ਅਗਲੇ ਦਾ ਆਨਸਰ ਕਰ ਦਿਓ ਹੁਣ ਜੋ ਕਮੈਂਟ ਹੈ ਨਾ ਉਹ ਐਦਾਂ ਚੱਲਣੇ ਚਾਹੀਦੇ ਨੇਰੀ ਠਾ ਦਿਓ ਕਮੈਂਟਾਂ ਦੀ ਨੇਰੀ ਠਾ ਦਿਓ ਕਿੰਨਾ ਆਨਸਰ ਆਏਗਾ ਦੇਖੋ ਹੁਣ ਇਹਦੇ ਚ ਪੁੱਛਿਆ ਡਾਟਾ ਇੰਨੀ ਹੋ ਜਾਵੇਗੀ ਤਾਂ ਹੁਣ ਮੈਂ ਆ ਯੂਜ਼ ਕਰੂੰਗਾ 4900 ਜੇ ਪਰਸੈਂਟੇਜ ਦੇ ਵਿੱਚ ਆਪਸ਼ਨ ਹੁੰਦੇ ਤਾਂ ਮੈਂ 4900 ਨਹੀਂ ਵਰਤਦਾ ਚੱਕ ਦਿਓ ਫੱਟੇ ਚੱਕ ਦਿਓ ਫੱਟੇ ਸਾਰੇ ਬੱਚੇ 1000 ਲਾਈਕ ਹੋਣ ਵਾਲੇ ਆ ਫਟਾਫਟ ਸਾਰੇ ਬੱਚੇ ਕੋਈ ਲਾਈਕ ਵਾਲਾ ਬਟਨ ਜ਼ਰੂਰ ਦਬ ਜਾਣਗੇ ਜਿਨ੍ਹਾਂ ਨੇ ਹਰ ਤੱਕ ਲਾਈਕ ਵਾਲਾ ਬਟਨ ਨਹੀਂ ਦਬਿਆ ਚਲੋ ਆਪੀ ਬਣਾ ਦਿਓ ਕਿੰਨਾ ਹੈ ਗਾਣਸਰ ਸ਼ਬਸ਼ ਉਡਾ ਦੇ ਉਡਾ ਦੇ ਅਰੋ ਉਡਾ ਦਿਓ ਸ਼ਬਸ਼ ਚਲੀਏ ਅਗੇ ਚਲੀਏ ਅਗੇ ਚਲੀਏ ਸ਼ਾਬਾਸ਼ ਦੇਖੋ ਯਾਰ ਇਹਦੇ ਵਿੱਚ ਕਿੰਨਾ 16 ਸਹੀ 2 ਬਟਾ 3% ਹੈ ਤਾਂ 16 ਸਹੀ 2 ਬਟਾ 3% ਕਿੰਨਾ ਹੁੰਦਾ ਭਈ ਇਹ 16 ਸਹੀ 2 ਬਟਾ 3% ਹੁੰਦਾ 1 ਬਟਾ 6 ਕੱਟ ਗਈ ਤਾਂ ਮਤਲਬ ਦੇਖੋ ਕੱਟ ਗਈ ਤਾਂ 6 ਤੋਂ 1 ਕੱਟ ਕੇ ਕਿੰਨੀ ਹੋ ਗਈ 5 ਹੋ ਗਈ ਠੀਕ ਹੈ ਅੱਗੇ ਕੀ ਕਹਿ ਰਿਹਾ ਕਹਿੰਦਾ 40% ਵੱਧ ਗਈ ਦੂਜੇ ਸਾਲ ਤਾਂ 40% ਰਾਜੇ ਕਿੰਨਾ ਹੁੰਦਾ 40 ਦੇ ਥੱਲੇ 100 ਦਾ ਦੋ 20 ਦੁਨਾ 40 20 ਪੰਜੇ 100 ਮਤਲਬ 2/5 ਹੁੰਦਾ ਹੈ ਕੀ ਕੀਤਾ ਵੱਧ ਗਈ ਕੀ ਕੀਤਾ ਵੱਧ ਗਈ ਤਾਂ 5 ਤੋਂ 2 ਵਜੇ ਕਿੰਨੀ ਹੋ ਗਈ 7 ਹੋਗੀ ਓਕੇ ਗੱਲ ਕਿ 5 ਤੋਂ 2 ਵਜੇ ਕਿੰਨੀ ਹੋ ਗਈ 7 ਹੋਗੀ ਤਾਂ ਬੱਚੇ 6 5 ਨਾਲ 5 ਘਟਿਆ ਗਿਆ 6 ਤੋਂ 7 ਹੋ ਗਈ ਮਤਲਬ ਪਹਿਲੇ 6 ਸੀਗੀ 2 ਸਾਲਾਂ ਬਾਅਦ ਕਿੰਨੀ ਹੋਗੀ 7 ਹੋਗੀ ਉਹ ਕਹਿੰਦਾ ਭਈ 2 ਸਾਲਾਂ ਬਾਅਦ ਕਿੰਨੀ ਹੋ ਜਾਏਗੀ 4900 ਤਾਂ 7 ਨੂੰ 4900 ਕਿਹਾ ਗਿਆ ਬੱਚਾ 7 7 49 2 ਜ਼ੀਰੋਆਂ 700 ਗੁਣਾ ਤਾਂ ਆ ਵੀ ਮੇਰੇ ਕੋਲੋਂ 700 ਗੁਣਾ ਹੀ ਹੋਏਗਾ 7 4200 4200 ਹੀ ਐ ਸਵਾਲ ਦਾ ਕਰੈਕਟ ਆਨਸਰ ਹੈ ਕਿਹਦਾ ਕਿਹਦਾ ਬਣ ਗਿਆ ਇੱਕ ਵਾਰੀ ਥੰਬਸ ਅਪ ਕਰ ਦਿਓ ਤੇ ਮੈਨੂੰ ਇਹਨਾਂ ਨੂੰ ਇਹਨੀ ਗੱਲ ਦੱਸ ਦਿਓ ਕਿ ਇਹਦੇ ਚ ਪਰਸੈਂਟੇਜ ਦੇ ਵਿੱਚ ਪੁੱਛਿਆ ਹੁੰਦਾ ਤਾਂ ਆਨਸਰ ਕਿੰਨਾ ਆਂਦਾ ਦੇਖੋ ਮੇਰੇ ਕੋਲੋਂ ਫਾਈਨਲ ਰੇਸ਼ੋ ਹੈ 6:7 ਫਾਈਨਲ ਰੇਸ਼ੋ ਕਿੰਨਾ ਆ 6:7 ਆ ਤਾਂ ਹੁਣਾਂ ਦੇ ਪੁੱਛਿਆ ਕਿ ਇਹਦੇ ਕੋ ਸੇਮ ਸਵਾਲ ਹੈ ਕਹਿੰਦਾ ਕਿ ਕੁੱਲ ਆਬਾਦੀ ਵਿੱਚ ਬਦਲਾਅ ਕਿੰਨਾ ਹੋਏਗਾ ਤੇ 6 ਤੋਂ 7 ਰੇਸ਼ੋ ਆ ਰਿਹਾ ਹੈ ਤਾਂ ਮੈਂ ਕਹਿ ਦੂੰਗਾ 6 ਤੋਂ 7 ਹੋ ਰਹੀ ਹੈ ਕਿੰਨਾ ਵਜੇਗਾ ਭਾਈ 1 ਕਿੱਥੋਂ ਵਜੇਗਾ 6 ਤੋਂ ਗੁਣਾ 100 ਤਾਂ ਪਰਸੈਂਟੇਜ ਦੇ ਵਿੱਚ ਕਿੰਨਾ ਕਵਾਂਗੇ 1/6 ਕਿੰਨਾ ਹੁੰਦਾ ਭਾਈ 16 ਸਹੀ 2/3% ਹੁੰਦਾਗਾ 16 ਸਹੀ 2/3% ਮਤਲਬ ਅਨਸਰ ਆਏਗਾ ਡੀ ਆਪਸ਼ਨ ਇੱਕੋ ਸਵਾਲ ਨੂੰ ਦੋ ਤਰੀਕੇ ਨਾਲ ਪੁੱਛਿਆ ਇੱਕ ਤਾਂ ਕਿ 2 ਸਾਲ ਪਹਿਲੇ ਸ਼ਹਿਰ ਦੀ ਆਬਾਦੀ ਕਿੰਨੀ ਸੀ ਇੱਕ ਪਰਸੈਂਟੇਜ ਦੇ ਵਿੱਚ ਪੁੱਛ ਲਿਆ ਕਿ ਹੁਣ ਕਿੰਨੀ ਹੋ ਗਈ ਤੇ ਨਾਲ ਦੇ ਨਾਲ ਦੋਨਾਂ ਅਨਸਰ ਆ ਗਏ ਮੇਰੇ ਕੋਲੇ ਮੇਰੇ ਕੋਲੋਂ ਦੋਨੇ ਅਨਸਰ ਆ ਗਏ ਮੈਨੇ ਕੋਈ ਸਾਰੇ ਬੱਚਾ ਦੱਸ ਦੋ ਕਿ ਸਰ ਗੱਲ ਬਿਲਕੁਲ ਓਕੇ ਹੈ ਗੱਲ ਬਿਲਕੁਲ ਕਲੀਅਰ ਹੈ ਅਨਸਰ ਆ ਗਿਆ ਆਵਲਾ ਕਿਉਂਕਿ ਮੇਰੇ ਕੋਲ ਉਹਦੇ ਫਾਈਨਲ ਰੇਸ਼ੋ ਕਿੰਨਾ ਆਇਆ ਸੀ 6 7 ਆਇਆ ਸੀ ਸੇਮ ਸਵਾਲ ਸੀਗਾ ਉਹਦੇ ਵਿੱਚ ਪੁੱਛਿਆ ਕਿ ਆਬਾਦੀ ਕਿੰਨੀ ਸੀ ਸ਼ੁਰੂਆਤੀ ਇਹਦੇ ਵਿੱਚ ਮੈਂ ਪੁੱਛ ਰਿਹਾ ਕਿ ਬਦਲਾਅ ਕਿੰਨਾ ਹੋਏਗਾ ਡਨ ਹੈ ਡਨ ਹੈ ਤੇ ਅੱਜ ਆਪਾਂ ਅਥੇ ਤੱਕ ਕੀ ਕਰਾਂਗੇ ਕਵੈਸਚਨ ਮੇਰੇ ਕੋਲ ਰਹਿ ਰਹੇ ਤਾਂ ਇੱਕ ਇਹਦਾ ਅਨਸਰ ਤੁਸੀਂ ਮੈਨੂੰ ਸਾਰੇ ਬੱਚੇ ਕਮੈਂਟ ਸੈਕਸ਼ਨ ਚ ਦੱਸੋਗੇ ਕਿ ਇਹਦਾ ਅਨਸਰ ਕਿੰਨਾ ਆਏਗਾ ਤੇ ਨਾਲ ਦੇ ਨਾਲ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਨਾ ਦੇਖੋ ਸ਼ੁਰੂਆਤ ਦੇ ਵਿੱਚ ਆਪਾਂ ਬਿਲਕੁਲ ਏ ਟੂ ਜ਼ेड ਸਾਰੇ ਜੋ ਫ੍ਰੈਕਸ਼ਨਾਂ ਸਿੱਖੀਆਂ ਗਈਆਂ ਏ ਟੂ ਜ਼ेड ਕਿੰਨੇ ਸਵਾਲ ਆਪਾਂ ਕਰ ਚੁੱਕੇ ਕਾਫੀ ਸਵਾਲ ਆਪਾਂ ਕਰ ਚੁੱਕੇ ਹੈ ਗਿਆ ਦੇਖੋ ਦਾ ਤੋਂ ਤੇ ਆ ਸਾਰੀਆਂ ਜੋ ਪੀਡੀਐਫ ਚਾਹੀਦੀਆਂ ਹੈਗੀਆਂ ਤੇ ਆ ਦੇਖੋ ਡਨ ਹੈ ਯਾਰ ਕਿਹੜਾ ਬੱਚਾ ਕਹਿੰਦਾ ਕਿ ਸਰ ਲਿਖੇ ਲਖਾਈ ਦੀ ਪੀਡੀਐਫ ਦੇ ਦਿਓ ਉਹ ਲਿਖੇ ਲਖਾਈ ਚ ਪਤਾ ਕੀ ਹੋਏਗਾ ਜਿਵੇਂ ਮੈਂ ਲਿਖਿਆ ਹੋਇਆ ਜਿੱਥੇ-ਜਿੱਥੇ ਚਲੋ ਯਾਰ ਲਿਖੇ ਲਖਾਈ ਰਿਪੋਰਟ ਦਿਨਾ ਠੀਕ ਹੈ ਤਾਂ ਆ ਜੋ ਕੁਝ ਕੁਸਚਨ ਆਂ ਦੇ ਕੇ ਬੱਚਾ ਬੱਚੇ ਵੀ ਹੋਏ ਆ ਤੇ ਆ ਦੇਖੋ ਕੁਝ ਕੁਸਚਨ ਆਂ ਦੇ ਕੇ ਬੱਚੇ ਵੀ ਹੋਏ ਆ ਤਾਂ ਆ ਵੀ ਤੁਹਾਨੂੰ ਦੇ ਦੇਣਾ ਤੁਸੀਂ ਕਰ ਕਰ ਲਿਆ ਜੇ ਕੀਪ ਮੈਂ ਤੁਹਾਡੇ ਸਾਹਮਣੇ ਸੇਵ ਕਰ ਰਿਹਾ ਦੇਖ ਲਓ ਲਿਖੇ ਲਖਾਈ ਦੀ ਲਿਖੇ ਲਖਾਇਆ ਹੈ ਨਾ ਐਕਸਿਡੈਂਟ ਚੈੱਕ ਕਰ ਲਈ ਹਾਂ ਵੀ ਲਿਖੇ ਲਖਾਇਆ ਦੇਖ ਲਓ ਆ ਲਿਖੇ ਲਖਾਇਆ ਆ ਰਿਹਾ ਬਿਲਕੁਲ ਸਾਰਾ ਕੁਝ ਲਿਖੇ ਲਖਾਇਆ ਸੋਲੂਸ਼ਨ ਦੀ ਪੀਡੀਐਫ ਦੇ ਰਿਹਾ ਹਾਂਗਾ ਫਾਈਲ ਦੇ ਗਏ ਸੇਵ ਐਸ ਕੀਤਾਗਾ ਤੇ ਆ ਲੋ ਭਈ ਇਹਨੂੰ ਕੀਤਾ ਆਪਾਂ ਪੀਡੀਐਫ ਤੇ ਆ ਹੋ ਗਈ ਸੇਵ ਠੀਕ ਹੈ ਤੁਹਾਡੇ ਸਾਹਮਣੇ ਸੇਵ ਹੋ ਰਹੀ ਹੈ ਭਾਈ ਤੁਹਾਡੇ ਸਾਹਮਣੇ ਸੇਵ ਹੋ ਰਹੀ ਹੈ ਕੋਈ ਸਾਰੇ ਬੱਚਾ ਦੱਸਣੇ ਕਲਾਸ ਕਿਦਾਂ ਦੀ ਲੱਗੀ ਕਲਾਸ ਕਿਦਾਂ ਦੀ ਲੱਗੀ ਉਮੀਦ ਕਰਦਾ ਮਜ਼ਾ ਆਇਆ ਹੋਗਾ ਕਲਾਸ ਲਾ ਕੇ ਯਾਰ ਤੇ ਐਵੇਂ ਐਸੇ ਤਰੀਕਿਆਂ ਨਾਲ ਹੀ ਪੜਦੇ ਰਹੋ ਯਾਰ ਕਿਉਂਕਿ ਪੇਪਰ ਤੇ ਸਮਾਂ ਬਹੁਤ ਥੋੜਾ ਹੈ ਯਾਰ ਤੁਹਾਡੀ ਮਿਹਨਤ ਹੈ ਹੁਣ ਚਾਹੀਦੀ ਚਾਹੀਦੀ ਹੈਗੀ ਹੈ ਤੇ ਨਾਲ ਦੇ ਨਾਲ ਮੈਂ ਹੁਣ ਆਨ ਆਲੇ ਟਾਈਮ ਦੇ ਵਿੱਚ ਮੈਨੂੰ ਇੱਕ ਤੋਂ ਦੋ ਦਿਨ ਦਾ ਸਮਾਂ ਦਿਓ ਤੇ ਇੱਕ ਕਲਾਸ ਕਿਹੜੀ ਸਵੇਰੇ ਵੀ ਕੁਝ ਸੈਸ਼ਨ ਐਡ ਕਰ ਰਿਹਾ ਹਾਂ ਮੈਂ 15 ਤੋਂ 20 ਮਿੰਟਾਂ ਦਾ ਉਮੀਦ ਕਰਦਾ ਮੈਂ ਤੁਹਾਡੇ ਵਾਸਤੇ ਸਵੇਰੇ ਵੀ ਇੱਕ ਸੈਸ਼ਨ ਲੈ ਕੇ ਆਉਂਗਾ ਸ਼ਾਇਦ ਤਾਂ ਟਾਈਮ ਥੋੜਾ ਜਿਹਾ ਟੈਲੀਗ੍ਰਾਮ ਤੇ ਅਪਡੇਟਡ ਅਪਡੇਟਡ ਰਿਹਾ ਜੇ ਤਾਂ 10 11 ਦੇ ਵਿੱਚ ਵਿਚਾਲੇ ਜੀ 11 ਦੇ ਆਸ-ਪਾਸ ਕਿੱਥੇ ਇੱਕ ਸੈਸ਼ਨ ਆਏਗਾ ਤੁਹਾਡੇ ਵਾਸਤੇ ਕੱਲ ਠੀਕ ਹੈ ਨਾ ਤਾਂ 10 ਤੋਂ 11 ਦੇ ਵਿਚਾਲੇ ਇੱਕ ਸੈਸ਼ਨ ਆਏਗਾ ਯਾਦ ਰੱਖਿਆ ਜੇ ਕਿੰਨੇ ਵਜੇ 10 ਤੋਂ 11 ਦੇ ਆਸ-ਪਾਸ ਇੱਕ ਸੈਸ਼ਨ ਆਏਗਾ ਹੁਣ ਕਈ ਬੱਚੇ ਕਹਿਣਗੇ ਕਿ ਸਰ ਪੀਡੀਐਫ ਕਿੱਦਾਂ ਮਿਲੇਗੀ ਤਾਂ ਬੱਚੇ ਪੀਡੀਐਫ ਬਾਰੇ ਦੱਸ ਦਿਨਾ ਪੀਡੀਐਫ ਬਾਰੇ ਦੱਸ ਦੇਣਾ ਜਿਹੜਾ ਬੱਚਾ 1 ਸੈਕਿੰਡ ਰੁਕੋ ਦੇਖੋ ਯਾਰ ਪੀਡੀਐਫ ਵਾਸਤੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਬੱਚੇ ਪੀਡੀਐਫ ਵਾਸਤੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਪੀਡੀਐਫ ਵਾਸਤੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਵੀਡੀਓ ਦੇ ਬੱਚੇ ਇੱਕ ਡਿਸਕ੍ਰਿਪਸ਼ਨ 'ਚ ਇੱਕ ਲਿੰਕ ਲੱਗਿਆ ਹੋਇਆ ਹੈ ਜਿਹੜਾ ਜਿੰਨੇ ਤੇ ਕੰਟੈਂਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਬੱਚਾ ਕੰਟੈਂਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਪੰਜਾਬ ਵੱਡਾ ਤੇ ਵੀਡੀਓ ਕੱਢ ਰਿਹਾ ਮਤਲਬ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਦੇ ਡਿਸਕ੍ਰਿਪਸ਼ਨ 'ਚ ਲਿੰਕ ਲੱਗਿਆ ਹੋਇਆ ਜਿਵੇਂ ਆ ਤੁਸੀਂ ਵੀਡੀਓ ਸਾਰੇ ਬੱਚੇ ਦੇਖ ਰਹੇ ਹੋ ਇਹਦੇ ਥੱਲੇ ਤੁਸੀਂ ਦੇਖੋਗੇ ਨਾ ਸ਼ੋ ਮੋਰ ਲਿਖਿਆ ਹੋਊਗਾ ਮੋਰ ਮੋਰ ਤੇ ਕਲਿੱਕ ਕੀਤਾ ਮੋਰ ਤੇ ਕਲਿੱਕ ਕਰਕੇ ਭਈ ਥੱਲੇ ਇੱਕ ਲਿੰਕ ਲੱਗਿਆ ਹੋਇਆ ਤੁਹਾਡੇ ਅੰਕੁਸ਼ਰ ਦੇ ਨਾਮ ਦਾ ਜਿੱਥੇ ਲਿਖਿਆ ਕੀ ਹੋਇਆ ਭਈ ਆ ਲਿਖਿਆ ਹੋਇਆ ਡਾਊਨਲੋਡ आवर ਅੱਡਾ 247 http ਐਪ ਲਿੰਕ ਅੰਕੁਸ਼ਰ ਆਵळा ਲਿੰਕ ਆ ਗਿਆ ਪਈ ਐਸ ਲਿੰਕ ਤੇ ਤੁਸੀਂ ਕਲਿੱਕ ਕਰਕੇ ਐਪ ਡਾਊਨਲੋਡ ਕਰਨੀ ਹੈ ਆ ਮੈਰਾਥਨ ਲਗਾਵਾਂਗੇ ਨਾ ਟੈਨਸ਼ਨ ਲੋ ਮੈਰਾਥਨ ਵੀ ਲਗਾ ਦਾਂਗੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਤੋਂ ਥੋੜਾ ਥੱਲੇ ਆ ਕੇ ਮਿਲ ਜੂਗਾ ਠੀਕ ਹੈ ਇੱਥੇ ਨਹੀਂ ਕਲਿੱਕ ਕਰਨਾ ਜਿੱਥੇ ਪੀਡੀਐਫ ਲਿਖਿਆ ਹੋਇਆ ਲਿੰਕ ਤੇ ਇੱਥੇ ਲਿੰਕ ਤੇ ਕਲਿੱਕ ਕਰਨਾਗਾ ਜਿੱਥੇ ਹੱਥ ਦਾ ਬਣਾ ਹੋਇਆ ਡਾਊਨਲੋਡ ਅਵਰ ਅਟ 24/7 ਐਪ ਐਪ ਲਿੰਕ ਅੰਕੂ ਸਰ ਐਸ ਲਿੰਕ ਤੇ ਕਲਿੱਕ ਕਰੋਗੇ ਨਾ ਐਸ ਲਿੰਕ ਤੇ ਕਲਿੱਕ ਕਰਦੇਈ ਤੁਸੀਂ ਇੱਕ ਫੋਨ ਤੇ ਐਪਲੀਕੇਸ਼ਨ ਤੇ ਪਹੁੰਚ ਜਾਓਗੇ ਭਈ ਐਪ ਕਰਨੀ ਡਾਊਨਲੋਡ ਐਸ ਲਿੰਕ ਤੋਂ ਹੀ ਕਰਨੀ ਹੈ ਇਹ ਗੱਲ ਧਿਆਨ ਚ ਰੱਖਣੀ ਹੈ ਤੇ ਐਪ ਤੇ ਜਾ ਕੇ ਕੀ ਕਰਨਾ ਭਈ ਐਪ ਤੇ ਜਾ ਕੇ ਕੀ ਕਰਨਾ ਹੈ ਐਪ ਤੇ ਜਾ ਕੇ ਕਮਿਊਨਿਟੀ ਬਲਿਖਿਆ ਹੋਗਾ ਕਮਿਊਨਿਟੀ ਤੇ ਕਮਿਊਨਿਟੀ ਤੇ ਜਾ ਕੇ ਐਕਸਪਲੋਰ ਗਰੂਪ ਅਰੇ ਮੇਰਾ ਗਰੁੱਪ ਹੋਏਗਾ ਮੈਥਸ ਬਾਈ ਅੰਕੂ ਸਰ ਦੇ ਨਾਮ ਦਾ ਇਹ ਤੁਹਾਨੂੰ ਮਿਲ ਜੂਗਾ ਉਹਨੇ ਤੇ ਕਲਿੱਕ ਕਰੋਗੇ ਤਾਂ ਅੱਗੇ ਸਾਰੀਆਂ ਪੀਡੀਐਫ ਜਿਹੜੀਆਂ ਅਪਲੋਡਡ ਹੈ ਦੇਖੋ ਸਾਰੇ ਜੀਕੇ ਕਰੰਟ ਅਫੇਅਰ ਤੁਹਾਨੂੰ ਕੁਝ ਵੀ ਕੰਟੈਂਟ ਦੀ ਕਮੀ ਹੈ ਐਪ ਡਾਊਨਲੋਡ ਕਰੋ ਇਸ ਲਿੰਕ ਤੋਂ ਸਾਰਾ ਕੰਟੈਂਟ ਤੁਹਾਨੂੰ ਫ੍ਰੀ ਚ ਦਿੱਤਾ ਜਾ ਰਿਹਾ ਯਾਰ ਕੋਈ ਪੈਸਾ ਨਹੀਂ ਕੋਈ ਚਾਰਜ ਨਹੀਂ ਅੱਜ ਮੇਂ ਗਰੁੱਪ ਆ ਗਿਆ ਉਹਦੇ 7-8000 ਬੱਚਾ ਪਹਿਲੇ ਜੁੜਿਆ ਹੋਇਆ ਤੁਸੀਂ ਵੀ ਜਾ ਕੇ ਜੁੜ ਜਿਓ ਦੇਖੋ ਆ ਸਾਰੀਆਂ ਪੀਡੀਐਫ ਮੇਰੀ ਪਹਿਲੇ ਵੀ ਅਪਲੋਡਡ ਹੈ ਦੇਖੋ ਸਿੰਪਲੀਫਿਕੇਸ਼ਨ ਕਲਾਸ 3 ਕਲਾਸ 4 ਆ ਹੁਣੇ ਅਪਲੋਡ ਹੋ ਜੇਗੀ ਵ ਧਿਆਨ ਚ ਰੱਖਣੀ ਹੈ ਜੋ ਐਪ ਡਾਊਨਲੋਡ ਕਰਨੀ ਹੈ ਐਸੇ ਵੀਡੀਓ ਦੇ ਤੁਹਾਡੇ ਡਿਸਕ੍ਰਿਪਸ਼ਨ ਚ ਲਿੰਕ ਲੱਗਿਆ ਹੈ ਜੇ ਤੁਸੀਂ ਰਿਕਾਰਡਡ ਦੇਖ ਰਹੇ ਹੋਗੇ ਬਾਅਦ ਦੇ ਵਿੱਚ ਕੋਈ ਬੱਚਾ ਦੇਖ ਰਿਹਾ ਹੋਗਾ ਤਾਂ ਕਮੈਂਟਾਂ ਦੇ ਵਿੱਚ ਲੱਗਿਆ ਹੋਊਗਾ ਜਿਹਦੇ ਤੇ ਮੇਰਾ ਨਾਮ ਲਿਖਿਆ ਹੋਇਆ ਜਿਹਦੇ ਤੇ ਮੇਰਾ ਨਾਮ ਲਿਖਿਆ ਐਸੇ ਲਿੰਕ ਤੇ ਤੁਸੀਂ ਕਲਿੱਕ ਕਰਨਾ ਹੈ ਕਲੀਅਰ ਐਨੀ ਗੱਲ ਤਾਂ ਮੈਂ ਤੁਹਾਨੂੰ ਇਹਦੇ ਤੇ ਪੀਡੀਐਫ ਜੋ ਹੈ ਉਹ ਮਿਲ ਜੇਗੀ ਤੇ ਨਾਲ ਦੇ ਨਾਲ ਦੇਖੋ ਜੇ ਬੱਚਾ ਅਗੇ ਕੋਈ ਬੱਚਾ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਿਹਾ ਜਿਵੇਂ ਬਹੁਤ ਸਾਰੇ ਪੇਪਰ ਆ ਰਹੇ ਕਿ ਗੱਲ ਕਰਾਂ ਜਿਵੇਂ ਹਰਿਆਣਾ ਹਾਈ ਕੋਰਟ ਕਲਰ ਕਾ ਰਿਹਾ ਹੈਗਾ ਕਿਸੇ ਦਾ ਹਰਿਆਣਾ ਹਾਈ ਕੋਰਟ ਕਲਰ ਦਾ ਪੇਪਰ ਹੈਗਾ ਕੋਈ ਹੈਂਡ ਰੇਸ ਕਰਿਓ ਯਾਰ ਪਤਾ ਚੱਲ ਜਾਏਗਾ ਹਰਿਆਣਾ ਹਾਈ ਕੋਰਟ ਕਲਰ ਕਾਲੀ ਜਨਤਾ ਹੈ ਕੋਈ ਇੱਥੇ ਜਿੰਨਾ ਹੋ ਰਹਿਣਾ ਹਾਈ ਕੋਰਟ ਜਿਹੜਾ ਪੰਜਾਬ ਇਹਨਾਂ ਰਹਿਣਾ ਹਾਈ ਕੋਰਟ ਦਾ ਪੇਪਰ ਹੈ ਕਿਸੇ ਦਾ ਤਾਂ ਬੱਚੇ ਜੋ ਸਾਰੇ ਬੈਚ ਹੈਗੇ ਆ ਜੋ ਸਾਰੇ ਬੈਚ ਤੁਸੀ ਕਿਸੇ ਵੀ ਬੈਚ ਐਡਮਿਸ਼ਨ ਲੈ ਸਕਦੇ ਹੈਗੇ ਜੋ ਤੁਸੀਂ ਬਿਲਕੁਲ ਡਿਟੇਲ ਚ ਪੜਨਾ ਚਾਹੁੰਦੇ ਪੇਡ ਦੇ ਵਿੱਚ ਪੜਨਾ ਚਾਹੁੰਦੇ ਤੁਸੀਂ ਕਿਸੇ ਵੀ ਬੈਚ ਕਿਸੇ ਵੀ ਐਡਮਿਸ਼ਨ ਲੈ ਸਕਦੇ ਹੋ ਆ ਵਾਲਾ ਐਪ ਲਿੰਕ ਤੁਹਾਨੂੰ ਮੈਂ ਦਿਖਾਈ ਚੁੱਕਿਆ ਹੈਗਾ ਦੇਖੋ ਬਹੁਤ ਸਾਰੀ ਵੈਕੈਂਸੀ ਆ ਰਹੀ ਹੈ ਪੰਜਾਬ ਦੇ ਵਿੱਚ ਵੀਡੀਓ ਰੀਓਪਨ ਹੋਏਗਾ ਪੰਜਾਬ ਪਟਵਾਰੀ ਆਏਗਾ ਜੇਲ ਵਰਡਨ ਆਏਗਾ ਕਸਾਈਨ ਇੰਸਪੈਕਟਰ ਆਏਗਾ ਕੋਆਪਰੇਟਿਵ ਇੰਸਪੈਕਟਰ ਆਏਗਾ ਤੇ ਪੰਜਾਬ ਦੇ ਵਿੱਚ ਬਹੁਤ ਸਾਰੀ ਵੈਕੈਂਸੀਆਂ ਅੱਗੇ ਵੀ ਆਉਣ ਦੀ ਵੇਹ ਹੈ ਜਿਵੇਂ ਚੰਡੀਗੜ੍ਹ ਆਪਣੇ ਪੰਜਾਬ ਪੁਲਿਸ ਕਾਂਸਟੇਬਲ ਤੇ ਐਸਆਈ ਵੀ ਦੁਆਰੋਂ ਆਏਗਾ ਹੀ ਆਏਗਾ ਬਚਾ ਅਸੂਦੀਆ ਉਹਦੇ ਗੇਟ ਜੈਗਾ ਨਾ ਸ਼ੋ ਹੋਈ ਗਈ ਹੋਈਗਾ ਸਾਰਿਆਂ ਦੇ ਗਰੁੱਪ ਹੈਗੇ ਉੱਥੇ ਯਾਰ ਠੀਕ ਹੈ ਤੇ ਜਿਹੜੇ ਜੋ ਬੱਚਾ ਆ ਸਾਰੀਆਂ ਵੈਕੈਂਸੀ ਆ ਰਹੀਆਂ ਸਾਰੀਆਂ ਵੈਕੈਂਸੀਆਂ ਵਿੱਚ ਤੁਸੀਂ ਪੰਜਾਬ ਦੇ ਮਹਾਪੈਕ ਤੇ ਪਰਚੇਸ ਕਰ ਸਕਦੇ ਹੋ ਕਿਉਂਕਿ ਪੰਜਾਬ ਦੇ ਮਹਾਪੈਕ ਵਿੱਚ ਤੁਹਾਨੂੰ ਸਾਰੇ ਪੇਪਰਾਂ ਦੀ ਤਿਆਰੀ ਕਰਾਈ ਜਾਂਦੀ ਹੈ ਜੋ ਪੰਜਾਬ ਦਾ ਮਹਾਪੈਕ ਤੁਹਾਨੂੰ 1 ਸਾਲ ਵਾਸਤੇ 3080 ਰੁਪਏ ਦਾ ਪੈਗਾ ਡਿਸਕਾਊਂਟ ਕੋਡ ਯਾਦ ਰੱਖਿਓ ਜੀ ਮੇਰੀ ਗਾਈਡੈਂਸ ਮੇਰੀ ਮੈਂਟਰਸ਼ਿਪ ਵਾਸਤੇ ਤੁਸੀਂ Y752 ਲਗਾ ਕੇ ਜੁਆਇਨ ਕਰ ਸਕਦੇ ਦੇਖ ਜੁਆਇਨ ਕਿਦਾ ਕਰਨਾ ਮੈਂ ਦਿਖਾ ਦੇਣਾ ਕੋਈ ਵੀ ਬੈਚ ਲੈਣਾ ਹੋਵੇ ਤੁਸੀਂ Google ਤੇ ਚਲੇਗੇ Google ਤੇ ਜਾ ਕੇ ਜੇ ਪੁਲਿਸ ਕਾਂਸਟੇਬਲ ਦੇ ਬਾਰੇ ਤੇ ਭਾਈ ਪ੍ਰਾਈਸ ਡ੍ਰੋਪ ਹੋ ਚੁੱਕਾ ਹੈ ਜੋ ਬੱਚਾ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰ ਰਿਹਾ ਹੈ ਬੱਚਾ ਪਹਿਲੇ ਲਿੰਕ ਤੇ ਕਲਿੱਕ ਕਰੋ ਅਡਾ 247 ਲਿਖੇ ਬਾਅਦ ਪਹਿਲੇ ਲਿੰਕ ਤੇ ਕਲਿੱਕ ਕੀਤਾ ਪਹਿਲੇ ਲਿੰਕ ਤੇ ਕਲਿੱਕ ਕਰੇ ਬਾਅਦ ਆਲ ਕੋਰਸਸ ਚ ਜਾਓ ਆਲ ਕੋਰਸਸ ਜਾ ਕੇ ਸਟੇਟ ਐਗਜ਼ਾਮ ਚਾ ਕੇ ਪੰਜਾਬ ਸਿਲੈਕਟ ਕੀਤਾ ਤੇ ਪੰਜਾਬ ਦੇ ਵਿੱਚ ਲਿਖਿਆ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਲਿਖਿਆ ਹੋਇਆ ਪੰਜਾਬ ਪੁਲਿਸ ਅਰੇ ਭਾਈ ਬੜਾ ਹੀ ਸਸਤਾ ਕਰਤਾਗਾ ਮੈਂ ਤੁਹਾਨੂੰ ਦੱਸੇਗਾ ਜੀ ਕਿ ਸਸਤਾ ਕਰਤਾ ਬਈ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ 3000 ਐਮਸੀਕਿਊ ਦਾ ਬੈਚ ਸੀਗਾ ਯਾਰ ਉਹਦਾ ਰੇਟ ਘਟ ਗਿਆ ਚੁਕਿਆ ਤੁਸੀਂ ਇਹਦੇ ਵਿੱਚ ਆਪਦੀ ਐਂਟਰੀ ਮਾਰ ਸਕਦੇ ਹੋਗੇ ਮੈਂ ਕਮੈਂਟਾਂ ਚ ਲਿੰਕ ਲਾ ਦੂੰਗਾ ਨਾਲ ਦੇ ਨਾਲ ਪੰਜਾਬ ਪੁਲਿਸ ਕਨਸਟੇਬਲ ਜੋ 3000 ਐਮਸੀਕਿਊ ਦਾ ਬੈਚ ਹੈ ਹਰ ਇੱਕ ਸਬਜੈਕਟ ਦੇ ਐਮਸੀਕਿਊ ਐਮਸੀਕਿਊ ਹੋਣਗੇ ਕੁਐਸਚਨ ਹੀ ਕੁਐਸਚਨ ਹੋਣਗੇ ਤਾਂ ਆਹ ਬੈਚ ਨੂੰ ਤੁਸੀਂ ਬਾਈ ਕਰ ਸਕਦੇ ਹੋ ਕਿਉਂਕਿ ਬੜਾ ਹੀ ਸਸਤਾ ਕਰ ਦਿੱਤਾ ਗਿਆ ਪਹਿਲੇ 1000 ਰੁਪਏ ਦੇ ਆਸ-ਪਾਸ ਸੀਗਾ 900 ਰੁਪਏ ਦੇ ਆਸ-ਪਾਸ ਸੀਗਾ ਡਿਸਕਾਊਂਟ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ 쿠ਪਨ ਕੋਡ ਪਾਣਾ ਕਿਹੜਾ 쿠ਪਨ ਕੋਡ ਪਾਉਗੇ Y752 Y752 ਤੇ ਤੁਹਾਨੂੰ 643 ਰੁਪਏ ਦਾ ਬੜਾ ਸਸਤਾ ਕਰਤੇ 643 ਰੁਪਏ ਦਾ ਮਿਲ ਰਿਹਾ ਹੈਗਾ ਪੰਜਾਬ ਪੁਲਿਸ ਕਨਸਟੇਬਲ ਦਾ 3000 MCQ ਦਾ ਬੈਚ ਐਪ ਤੇ ਜਾ ਕੇ 643 ਤੋਂ 20 25 ਰੁਪਏ ਥੋੜੇ ਘੱਟ ਜਾਣਗੇ 10 20 ਰੁਪਏ ਘੱਟ ਜਾਣਗੇ ਦੇਖ ਲਿਆ ਜੇ ਤਾਂ ਯਾਰ ਡਿਸਕਾਊਂਟ ਕੋਡ ਯਾਦ ਰੱਖਿਆ ਜੇ Y752 ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਨੇ ਹੋ ਇਹ ਨਿੱਦ Y752 ਲਾਉਂਗੇ ਤਾਂ ਤੁਹਾਨੂੰ ਮੇਰੀ ਗਾਈਡੈਂਸ ਤੇ ਮੇਰੀ ਮੈਂਟਰਸ਼ਿਪ ਮਿਲ ਜੇਗੀ ਕਿਉਂਕਿ Y752 ਆਪਣਾ ਕੋਡ ਹੈ डन ਹੈ 643 ਪੰਜਾਬ ਪੁਲਿਸ ਕਨਸਟੇਬਲ 3000 ਐਮਸੀਕਿਊ ਦਾ ਬੈਚ ਹੈ ਅਡਾ 247 ਤੇ ਜਾ ਕੇ ਤੁਸੀਂ ਜਾ ਕੇ ਬਾਈ ਕਰ ਸਕਦੇ ਹੋ ਬੜਾ ਹੀ ਸਸਤਾ ਕਰਤਾ ਪ੍ਰਾਈਸ ਡ੍ਰੋਪ ਕਰਤਾ 9000 ਰੁਪਏ ਦੇ ਆਸ-ਪਾਸ ਸੀਗਾ clear ਹੈ ਨਹੀਂ ਗੱਲ ਤੇ ਨਾਲ ਦੇ ਨਾਲ ਦੇਖੋ ਬੈਚਸ ਹੋਰ ਸਾਰੇ ਵੀ ਹੈ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਪੰਜਾਬ ਦੇ ਮਹਾਪੈਕ ਤੇ ਵੀ ਆਪਦੀ ਐਂਟਰੀ ਮਾਰ ਸਕਦੇ ਹੋ ਤਾਂ ਪੰਜਾਬ ਦੇ ਮਹਾਪੈਕ ਤੇ ਐਂਟਰੀ ਮਾਰਨ ਵਾਸਤੇ ਕੋਈ ਵੀ ਕੋਡ ਲੱਗੇ ਹੋਏ ਤੇ ਕੱਟ ਦੇਣਾ ਡਿਸਕਾਊਂਟ ਕੋਡ ਆਪਣਾ ਸੇਮ ਹੀ ਰਹੇਗਾ ਕੋਈ ਵੀ ਬੈਚ ਤੁਸੀਂ ਬਾਈ ਕਰਨਾ ਚਾਹੋ ਤਾਂ 22752 ਲਾ ਕੇ Y752 ਲਾ ਕੇ ਤੁਸੀਂ ਜੋ ਬੈਚ ਹੈ 3200 ਨਹੀਂ ਦਿਖਾ ਰਿਹਾ बटे 3080 ਦਾ ਪਏਗਾ ਤੁਹਾਨੂੰ ਐਪਲੀਕੇਸ਼ਨ ਤੇ ਡਿਸਕਾਊਂਟ ਕੋਡ ਜ਼ਰੂਰ ਧਿਆਨ ਰੱਖਿਆ ਜੇ Y752 ਲਗਾ ਕੇ ਤੁਸੀਂ 3080 ਚ ਮਹਾਪੈਗ ਮਹਾਪੈਗ ਸਾਰੇ एग्जाम ਦੀ ਤਿਆਰੀ ਹੁੰਦੀ ਹੈ ਬਾਕੀ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦੀ ਤਿਆਰੀ ਕਰ ਰਹੇ ਹੋ ਤਾਂ 3000 MCQ ਵਾਲਾ ਬੈਚ ਤੁਹਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਸਾਰੇ ਜੀਕੇ ਤੋਂ ਲੈ ਕੇ A to Z ਸਾਰੇ ਸਬਜੈਕਟ ਤੁਹਾਨੂੰ ਦੇ ਚ MCQ ਮਿਲਣਗੇ ਤਾਂ ਸਿਰਫ ਤੋਂ ਸਿਰਫ 600 ਰੁਪਏ ਦਾ ਬੈਚ ਹੈ ਯੂ ਕੈਨ ਗੋ ਫਾਰ ਇਟ ਡਿਸਕਾਊਂਟ ਕੋਡ ਯੂ ਜ਼ਰੂਰ ਲਾ ਲੈ ਜੀ 2552 ਤੇ ਨਾਲੇ ਐਪਲੀਕੇਸ਼ਨ ਦਾ ਮੈਂ ਤੁਹਾਨੂੰ ਦੱਸ ਸਕਿਆ ਜੋ ਲਿੰਕ ਹੈ ਅੰਕੁਸ਼ਰ ਦੇ ਨਾਮ ਦਾ ਉਦੇ ਤੇ ਜਾ ਕੇ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਕਲੀਅਰ ਨਹੀਂ ਗਲ ਸਰ ਆਈਫੋਨ 'ਚ ਸ਼ੋ ਨਹੀਂ ਹੁੰਦੀ ਬੱਚਾ ਆਈਫੋਨ 'ਚ ਵੀ ਸ਼ੋ ਹੋਏਗੀ ਯਾਰ ਨਹੀਂ ਹੁੰਦੀ ਤਾਂ ਆਪਣੇ ਤੁਹਾਡੇ ਕੋਲ ਘਰ 'ਚ ਕਿਸੇ ਕੋਲ ਫੋਨ ਹੋਊਗਾ ਉਹਦੇ ਚੱਡਾ ਦੀ ਐਪ ਡਾਊਨਲੋਡ ਕਰ ਲਓ ਯਾਰ ਤੇ ਉਹਦੇ ਤੇ ਲਿੰਕ ਐਸੇ ਲਿੰਕ ਨੂੰ ਕਲਿੱਕ ਕਰਕੇ ਡਾਊਨਲੋਡ ਕਰ ਲਏ ਤੇ ਨਾਲ ਦੇ ਨਾਲ ਉਹਦੇ 'ਚ ਕੀ ਕਰੋਗੇ ਕਮਿਊਨਿਟੀ ਤੇ ਪੀਡੀਐਫ ਡਾਊਨਲੋਡ ਕਰਕੇ ਆਪਣੇ ਫੋਨ 'ਚ ਪਾ ਲਓ ਐਨਾ ਹੀ ਹੈ ਠੀਕ ਹੈ ਚਲੋ ਭਾਈ ਠੀਕ ਹੈ ਮਿੱਤਰੋ ਮਿਲਦੇ ਆਪਾਂ ਹੁਣ ਕੱਲ ਦਿਖਾਂਗੇ 10 ਤੋਂ 11 ਦੇ ਵਿਚਾਲੇ ਇੱਕ ਧਿਆਨ ਥੋੜਾ ਜਿਹਾ ਅਲਰਟ ਰਿਹਾ ਜੇ ਯਾਰ ਠੀਕ ਹੈ ਬਈ ਟੈਲੀਗ੍ਰਾਮ ਤੇ ਪਾ ਦੂੰਗਾ ਬਾਕੀ ਪੰਜਾਬ ਵੱਡਾ ਵਾਲੇ ਤੇ ਟੈਲੀਗ੍ਰਾਮ ਤੇ ਵੀ ਪਾ ਦੂੰਗਾ ਕਿ 8:00 ਵਜੇ ਸੈਸ਼ਨ ਹੋਏਗਾ ਕੈਲਕੂਲੇਸ਼ਨ ਵਾਲਾ ਸੈਸ਼ਨ ਹੈ ਜੋ ਵੀ ਕੋਈ ਇੱਕ ਤੁਹਾਡੇ ਵਾਸਤੇ ਮਿਕਸ MCQ ਦੀ ਕਲਾਸ ਹੋਏਗੀ ਤਾਂ ਥੋੜਾ ਅਟੈਚ ਜੁੜੇ ਰਿਹਾ ਜੇ ਠੀਕ ਹੈ ਭਾਈ ਡਨ ਹੈ ਮਿੱਤਰੋ ਮਿਲਦੇ ਆਪਾਂ ਹੁਣ ਅਗਲੀ ਕਲਾਸ ਵਿੱਚ ਮੈਥਸ ਬਾਈ ਅੰਕੁਸ਼ ਸਰ 8247 ਦੇ ਨਾਮ ਤੋਂ ਰਹੇ ਠੀਕ ਹੈ ਹਾਂ ਪਾ ਦੂੰ ਠੀਕ ਹੈ ਚਲੋ ਭਈ ਮਿਲਦੇ ਆਪਾਂ ਹੁਣ ਅਗਲੀ ਕਲਾਸ ਦੇ ਵਿੱਚ ਉਦੋਂ ਤੱਕ ਦਿਓ ਜਦ ਕਲਾਸ ਕਿਦਾਂ ਦੀ ਰਹੀ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕਲਾਸ ਦੇ ਥੱਲੇ ਕਿ ਕਲਾਸ ਕਿਦਾਂ ਦੀ ਰਹੀ ਤੇ ਕਮੈਂਟਾਂ ਚ ਮੈਂ ਲਿੰਕ ਲਾ ਦੂੰਗਾ ਐਪਲੀਕੇਸ਼ਨ ਦਾ ਵੀ ਤੇ ਪੰਜਾਬ ਦੇ ਮਹਾਪੈਗ ਦਾ ਵੀ ਡਿਸਕਾਊਂਟ ਕੋਡ Y752 ਲਾ ਕੇ ਕੋਈ ਵੀ ਬੈਜੂ ਸੀ ਜੁਆਇਨ ਕਰ ਸਕਦੇ ਹੋ 3000 ਐਮਸੀਕ ਵਾਲਾ ਬੈ ਤੁਹਾਡੇ ਵਾਸਤੇ ਫਾਇਦੇਮੰਦ ਹੋ ਸਕਦਾ ਓਕੇ ਮਿੱਤਰੋ ਟੇਕ ਕੇਅਰ ਬਾਏ ਬਾਏ